o'clock last term. So another announcement is that ki jehde kirtan workshop te aaye ne, sorry some of you came, I know they enjoyed it, but they nahi aaye koi gal nahi, June again is not that far, you know. Main hamesha kehna hai bhai kehnde rehna main to chahe aaye na aaye koi heat ban ke kehnde reho tusi, you know. ਕੋਈ ਫਰਕ ਨਹੀਂ ਪੈਂਦਾ ਇੱਥੇ, ਪਹਿਲੇ ਮੈਨੂੰ ਲੱਗਦਾ ਸੀ ਯਾਰ ਇਹ ਬਾਰ ਬਾਰ ਨਹੀਂ ਕਹਿਣਾ ਚਾਹੀਦਾ, ਫਿਰ ਮੈਂ ਕਿਹਾ ਨਹੀਂ ਯਾਰ ਕਹਿਣੇ 'ਚ ਖਰਾਬੀ ਨਹੀਂ, ਕੋਈ ਸ਼ਰਮ ਨਹੀਂ, ਕਹਿਣ 'ਚ ਕਹੋ ਦਿਓ, ਅਗਲਾ ਆਏ ਨਾ ਆਏ ਉਹਦੀ ਮਰਜ਼ੀ ਹੈ, ਕਹਿਣ 'ਚ ਕੋਈ ਸ਼ਰਮ ਨਹੀਂ. ਸੋ ਗੁਰੂ ਨੇ ਮੇਰੀ ਡਿਊਟੀ ਲਗਾਈ ਹੈ, ਨੌਕਰੀ ਹੈ ਮੇਰੀ ਇੱਥੇ, ਜਿਨੋ ਮੈਂ ਆਪਣੇ ਮਾਲਕ ਦੀ ਸਿਫਤ ਹਮੇਸ਼ਾ ਕਰਨੀ ਹੈ, ਕੋਈ ਕਰੇ ਨਾ ਕਰੇ, ਕੋਈ ਵਰਡ ਮੰਨੇ ਨਾ ਮੰਨੇ, ਮੈਂ ਆਪਣੇ ਮਾਲਕ ਦੇ ਸੰਦੇਸ਼ ਦੇਣਾ ਹੈ. ਕਹਿਣਾ ਜ਼ਰੂਰ ਹੈ ਕਿ ਤੁਸੀਂ ਸਾਰੇ ਕੀਰਤਨ ਕਰੋ, ਤੁਸੀਂ ਸਾਰੇ ਕੀਰਤਨ ਸਿੱਖੋ, ਜਿਹਦੇ ਉੱਤੇ ਮੇਰੇ ਮਾਲਕ ਦੀ ਦਿਆਲੂ ਦ੍ਰਿਸ਼ਟੀ ਹੋਏਗੀ, ਜਿਹੜੀ ਜਿਹਦੇ ਉੱਤੇ ਉਹਦੀ ਕਿਰਪਾ ਹੋਏਗੀ ਉਹ ਇਸ ਪਾਸੇ ਲੱਗੇਗਾ, ਜਿਹੜੇ ਇਸ ਗੱਲ ਨੂੰ ਸਮਝੇਗਾ ਉਹ ਇਸ ਪਾਸੇ ਲੱਗੇਗਾ. ਤੇ ਅਨਦਰ ਪੀਸ ਆਫ ਨਿਊਜ਼ ਆਈ ਵਾਂਟ ਟੂ ਸ਼ੇਅਰ ਵਿਦ ਐਵਰੀਬਾਡੀ ਇਜ਼ ਕਿ ਲਾਸਟ ਇਹ ਜਿਹੜੀ ਵਰਕਸ਼ਾਪ ਸੀ ਸਾਡੇ 10 ਸਾਲ ਪੂਰੇ ਹੋ ਗਏ ਲਰਨਿੰਗ ਦੇ ਕੁਲਤਾਰ ਵੀਰ ਜੀ ਨਾਲ, 10 ਇਅਰਸ ਨਾਉ, ਵੀ ਸਟਾਰਟਡ ਇਨ 2010 ਵਿੱਚ ਸ਼ੁਰੂ ਕੀਤਾ ਸੀ, ਐਂਡ ਵੀ ਹੈਵ ਕਵਰਡ ਅ ਲੋਟ ਆਫ ਗਰਾਉਂਡ, ਲੋਟ ਆਫ ਯੂ ਨੋ, ਜਿਹੜੇ ਸ਼ੁਰੂ ਤੋਂ ਗਾਉਣ ਵਾਲੇ ਹੈ ਜਿਹੜੇ ਬੈਠੇ ਹਨ ਥੋੜ੍ਹੇ ਇੱਥੇ, ਹਸੀਨਾ ਬੈਠੀ ਹੈ, ਜਸ਼ਨ ਬੈਠਾ, ਜਾਸਮੀਨ ਬੈਠੀ ਹੈ, ਜਿਹੜੇ ਸ਼ੁਰੂ ਤੋਂ ਜਿਹੜੇ ਗਾਉਣ ਵਾਲੇ ਹੈ, ਜਸਮੀਤ ਬੈਠੀ ਹੈ, ਯੂ ਨੋ, ਉਹਨਾਂ ਦੇ ਆਵਾਜ਼ ਮੈਚਿਓਰਿਟੀ ਹੈ ਐਂਡ ਐਵਰੀਥਿੰਗ. ਅਤੇ ਤਿੰਨ ਸਾਢੇ ਤਿੰਨ ਚਾਰ ਸਾਲ ਲੱਗੇ, ਪਹਿਲੇ 4 ਈਅਰਸ ਇਟ ਟੁੱਕ ਟੂ ਲਰਨ ਆਲ ਦ 31 ਰਾਗਸ, ਯੂ ਨੋ, ਟੁੱਕ ਅਬਾਊਟ 4 ਈਅਰਸ ਟੂ ਲਰਨ, ਮੈਂ 4 ਈਅਰਸ 6 ਈਅਰਸ ਇਟ ਟੁੱਕ. It was a 6-year journey, 6 saal lage, badi kadi mehnat 6 saal lagi, not a small, it's not a joke nahi hai, matlab work, you have to work thoroughly very hard, you know. Te chotiyan chotiyan san Paul aur Noor bhi, jadon main yaad hai jadon first workshop te 10 saal pehle, is mere ko photo hai na saaryan di, jadon 5-5-6 saal diyan san, jadon chotiyan san assi na, re bahut chote san ta. ਉਸ ਤੋਂ ਬਾਅਦ ਫਿਰ ਅਸੀਂ ਸਾਰੀਆਂ ਹੁਣ ਲਾਸਟ ਵਰਕਸ਼ਾਪ ਤੇ, ਦੈਨ ਇਟ ਟੁੱਕ 4 ਮੋਰ ਈਅਰਸ, ਆਲਮੋਸਟ 3.5 ਮੋਰ ਈਅਰਸ ਆਫਟਰ ਦੈਟ ਟੂ ਲਰਨ ਆਲ ਦਾ ਕੀਰਤਨ ਚੌਕੀਆਂ, ਸਾਰੀਆਂ ਕੀਰਤਨ ਚੌਕੀਆਂ ਦੀ ਬਾਰੋ ਵਾਰ ਸਿਰ ਸਿੱਖੀਆਂ ਅਸੀਂ, ਪਹਿਲੇ ਆ ਸਕੀ ਵਾਰ ਦੀ ਕੀਰਤਨ ਚੌਕੀ, ਬਸੰਤ ਕੀ ਵਾਰ ਦੀ ਕੀਰਤਨ ਚੌਕੀ, ਆਨੰਦ ਕਾਰਜ ਦੀ ਕੀਰਤਨ ਚੌਕੀ, 3 ਸਿੱਖੀਆਂ ਆਨੰਦ ਸਾਹਿਬ ਦੀਆਂ ਕੀਰਤਨ ਚੌਕੀਆਂ, ਤੇ ਸੋਦਰ ਦੀ ਚੌਕੀ ਵੀ ਸਿੱਖੀ, ਆਰਤੀ ਦੀ ਚੌਕੀ ਵੀ ਸਿੱਖੀ, ਜਿੰਨੀਆਂ ਦਰਬਾਰ ਸਾਹਿਬ ਕੀਰਤਨ ਚੌਂਕੀਆਂ ਲੱਗਦੀਆਂ ਹੈ. ਮੈਂ ਵੀਰ ਜੀ ਨੂੰ ਕਿਹਾ, ਮੈਂ ਕਿਹਾ ਅਗਲੇ 3-4 ਸਾਲਾਂ ਵਿੱਚ ਇਹ ਗਿਆਨ ਵੀ ਜੋ ਵੰਡ ਦਿਓ ਤੁਸੀਂ ਆਪਣੇ ਕੋਲ ਨਾ ਰੱਖੋ. ਸੋ ਹੁਣ ਫਸਟ ਟਾਈਮ ਫਾਰਮਲਾਈਜ਼ ਹੋਇਆ, ਹੁਣ ਮੈਂ ਉਹਦੇ ਪਿੱਛੇ ਪਿਆ ਹੋਇਆ ਕਿ ਟੂ ਪਬਲਿਸ਼ ਅ ਬੁੱਕ ਔਨ ਦਿਸ ਥਿੰਗ ਦੋ, ਕਿ ਦਰਬਾਰ ਸਾਹਿਬ ਦੀਆਂ ਕੀਰਤਨ ਚੌਂਕੀਆਂ ਦੀ ਮਰਿਆਦਾ ਅਤੇ ਕੀਰਤਨ ਚੌਂਕੀਆਂ ਜਿਹੜੀਆਂ ਹੈ ਉਹਨਾਂ ਦੀ ਰਿਕਾਰਡਿੰਗ ਅਤੇ ਉਹਨਾਂ ਦੀਆਂ ਨੋਟੇਸ਼ਨ ਜਿਹੜੀਆਂ ਸਾਡੇ ਕੋਲ ਹੈ ਇਸ ਵੇਲੇ ਸਾਰਿਆਂ ਕੋਲ, ਬਿਕਾਜ਼ ਵੀ ਹੈਵ ਲਰਨਡ ਇਟ ਆਲ, ਕਿਸੇ ਇੱਕ ਬੁੱਕ ਫਾਰਮ 'ਚ ਪਾ ਕੇ ਜ਼ਰੂਰ ਰੱਖ ਦੇਣੀ ਚਾਹੀਦੀ ਹੈ, ਬਿਕਾਜ਼ ਫਿਊਚਰ ਜਨਰੇਸ਼ਨ ਵਾਸਤੇ. ਜਸਟ ਇਮੈਜਿਨ 50 ਈਅਰਸ ਫਰੋਮ ਨਾਓ, ਇਫ ਸਮਬਡੀ ਵਾਂਟਸ ਟੂ ਸਿੰਗ ਸੋਦਰ ਦੀ ਚੌਕੀ, ਯੂ ਨੋ, ਵੋ ਬੀ ਲਾਈਕ ਲੌਂਗ ਗੌਨ, ਮੀ ਐਂਡ ਹਰਪ੍ਰੀਤ ਐਂਡ ਸਵੀਟੀ, ਇਹ ਤਾਂ ਪਤਾ ਨਹੀਂ ਕਿੰਨੇ ਸਾਲ ਪਹਿਲੇ ਹੀ ਹੋ ਗਿਆ ਹੋਣਾ ਕੰਮ, ਜਿਹੜੇ ਹੈ ਜਿਹੜੇ, ਯੂ ਨੋ, ਜਸਟ ਯੂ ਮਸਟ ਬੀ 75-80 ਈਅਰਸ ਓਲਡ, ਯੂ ਨੋ, ਸੋ ਲਾਈਕ, ਯੂ ਨੋ, 50 ਈਅਰਸ ਫਰੋਮ ਨਾਓ, ਸੋ ਦਿਸ ਥਿੰਗ, ਇਫ ਯੂ 20 ਨਾਓ ਯੂ ਵਿਲ ਬੀ 70, ਰਾਈਟ? I don't know how old are you, but so ev tak tak ev vridh ho jange sare, you know. So mera bada si andaron ki eh sambhalya jaye, samjha jaye kaam sara, you know. So ohne de piche lagya hoya, but it's not easy to convince you ji sometimes, you know. Convince ho gaye, par oh time karna penda na, bada likhan waste karan waste main offer vi kiti help, main kya professional help le lange. So there is not a single book right now out though, if you way to learn all the kirtan chaukiyan jehdiyan darbar sahib andar kirtan chaukiyan lagdiyan hain, oh kirtan chaukiyan di koi hun koi is vele koi ek book nahi hai where you can buy it and go ki main khol ke kitab te, I want to look at it and understand what it is and maybe try to learn. Aur fir ek kirtan chaukiyan di apni maryada hai, you know, basant ki war gaan di apni maryada hai, you know, sodar di chauki shami aasa ch lagdi hai, ਆਰਤੀ ਕੀ ਚੌਕੀ ਸ਼ਾਮੀ ਧਰਾਂਤਰੀ ਲੱਗਦੀ ਹੈ. ਇਹ ਹੁਣ ਆਸਾ ਕੀ ਵਾਰ ਦੀਆਂ ਚੌਕੀਆਂ ਜਿਹੜੀਆਂ ਹਨ ਪਹਿਲੇ ਆਸਾ ਤੋਂ ਸ਼ੁਰੂ ਕਰਦੇ ਹਾਂ, ਯੂ ਨੋ, ਅਨੰਤਕਾਰੇ ਦੀ ਚੌਕੀ ਦਾ ਆਪਣਾ ਹੈ ਇੱਕ ਰੰਗ, ਜਿਹੜਾ ਕਿਹੜੇ ਸ਼ਬਦ ਪੜ੍ਹਨੇ ਹਨ, ਕਿਸ ਤਰ੍ਹਾਂ ਲਾਵਾਂ ਦਾ ਪਾਠ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਆਪਣੇ ਜੀਵਨ ਵਿੱਚ ਸਿੱਖ ਕੇ ਜਾਓ ਸਾਰਾ ਕੁਛ. ਮੈਂ ਤਾਂ ਕਹਾਂਗਾ, ਇਹ ਕਹਾਂਗਾ, ਮੰਨੋ ਨਾ ਮੰਨੋ ਮੇਰੀ ਗੱਲ, ਇਟ ਹੈਜ਼ ਨੋ ਇਫੈਕਟ ਔਨ ਮੀ ਐਟ ਆਲ. ਸੋ ਹੁਣ ਸਾਡੀ ਅਲੱਗ ਜਰਨੀ ਸ਼ੁਰੂ ਹੋਈ ਹੈ, ਉਹ 7 ਸਾਲ ਦੀ ਜਰਨੀ,
ਅਗਲੀ ਸਕਸਾ ਉਹ ਹੈ ਗੁਰਬਾਣੀ ਵਿੱਚ ਜਿਹੜੀਆਂ ਵਾਰਾਂ ਆਈਆਂ ਹਨ ਜਿਹੜੀਆਂ 22 ਵਾਰਾਂ ਉਹਨਾਂ 'ਚ ਦੋ ਵਾਰਾਂ ਸਿੱਖੀਆਂ ਹਨ ਦੋ ਵਾਰਾਂ ਸਿੱਖ ਚੁੱਕੇ ਹਾਂ ਬਾਕੀ ਜਿਹੜੀਆਂ 16-17 ਵਾਰਾਂ ਬਾਕੀ ਹੈ ਉਹਨਾਂ ਦੀਆਂ ਪੌੜੀਆਂ ਲਗਾਉਣੀਆਂ ਉਹਨਾਂ ਦੇ ਛੰਦ ਉਹਨਾਂ ਦੇ ਸ਼ਲੋਕ ਲਗਾਉਣੇ ਉਹਨਾਂ ਦੇ ਵੀਰ ਜੀ ਇਜ਼ ਪ੍ਰੋਬਬਲੀ ਦ ਲਾਸਟ ਪਰਸਨ ਇਨ ਹਿਸ ਫੈਮਿਲੀ ਦੋ ਐਂਡ ਮੇ ਬੀ ਦੀ ਓਨਲੀ ਪਰਸਨ ਇਨ ਦਿਸ ਵਰਲਡ ਹੂ ਨੋਜ਼ ਵਾਟ ਟੂ ਡੂ ਵਾਟ ਟੂ ਡੂ ਦੇ ਮਾਈਟ ਨਾਟ ਬੀ ਨੋਬਡੀ ਆਊਟ ਦੇਅਰ ਹੂ ਨੋਜ਼ ਦੈਟ ਕਿਹੜੀ ਵਾਰ ਦੀ ਸਿੱਖੀ ਸੋਰੀ ਗੁੜ ਕੀ ਵਾਰ ਗੁੜ ਕੀ ਸ਼੍ਰੀ ਕੀ ਵਾਰ ਸ਼ਰਾਬ ਦੀ ਵਾਰ ਪਹਿਲੇ ਸਿੱਖੀ ਫਿਰ ਮਾਝ ਕੀ ਵਾਰ ਸਿੱਖੀ ਗੁੜ ਕੀ ਵਾਰ ਸਿੱਖੀ ਹੁਣ ਅਗਲੀ ਉਹਦਾ ਨੰਬਰ ਆਏਗਾ ਹੁਣ ਉਹ 1x1 ਕਰਕੇ ਸਾਰਾ ਕਵਰ ਕਰਾਂਗੇ ਦੈਟਸ ਅਨਦਰ 6-7 ਈਅਰਸ ਸੋ ਜਸਟ ਇਮੇਜਿਨ ਇਹ ਸੰਗੀਤ ਦਾ ਕੰਮ ਲੰਬਾ ਲੰਬੀ ਲੰਬਾ ਕੰਮ ਹੈ ਬੜਾ ਯੂ ਨੋ 7 ਲਾਈਫ ਫਾਰਮਸ ਇਟ ਟੇਕਸ ਯੂ ਨੋ ਟੂ ਲਰਨ ਐਵਰੀਥਿੰਗ ਐਨੀ ਕੁਐਸਚਨਸ ਸਰ ਮੇਬੀ ਸਮਬਡੀ ਗਾਟ ਇਨਕਰੇਜ ਯੂ ਨੋ ਆਈ ਡੋਨਟ ਨੋ ਸੋ ਐਂਡ ਸੈਕੰਡਲੀ ਮੈਂ ਅਨਾਊਂਸ ਕੀਤਾ ਸੀ ਲਾਸਟ ਟਾਈਮ ਕਿ ਮਾਘੀ ਦੀ ਸੰਗਰਾਂਦ ਜਨਵਰੀ ਦੇ ਮਾਘੀ ਦਾ ਮਹੀਨਾ ਜਨਵਰੀ ਮਿਡ ਸ਼ੁਰੂ ਹੋ ਗਿਆ ਅਤੇ ਹੁਣ ਬਸੰਤ ਗਾਉਣ ਦਾ ਹੁਕਮ ਹੈ ਅਸੀਂ ਵੀ ਅੱਜ ਗਾਇਆ ਅੰਦਰ ਬਸੰਤ ਅਤੇ ਹੁਣ ਤੋਂ ਲੈ ਕੇ ਹੋਲੇ ਮਹੱਲੇ ਤੱਕ ਹੁਣ ਮੈਨੂੰ ਅਰਲੀ ਮਾਰਚ ਤੱਕ ਬਸੰਤ ਗਾਉਣ ਦੀ ਹੈ ਅਤੇ ਮੈਂ ਪਹਿਲੇ ਵੀ ਕਲਾਸ ਬੜੀ ਵਾਰੀ ਕਹਿ ਚੁੱਕਿਆ ਉਹਨੂੰ ਹੁਣ ਦੁਬਾਰਾ ਰਿਪੀਟ ਕਰਦਾ ਪਿਆ ਕਿ ਬਸੰਤ ਮੀਨਸ ਸਪਰਿੰਗ ਯੂ ਨੋ ਅਤੇ ਸਪਰਿੰਗ ਦੀ ਆਨਸੈਟ ਜਨਵਰੀ 'ਚ ਨਹੀਂ ਹੈ ਜਨਵਰੀ 'ਚ ਹਾਲੇ ਵੀ ਵਿੰਟਰ ਹੈ ਸਪਰਿੰਗ ਹੋਏਗੀ ਮਾਰਚ ਵਿੱਚ ਫੁੱਲ ਖਿਲਣਗੇ ਜਦੋਂ ਕੰਮ ਹੋਏਗਾ ਜਦੋਂ ਹਰਿਆਵਲ ਆਏਗੀ ਜਦੋਂ ਵਾਪਸ ਤੇ ਅਸੀਂ ਗਾਣਾ ਸ਼ੁਰੂ ਕਰਦੇ ਹਾਂ ਇਨ ਜਨਵਰੀ ਤੋਂ ਸਪਰਿੰਗ ਜਦੋਂ ਆ ਜਾਂਦੀ ਅਸੀਂ ਗਾਣਾ ਬੰਦ ਕਰ ਦਿੰਦੇ ਹਾਂ ਅਸੀਂ ਫਿਰ ਉਸ ਤੋਂ ਬਾਅਦ ਬਸੰਤ ਨਹੀਂ ਗਾਉਂਦੇ ਅਸੀਂ ਇਹ ਮਰਿਆਦਾ ਬਹੁਤ ਪੁਰਾਤਨ ਹੈ ਕਿਉਂਕਿ ਇਹ ਐਂਟੀਸੀਪੇਸ਼ਨ ਆਫ ਸਪਰਿੰਗ ਹੈ ਆਪਣੇ ਅੰਦਰ ਦੀ ਹਾਲਤ ਪਰਮਾਤਮਾ ਦੀ ਆਪਣੇ ਅੰਦਰ ਦੀ ਹਾਲਤ ਦੱਸੀ ਨੇ ਕਿ ਮੈਂ ਅੰਦਰੋਂ ਮੇਰਾ ਵੀ ਸੁੱਕਾ ਹੈ ਹੁਣ ਜਿਸ ਤਰ੍ਹਾਂ ਬਾਹਰ ਹਰ ਜਗ੍ਹਾ ਸੋਕਾ ਹੈ ਹਰ ਜਗ੍ਹਾ ਟਹਿਣੀਆਂ ਤੋਂ ਪੱਤੇ ਗਿਰੇ ਹੋਏ ਇੱਥੇ ਤਾਂ ਨਹੀਂ ਬਟ ਈਸਟ ਕੋਸਟ ਤੁਸੀਂ ਜਾਓ ਅਗਰ ਦੇਖੋ ਰਾਈਟ ਲੁੱਕ ਐਵਰੀਥਿੰਗ ਇਜ਼ ਸਾਰਾ ਨੇਕਡ ਹੈ ਸਾਰੇ ਟ੍ਰੀਜ਼ ਕੋਈ ਕੁਛ ਨਹੀਂ ਕੋਈ ਟਹਿਣੀਆਂ ਤੇ ਸਭ ਕੁਛ ਨਹੀਂ ਹੈ ਉੱਥੇ ਸੁੱਕਾ ਹੈ ਅੰਦਰ ਸਾਰਾ ਅਤੇ ਇਹ ਸੁੱਕੇ ਪੰਦ ਹੈ ਸਾਹਸ ਅੰਦਰ ਬਸੰਤੀ ਰੀਤਾਂ ਦੇ ਥਰੂ ਮਹਾਰਾਜ ਉਸ ਜੀਵਾਤਮਾ ਨੂੰ ਕਰਵਾਉਂਦੇ ਹਨ ਕਿ ਤੇਰੇ ਅੰਦਰ ਵੀ ਸੁੱਕਾ ਹੈ ਤੇਰੇ ਅੰਦਰ ਵੀ ਹਰਿਆਵਲ ਹੋਏਗੀ ਹੁਣ ਜਦ ਦੇਖ ਬਾਹਰ ਹਰਿਆਵਲ ਹੋਣ ਵਾਲੀ ਹੈ ਦੋ ਟਾਈਮੀਆਂ 'ਚ ਸੋ ਸਾਰੀ ਬਸੰਤ ਦੀ ਬਾਣੀ ਇਸ ਅਰਦਾਸ ਰੂਪ ਵਿੱਚ ਹੈ ਕਿ ਹੇ ਮਹਾਰਾਜ ਮੇਰੇ 'ਤੇ ਕਿਰਪਾ ਕਰੋ ਮੇਰੇ 'ਤੇ ਆਪਣੀ ਕਿਰਪਾ ਦੁਸ਼ੀ ਰੱਖੋ ਜਿਸ ਤਰ੍ਹਾਂ ਹੁਣ ਸੁੱਕਾ ਸਭ ਜਗ੍ਹਾ ਹੈ ਹਰਿਆਵਲ ਕਰੋਗੇ ਤੁਸੀਂ 2 ਮਹੀਨਿਆਂ ਬਾਅਦ ਪਾਣੀਆਂ 'ਤੇ ਫੁੱਲ ਲੱਗਣਗੇ ਟਹਿਲੀਆਂ 'ਤੇ ਹਰੀਆਂ ਪੱਤੀਆਂ ਆਉਣਗੀਆਂ ਹਰ ਜਗ੍ਹਾ ਇੱਕ ਨਵੀਂ ਖੁਸ਼ਬੂ ਆਏਗੀ ਸਪਰਿੰਗ ਦੀ ਹਰ ਚੀਜ਼ ਨਵੀਂ ਫੁੱਟੇਗੀ ਮੇਰੇ ਅੰਦਰੋਂ ਵੀ ਨਾਮ ਦਾ ਪਿਆਰ ਮੇਰੇ ਅੰਦਰੋਂ ਵੀ ਪ੍ਰਮਾਤਮਾ ਨਾਮ ਦਾ ਪਿਆਰ ਮੇਰੇ ਅੰਦਰੋਂ ਵੀ ਉਸ ਪ੍ਰਮਾਤਮਾ ਦੀ ਜਾਗ੍ਰਿਤੀ ਦਾ ਪਿਆਰ ਹਰਿਆਵਲ ਪੈਦਾ ਕਰੋ ਮੇਰੇ ਅੰਦਰ ਵੀ ਉਹ ਚੀਜ਼ ਮੈਨੂੰ ਦਿਓ ਮੇਰੇ ਅੰਦਰ ਵੀ ਉਹ ਸੁੱਕਾਪਨ ਦੂਰ ਕਰ ਦਿਓ ਮੇਰਾ ਸੋ ਇਹ ਗੁਰਮਤਿ ਦੀ ਪੁਰਾਤਨ ਮਰਿਆਦਾ 350-450 ਸਾਲਾਂ ਤੋਂ ਹਰਿਮੰਦਰ ਸਾਹਿਬ ਹੁਣ ਤੱਕ ਬਾਕਾਇਦਾ ਮਾਘੀ ਵਾਲੇ ਸੰਗਰਾਂਦ ਵਾਲੇ ਦਿਨ ਅਕਾਲ ਤਖ਼ਤ ਸਾਹਿਬ ਅਰਦਾਸ ਹੁੰਦੀ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਕੋਲ ਇਨ ਪਰਸਨ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਬਸੰਤ ਰਾਗ ਖੋਲਿਆ ਜਾਂਦਾ ਇਟਸ ਅ ਵੈਰੀ ਫਾਰਮਲ ਪ੍ਰੋਸੈਸ ਵੀ ਗੋ ਥਰੂ ਐਂਡਿੰਗ ਅਨੰਦਪੁਰ ਸਾਹਿਬ ਹੁੰਦੀ ਹੈ ਉੱਥੇ ਨਹੀਂ ਹੁੰਦੀ ਉੱਥੇ ਫਿਰ ਅਸੀਂ ਸ਼ਬਦ ਪੜ੍ਹਦੇ ਹਾਂ ਹੋਲੀ ਕੀ ਨਹੀਂ ਸੰਤ ਸੇਵ ਵਾਲਾ ਸ਼ਬਦ ਪੜ੍ਹ ਕੇ ਇਹ ਨਾ ਰੰਗ ਲਾਵਾ ਰੰਗ ਲਾਗਾ ਲਾਲ ਦੀ ਰੰਗ ਲਾਗਾ ਰੰਗ ਦਾਦਾ ਇਹ ਪੜ੍ਹ ਕੇ ਸ਼ਬਦ ਤੇ ਬਸੰਤ ਰਾਗ ਦੀ ਸਮਾਪਤੀ ਜਿਹੜੀ ਹੈ ਹੋਲੇ ਮਹੱਲੇ ਅਨੰਦਪੁਰ ਸਾਹਿਬ ਹੁੰਦੀ ਹੈ ਇਹ ਇੱਕ ਰਹੀ ਹੈ ਪੁਰਾਤਨ ਯੂ ਨੋ ਚੀਜ਼ ਅਸੀਂ ਹੁਣ ਤੱਕ ਫੋਲੋ ਕਰਦੇ ਹਾਂ ਅਸੀਂ ਸਿੱਖੀਆਂ ਬੜੀਆਂ ਬਸੰਤ ਰੀਤਾਂ ਦੀ ਅਸੀਂ ਹੁਣ ਅਗਲੇ 2.5 ਮਹੀਨੇ ਜੰਮ ਕੇ ਬਸੰਤ ਗਾਣਾ ਅਸੀਂ ਔਰ ਇਤਨੀਆਂ ਰੀਤਾਂ ਸਿੱਖੀ ਹੋਈਆਂ ਕਿ ਇੱਕ ਰੀਤ ਦੀ ਵਾਰੀ ਨਹੀਂ ਆਉਂਦੀ ਕਈ ਵਾਰੀ ਇੱਕ ਵਾਰੀ ਵਾਰੀ ਆਉਂਦੀ ਹੈ ਬਿਕੋਜ਼ ਸੰਡੇ ਇੱਕ ਵਾਰੀ ਕਰਨੀ ਹੈ ਵੀ ਕਾਂਟ ਸਿੰਗ ਇਟ ਅਗੇਨ ਜਿਹੜੀਆਂ ਬਹੁਤ ਚੰਗੀਆਂ ਲੱਗਦੀਆਂ ਨੇ ਵੀ ਸਿੰਗ ਇਟ ਮੋਰ ਦੈਨ ਵਾਂਸ ਐਂਡ ਸਿੰਸ ਆਈ ਐਮ ਟਾਕਿੰਗ ਅਬਾਊਟ ਸੀਜ਼ਨੈਲਿਟੀ ਇੱਕ ਹੋਰ ਸੀਜ਼ਨਲ ਰਾਗ ਹੈ ਦੂਸਰਾ ਮਲਹਾਰ ਜਿਹੜਾ ਕਿ ਸਾਵਨ ਦੇ ਭਾਦਰੋਂ ਦੇ ਮਹੀਨਿਆਂ 'ਚ ਦੋ ਰੇਨਿੰਗ ਸੀਜ਼ਨ 'ਚ ਗਾਇਆ ਜਾਂਦਾ ਹੈ ਉਹਦੇ ਵੀ ਪਿੱਛੇ ਵੀ ਸੇਮ ਪਿਛੋਕੜ ਫਰਕ ਇਹ ਹੈ ਉਹ ਜਦੋਂ ਰੇਨਿੰਗ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਗਾਣਾ ਸ਼ੁਰੂ ਕਰ ਦਿੰਦੇ ਜਨਰਲੀ ਸਪੀਕਿੰਗ ਸਾਵਣ ਦੀ ਸੰਗਰਾਂਦ ਤੋਂ ਦਰਬਾਰ ਸਾਹਿਬ ਜਿਹੜੀ ਹੈ ਰਾਗੀ ਹਰ ਕੀਰਤਨ ਚੌਂਕੀ ਵਿੱਚ ਮਲਹਾਰ ਗਾਉਣ ਦਾ ਹੁਕਮ ਮਲਹਾਰ ਗਾਈ ਜਾਂਦੀ ਕਿਉਂਕਿ ਉੱਥੇ ਵੀ ਅਰਦਾਸ ਹੈ ਕਿ ਹੁਣ ਸੁੱਕਾ ਹੋਇਆ ਹਰ ਜਗ੍ਹਾ ਗਰਮੀ ਹੈ ਜੇੜ ਹਾਟ ਦੇ ਮਹੀਨੇ ਦੀ ਤਪਸ਼ ਦੂਰ ਕਰੋ ਤੇ ਪਾਣੀ ਵਰਸਾਓ ਜਿੱਥੇ ਮੇਘ ਵਰਸੇਗਾ ਪਾਣੀ ਵਰਸੇਗਾ ਉੱਥੇ ਠੰਡਕ ਆਏਗੀ ਠੰਡਕ ਆਉਣ ਦਾ ਸੁੱਕਾਪਨ ਦੂਰ ਹੋਏਗਾ ਹਰਿਆਵਲ ਆਏਗੀ ਹੇ ਮੇਰੇ ਪ੍ਰਮਾਤਮਾ ਮੇਰੇ 'ਤੇ ਕਿਰਪਾ ਕਰੋ ਸਾਰੀ ਮਲਹਾਰ ਦੀ ਬਾਣੀ ਇਸੀ ਚੀਜ਼ 'ਤੇ ਫੋਕਸ ਹੈ ਸਾਰੀ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ
ਉੱਥੇ ਵੀ ਹਰ ਹਰ ਬਲਹਾਰ ਦੇ ਸ਼ਬਦ ਵਿੱਚ ਥੀਮ ਜਿਹੜੀ ਹੈ ਸੇਮ ਰਹੇਗੀ ਉੱਥੇ ਇਹ ਉਹਨਾਂ ਦੀ ਵੱਡਿਆਂ ਦੀ ਦੇਣ ਹੈ ਸਾਡੀਆਂ ਗੁਰਮਤਿ ਸੰਗੀਤ ਨੂੰ ਗਾਣ ਦੇ ਥਰੂ ਇਹਨਾਂ ਰਾਗਾਂ ਦੇ ਥਰੂ ਉਸ ਪਰਮਾਤਮਾ ਨੂੰ ਨੇਚਰ ਦੇ ਥਰੂ ਦੇਖ ਕੇ ਉਸਨੂੰ ਆਪਣੀ ਜੀਵਨ ਨਾਲ ਰਿਲੇਟ ਕਰਕੇ ਯਾਦ ਕਰਨਾ ਭੁੱਲ ਗਏ ਹਾਂ ਅਸੀਂ ਨਹੀਂ ਕਰਦੇ ਕੱਲ ਅਸੀਂ ਕਿਸੇ ਕੀਰਤਨ ਤੇ ਗਏ ਸੀ ਡੇਢ ਦੋ ਘੰਟੇ ਕੀਰਤਨ ਹੋਇਆ ਤੇ ਉਹਨਾਂ ਨੇ ਕੋਈ ਬਸੰਤ ਦਾ ਸ਼ਬਦ ਨਹੀਂ ਪੜ੍ਹੀ ਬਸੰਤ ਕੀ ਵਾਰ ਦਾ ਗਾਇਨ ਨਹੀਂ ਹੋਇਆ ਕੋਈ ਲੇਕਿਨ ਇਹ ਗਲਤ ਹੈ ਦਿਸ ਇਜ਼ ਰੋਂਗ ਵਟ ਜਿਹੜੇ ਵੱਡੇ ਸਿਖਾ ਕੇ ਗਏ ਹੈ ਜਿਹੜੇ ਉਹਨਾਂ ਨੂੰ ਰੂਲ ਹੈ ਫੋਲੋ ਕਰਨੇ ਚਾਹੀਦੇ ਸਾਰੇ Anybody has any questions now? I want to say these two things before we started today. Plus I got an early start, so that's good. Any questions? Any issues? Anything that comes to your mind? You have questions, but not always. Good. Anyway, that's good. So we're going to go back to Sukhmani, the Ashpadi number 2, the young. So as I said last time, ki ਪਹਿਲੀ ਅਸ਼ਪਦੀ ਵਿੱਚ ਪ੍ਰਮਾਤਮਾ ਨੂੰ ਯਾਦ ਕਰਨ ਦੀ ਸਿਮਰਨ ਦੇ ਉੱਤੇ ਬੜਾ ਫੋਕਸ ਰਿਹਾ ਉੱਥੇ ਯਾਦ ਤੇ ਫੋਕਸ ਹੈ ਦੂਸਰੀ ਅਸ਼ਪਦੀ ਵਿੱਚ ਨਾਮ ਤੇ ਫੋਕਸ ਹੈ ਤੇ ਨਾਮ ਕੀ ਹੈ ਪ੍ਰੇਮਾ ਭਗਤੀ ਹੈ ਨਾਮ ਇਸ ਨਾਮ ਨੂੰ ਇਸ ਅਮੋਲਕ ਚੀਜ਼ ਨੂੰ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਪ੍ਰੇਮਾ ਭਗਤੀ ਨੂੰ ਹੀ ਪਰਮਾਤਮਾ ਦੇ ਨਾਮ ਨੂੰ ਇਸ ਅਸ਼ਪਦੀ ਵਿੱਚ ਬੜੀ ਇੰਪੋਰਟੈਂਸ ਦੇ ਕੇ ਸਮਝਾਇਆ ਨੇ ਕਿ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਸੁਖਮਨੀ ਸਾਹਿਬ ਦੀ ਇੱਕ ਹੋਰ ਤੁਸੀਂ ਦੇਖੋਗੇ ਫਰੋਮ ਅ ਟੈਕਨੀਕਲ ਐਂਗਲ ਇੱਕ ਚੀਜ਼ ਹੈ ਜਿਹੜੀ ਹਰ ਅਸ਼ਪਦੀ ਵਿੱਚ ਤੁਹਾਨੂੰ ਲੱਗੇਗੀ ਕਿਸੇ ਵੀ ਅਸ਼ਪਦੀ ਵਿੱਚ ਤੁਸੀਂ ਲਾ ਲਓ ਮੇ ਬੀ ਆਈ ਗਿਵ ਅ ਹੋਮਵਰਕ ਔਨ ਦਿਸ ਵਨ ਐਂਡ ਯੂ ਵਿਲ ਸੀ ਹਾਊ ਦੈਟ ਵਟ ਆਈ ਮੀਨ ਹਿਅਰ ਦੋ ਅਸ਼ਪਦੀ ਦਾ ਕੀ ਮਤਲਬ ਹੈ ਟੋਟਲ ਕਿੰਨੇ ਪਦੇ ਹੋਣੇ ਚਾਹੀਦੇ 8 8 ਤੋਂ ਆਉਂਦਾ ਵਰਡ ਹੈ ਸੋ ਜਿਹੜਾ ਵੀ ਟੌਪਿਕ ਇੰਟਰੋਡਿਊਸ ਕਰਨਗੇ ਨਾ ਆਮ ਐਟ ਦ ਬਿਗਨਿੰਗ ਲੈਟਸ ਸੇ ਕੋਈ ਬਿਗਨਿੰਗ ਟੌਪਿਕ ਇੰਟਰੋਡਿਊਸ ਕੀਤਾ ਹਾਂਜੀ ਸੋ ਫੋਰ ਐਗਜ਼ਾਮਪਲ ਇੰਟਰੋਡਿਊਸ ਕੀਤਾ ਸਾਧ ਵਾਲਾ ਚੈਪਟਰ ਹਾਂਜੀ ਯੂ نو ਕਿ ਸਾਜਨਾ ਕੀ ਅਚਲ ਕਥਾ ਸੁਣਾਓ ਮੇਰੇ ਕੋਲ ਹਾਂਜੀ ਤੇ ਉੱਥੇ ਸਾਧ ਦੀ ਅਸ਼ਪਦੀ ਵਿੱਚ ਦੇਖੋਗੇ ਕਿ ਜਿਸਾਂ ਅਸ਼ਪਦੀਆਂ ਦੇ ਸਟੈਂਜ਼ਾ ਜਿਹੜੀ ਹੈ ਜਿਸ ਤਰ੍ਹਾਂ ਮੂਵ ਹੋਣਗੇ ਨਾ ਜਿਸਾਂ ਤੇ ਇਹ ਨਾ ਸਮਝ ਲੈਣਾ ਕਿ ਥਾਟ ਪ੍ਰੋਸੈਸ 1 ਤੋਂ ਲੈ ਕੇ 8 ਦਾ ਸੇਮ ਹੈ ਲੇਕਿਨ ਥਾਟ ਪ੍ਰੋਸੈਸ ਜਿਸ ਤਰ੍ਹਾਂ ਅੱਗੇ ਜਾਏਗਾ ਤੁਸੀਂ ਨੋਟਿਸ ਕਰੋਗੇ ਕਿ ਅਸ਼ਪਦੀ ਦਾ ਥੀਮ ਜਿਹੜਾ ਵੈ ਉਹ ਜ਼ਿਆਦਾ ਮੈਚੁਰ ਹੁੰਦਾ ਜਾਏਗਾ ਇਹ ਜਨਰਲ ਥੀਮ ਹੈ ਸੁਖਮਨੀ ਦਾ ਇੱਥੇ ਟੌਪਿਕ ਇੰਟਰੋਡਿਊਸ ਕਰਨਗੇ ਬੜੇ ਥੱਲੇ ਲੋਅਰ ਲੈਵਲ ਤੇ ਫਿਰ ਉੱਤੀ ਚਲੀ ਜਾਏਗੀ ਸੈਕਿੰਡ ਤੇ ਫਿਰ ਹੋਰ ਉੱਤੀ ਚਲੀ ਜਾਏਗੀ ਫਿਰ ਹੋਰ ਉੱਤੇ ਚਲੀ ਜਾਏਗੀ ਫਿਰ ਹੋਰ ਉੱਤੇ ਚਲੀ ਜਾਏਗੀ ਫਿਰ ਹੋਰ ਉੱਤੇ ਚਲੀ ਜਾਏਗੀ ਸੋ ਫੋਰ ਐਗਜ਼ਾਮਪਲ ਜੈ ਪ੍ਰਸਾਦ ਵਾਲੀ ਅਸ਼ਪਦੀ ਤੇ ਉਹ ਬੈਸਟ ਐਗਜ਼ਾਮਪਲ ਹੈ ਜੈ ਪ੍ਰਸਾਦ ਦੀ ਅਸ਼ਪਦੀ ਤੇ ਜਦੋਂ ਸ਼ੁਰੂ ਕਰਦੇ ਹਨ ਜਦੋਂ ਤੇ ਜੈ ਪ੍ਰਸਾਦ ਕਿੱਥੋਂ ਸ਼ੁਰੂ ਕਰਦੇ ਜੈ ਪ੍ਰਸਾਦ ਪਹਿਲੇ ਕਿੱਥੇ ਪਹਿਲੇ ਖਾਣ ਪੀਣ ਦੇ ਉੱਤੇ ਗੱਲ ਆਈ ਪਹਿਨਣ ਤੇ ਗੱਲ ਆਈ ਹੈ ਸਾਰੀ ਰਹਿਣ ਪੀਣ ਤੇ ਗੱਲ ਆਈ ਉਹ ਰਿਲੇਟ ਕਰ ਸਕਦਾ ਨਾ ਹਰ ਬੰਦਾ ਹਰ ਬੰਦਾ ਰਿਲੇਟ ਕਰ ਸਕਦਾ ਰੋਜ਼ ਖਾਂਦੇ ਆ ਰੋਜ਼ ਪੀਂਦੇ ਆ ਰੋਜ਼ ਪਹਿਨਦੇ ਆ ਰੋਜ਼ ਘਰ ਦਿੱਤਾ ਹੋਇਆ ਰਹਿਣ ਵਾਸਤੇ ਮਾਪਿਓ ਦਿੱਤੇ ਹੋਏ ਉਹ ਈਜ਼ੀ ਹੈ ਰਿਮੈਂਬਰ ਕਰਨਾ ਪਰ ਜਿਸ ਤਰ੍ਹਾਂ ਜੈਪ੍ਰਸਾਦ ਦੀ ਅਸ਼ਪਦੀ ਮੂਵ ਕਰੇਗੀ ਥੈਂਕ ਯੂ ਨੋਟ ਚੇਂਜ ਹੋ ਜਾਣਗੇ ਪਹਿਲੇ ਥੈਂਕ ਯੂ ਨੋਟ ਸੀ ਅਸੀਂ ਨਾ ਥੈਂਕ ਗੋਡ ਯੂ ਗਿਵ ਅਸ ਫੂਡ ਦੂਸਰਾ ਥੈਂਕ ਯੂ ਨੋਟ ਆਏਗਾ ਥੈਂਕ ਗੋਡ ਯੂ ਗੇਵ ਅਸ ਕਲੋਜ਼ ਟੂ ਵੇਅਰ ਫਿਰ ਥੈਂਕ ਯੂ ਨੋਟ ਆਏਗਾ ਥੈਂਕ ਗੋਡ ਫਾਰ ਦਾ ਹਾਊਸ ਦੈਟ ਯੂ ਗੇਵ ਮੀ ਫਿਰ ਥੈਂਕ ਯੂ ਨੋਟ ਆਏਗਾ ਥੈਂਕ ਗੋਡ ਫਾਰ ਦਾ ਰਾਈਟ ਮੋਮੈਂਟ ਆਇਆ ਫਿਰ ਥੈਂਕ ਯੂ ਨੋਟ ਆਏਗਾ ਥੈਂਕ ਗੋਡ ਫਾਰ ਦੀ ਜੌਬ ਐਂਡ ਮਨੀ ਦੈਟ ਯੂ ਗੇਵ ਮੀ ਯੂ ਨੋ ਟੂ ਲਿਵ ਆਫ ਫਿਰ ਥੈਂਕ ਯੂ ਨੋਟ ਬਦਲਣੇ ਸ਼ੁਰੂ ਹੋ ਜਾਣਗੇ ਅੱਗੇ ਜਾ ਕੇ ਇੱਥੇ ਤੱਕ ਥੈਂਕ ਯੂ ਨੋਟ ਆ ਜਾਣਗੇ ਜੇ ਪ੍ਰਸਾਦ ਤੂੰ ਪਾਵੇ ਸਾਚ ਜੇ ਪ੍ਰਸਾਦ ਤੇਰੀ ਪਤ ਰਹੇ ਜੇ ਪ੍ਰਸਾਦ ਕਰਨ ਸੁਨੇ ਨਾਦ ਉੱਥੇ ਤੱਕ ਵਰਡ ਆਏ ਉਹ ਅਗਲੀ ਅਵਸਥਾ ਹੈ ਉਹ ਮੈਚਿਓਰ ਹੈ ਬਹੁਤ ਜ਼ਿਆਦਾ ਤੌਰ ਸਾਰਿਆਂ ਦੇ ਕਰਨ ਸੁਨੇ ਨਾਦ ਤੇ ਅਗਰ ਉੱਥੋਂ ਸ਼ੁਰੂ ਕਰ ਲੈਂਦੇ ਤੇ ਬੰਦੇ ਇੰਪ੍ਰੈਸ ਨਾ ਹੁੰਦੇ ਕਿਉਂਕਿ ਸਾਰੇ ਨਹੀਂ ਕਰਦੇ ਨਾ ਕਰਨ ਸੁਨੇ ਨਾਦ ਕਿਸੇ ਨਾਦ ਨੂੰ ਕਿਸੇ ਨੇ ਕੀਰਤਨ ਨੂੰ ਪਿਆਰ ਕਿਸੇ ਨਾਲ ਪਰਮਾਤਮਾ ਦੇ ਨਾਦ ਦਾ ਪਿਆਰ ਕਿਸੇ ਵਿੱਚ ਹੈ ਥੈਂਕ ਯੂ ਨੋਟ ਉੱਥੋਂ ਨਹੀਂ ਸ਼ੁਰੂ ਕਰਨਗੇ ਥੈਂਕ ਯੂ ਨੋਟ ਲੋਅਰ ਲੈਵਲ ਤੇ ਸ਼ੁਰੂ ਕਰਦੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਪਾਏ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰੰਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਗੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਉੱਥੋਂ ਸ਼ੁਰੂ ਕਰਨਗੇ ਲੇਕਿਨ ਇੱਥੇ ਤੱਕ ਆਣਗੇ ਤੇ ਇੱਥੇ ਗੱਲ ਬਦਲ ਜਾਏਗੀ ਉਹ ਉਹਨੂੰ ਗੱਲ ਰਹੀ ਨਹੀਂ
ਪਰਮਾਤਮਾ ਦਾ ਭਗਤ ਹੁਣ ਕੱਪੜਿਆਂ ਦੀ ਪਰਵਾਹ ਨਹੀਂ ਕਰਦਾ, ਪਰਮਾਤਮਾ ਦਾ ਭਗਤ ਖਾਣ ਪੀਣ ਦੀ ਪਰਵਾਹ ਨਹੀਂ ਕਰਦਾ, ਪਰਮਾਤਮਾ ਦਾ ਭਗਤ ਕਿਸ ਘਰ ਚ ਰਹਿ ਰਿਹਾ ਪਰਵਾਹ ਨਹੀਂ ਕਰਦਾ। ਲੇਕਿਨ ਪਹਿਲੇ ਨਹੀਂ, ਅੱਗੇ ਜਾ ਕੇ, ਅੱਗੇ ਜਾ ਕੇ ਡਿਫਰੈਂਟ ਹੋ ਜਾਏਗਾ। ਉਸੀ ਤਰ੍ਹਾਂ ਨਾਮ ਦੀ ਅਸ਼ਪਤੀ ਵਿੱਚ ਵੀ, ਸੈਕਿੰਡ ਜਿਹੜੀ ਇਸ ਅਸ਼ਪਤੀ ਵਿੱਚ ਵੀ, ਹੁਣ ਤੁਸੀਂ ਨੋਟਿਸ ਕਰੋਗੇ 7 ਤੇ 8 ਵਿੱਚ ਜਾ ਕੇ ਹੁਣ ਨਾਮ ਦੀ ਇੱਕ ਉੱਚਲੀ ਆਪਣੀ ਸੁਰਤ ਨੂੰ ਵਧਾ ਕੇ ਹੋਰ ਉੱਚੇ ਕਰਕੇ ਨਾਮ ਨੂੰ ਹੁਣ ਨਾਮ ਪ੍ਰਾਪਤੀ ਦੇ ਤਰੀਕੇ ਦੱਸਦੇ ਹਨ। ਕਿੱਥੋਂ ਪ੍ਰਾਪਤੀ ਹੈ ਨਾਮ ਦੀ, ਤੇ ਨਾਮ ਦੀ ਪ੍ਰਾਪਤੀ ਦਾ ਤਰੀਕਾ ਸੈਕਿੰਡ ਅਸ਼ਪਤੀ ਦੱਸਿਆ ਕਿ ਨਾਮ ਮਿਲਦਾ ਕਿੱਥੋਂ ਹੈ, ਮਿਲਦਾ ਸਾਧੂ ਜਨਾਂ ਤੋਂ ਹੈ, ਹੋਰ ਕਿੱਥੋਂ ਮਿਲ ਨਹੀਂ ਸਕਦਾ, ਗੁਰੂ ਜਨਾਂ ਤੋਂ ਹੈ, ਗੁਰੂ ਤੋਂ ਮਿਲਦਾ ਹੈ, ਸਾਧੂ ਤੋਂ ਮਿਲਦਾ ਹੈ, ਸੰਤ ਤੋਂ ਮਿਲਦਾ ਹੈ, ਜਿਹੜੇ ਪਰਮਾਤਮਾ ਨਾਲ ਪਿਆਰ ਕਰਦੇ ਹਨ ਜਨ ਉਹਨਾਂ ਤੋਂ ਮਿਲਦਾ ਹੈ, ਹੋਰ ਕੋਈ ਤਰੀਕਾ ਨਹੀਂ। ਅੱਜ ਸਵੇਰੇ ਉਹਨੇ ਸ਼ਬਦ ਪੜ੍ਹਿਆ ਬਸੰਤ ਦਾ ਅੰਦਰ, ਮਾਧੋ ਸਾਧੂ ਜਨ ਦੇ ਮਿਲਾਏ, ਉਹ ਲਾਈਨ 5 ਵਾਰੀ ਰਿਪੀਟ ਕਰਦੇ ਹਾਂ ਅਸੀਂ, ਬਾਰ ਬਾਰ ਗਾਉਂਦੇ ਹਾਂ ਉਹਨਾਂ ਲਾਈਨਾਂ ਨੂੰ, ਕਿਉਂ ਉਹ ਕ੍ਰਿਟੀਕਲ ਬਣੀਆਂ, ਮਾਧੋ ਹੇ ਮਾਧੋ ਸਾਧੂ ਜਨ ਦੇ ਮਿਲਾਏ। ਬਸ ਇੱਕ ਵਾਰੀ ਮੈਨੂੰ ਕਿਸੇ ਸਾਧ ਨਾਲ, ਕਿਸੇ ਸੱਚੇ ਪਿਆਰ ਪਰਮਾਤਮਾ ਦੇ ਪੁਰਖ ਨਾਲ ਹੱਥ ਮਿਲਾ, ਦੌੜ ਤੇ ਉਹਨਾਂ ਨਾਲ, ਕਿਉਂਕਿ ਉਹਨਾਂ ਦਾ ਹੱਥ ਪਕੜਿਆ ਹੀ ਸਭ ਕੁਛ ਹੈ, ਬੜੀ ਬਰਕਤ ਹੈ ਉਹਨਾਂ ਵਿੱਚ, ਉਹਨਾਂ ਨਾਮ ਜਪਣ ਵਾਲਿਆਂ ਵਿੱਚ ਜਿਹੜੇ ਪਰਮਾਤਮਾ ਦਾ ਨਾਮ ਪਿਆਰ ਕਰਦੇ ਹਨ, ਜਿਹੜੇ ਦੂਸਰਿਆਂ ਨੂੰ ਇਨਕਰੇਜ ਕਰਦੇ ਹਨ ਇਸ ਪਾਸੇ ਆਉਣ ਦੀ, ਉਹਨਾਂ ਦੇ ਅੰਦਰ ਬੜੀ ਬਰਕਤ ਹੁੰਦੀ ਹੈ। ਉਹਨਾਂ ਦਾ ਸੰਗ ਕੀਤਿਆਂ, ਗੁਰੂ ਜਨ ਦਾ ਸੰਗ ਕੀਤਿਆਂ ਅੰਦਰ ਚੇਂਜਸ ਪੈਦਾ ਹੁੰਦੀਆਂ, ਪੋਜ਼ਿਟਿਵ ਚੇਂਜ ਪੈਦਾ ਹੁੰਦੀ ਹੈ ਉਹਨਾਂ ਦੇ ਅੰਦਰ ਜਾਣ ਨਾਲ, ਉਹਨਾਂ ਦੇ ਸੰਗ ਕਰਨ ਨਾਲ। ਇਸ ਵਾਸਤੇ ਦੂਸਰੀ ਅਸ਼ਪਤੀ ਸੁਖਮਨੀ ਦੀ ਵੀ ਨਾਮ ਦੀ ਪਰਿਭਾਸ਼ਾ ਦੇ ਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਇਨਕਰੇਜ ਕਰਦੇ ਹਨ ਬਹੁਤ, ਤੇ ਇਹ ਕਹਿੰਦੇ ਹਨ ਇਸ ਤੋਂ ਬਿਨਾਂ ਤੇਰਾ ਸਾਰ ਨਹੀਂ ਬਣਨਾ ਪ੍ਰੇਮਾ ਭਗਤੀ ਤੋਂ ਸਿਵਾਏ। ਤੇ ਹੁਣ 7 ਤੇ 8 ਚ ਆ ਕੇ ਉਸ ਭਗਤ ਜਨ ਦੀ, ਉਸ ਪਰਮ ਪੁਰਖ ਦੀ, ਜਿਸਨੇ ਵਾਕਈ ਪ੍ਰੇਮਾ ਭਗਤੀ ਦੇ ਰਤ ਕੇ ਆਪਣਾ ਜੀਵਨ ਬਤੀਤ ਕੀਤਾ ਹੈ, ਉਸਦੀ ਅਵਸਥਾ ਬਿਆਨ ਕਰਦੇ ਹਨ। ਹਾਂਜੀ, ਸੋ ਇਹ ਸਾਰੇ ਨਹੀਂ ਕਰ ਸਕਦੇ, ਇਹ ਸਾਰਿਆਂ ਦੀ ਬਸ ਦੀ ਨਹੀਂ ਹੈ। ਇੱਕ ਵਾਰੀ ਉਹ ਸ਼ਬਦ ਸਿੱਖਿਆ ਸੀ ਅਸੀਂ, ਉਹ ਹਟਵਾਣੀ ਧਨ, ਮੈਂ ਦੁਬਾਰਾ ਰੀਲਰਨ ਕਰਨਾ ਸ਼ਬਦ ਹਟਵਾਣੀ ਧਨ। ਅਗਲੀ ਵਾਰ ਕੀ ਸੀ, ਉਹਦੇ ਵਿੱਚ ਪਰਮਾਤਮਾ ਦੇ ਪਿਆਰ ਨਾਲ ਕੰਪੈਰੀਜ਼ਨ ਕੀਤੀ ਗਈ ਹੈ ਡੇਲੀ ਲਾਈਫ ਵਿੱਚ। ਲੈਟਸ ਗੋ ਥਰੂ ਦੈਟ ਸ਼ਬਦ ਐਂਡ ਆਈ ਥਿੰਕ ਦੈਟ ਮਾਈਟ ਮੇਕ ਮੋਰ ਸੈਂਸ ਵੈਨ ਵੀ ਅੰਡਰਸਟੈਂਡ ਦੈਟ ਪਾਰਟ। ਇੱਕ ਵਾਰੀ ਪ੍ਰਿੰਟਡ ਕਾਪੀ ਵੀ ਕਿਸੇ ਨੇ ਦਿੱਤੀ ਹੋਈ ਸੀ, ਪਰ ਸ਼ਾਇਦ ਹੋ ਗਈ ਸੀ। ਹਟਵਾਣੀ ਧਨ ਦੁਕਾਨਦਾਰ, ਉਹ ਆਪਣੀ ਦੁਕਾਨ ਤੇ ਜਦੋਂ ਜਾਂਦਾ ਨਾ ਤੇ ਆਪਣੇ ਚੀਜ਼ਾਂ ਨੂੰ ਜਦੋਂ ਦੇਖਦਾ, ਆਪਣੀ ਦੁਕਾਨ ਸੱਜੀ ਦੁਕਾਨ ਜਦੋਂ ਨਜ਼ਰ ਆਉਂਦੀ ਉਸਨੂੰ ਆਪਣੀ, ਤੇ ਉਹਦੇ ਮਨ ਦੀ ਜਿਹੜੀ ਪ੍ਰਸੰਨਤਾ ਤੇ ਦਿ ਫੀਲਿੰਗ ਆਫ ਹੈਪੀਨੈਸ ਦੈਟ ਹੀ ਗੈਟਸ ਇਨਸਾਈਡ, ਕਿ ਦੇਖ ਕੇ ਵਾਹ ਕਿਆ ਦੁਕਾਨ ਹੈ, ਦੇਖ ਕੇ ਉਹਦਾ ਮਨ ਪ੍ਰਫੁੱਲਿਤ ਹੋ ਜਾਂਦਾ। ਬਸੰਤ ਮਹੱਲਾ ਪੰਜਵਾਂ, ਹਟਵਾਣੀ ਧਨ ਮਾਲ ਹਾਟ ਕੀਨ, ਜੁਆਰੀ ਜੁਏ ਮਾਹੇ ਜੀਤ, ਅਮਲੀ ਜੀਵੇ ਅਮਲ ਖਾਏ, ਤਿਉਂ ਹਰਜਨ ਦੀ ਵੇ ਹਰ ਪਿਆਰੇ। ਜਿਸ ਤਰ੍ਹਾਂ ਡਰੱਗ ਲੈਣ ਵਾਲਾ ਪਰਸਨ ਹੂ ਇਜ਼ ਅ ਡਰੱਗ ਐਡਿਕਟ ਹੋਵੇ, ਅਮਲੀ ਖਾਣ ਵਾਲਾ, ਉਹਦੇ ਨਾਲ ਜਿੰਨਾ ਡਰੱਗ ਦਾ ਪਿਆਰ ਆਉਂਦਾ ਰਹਿ ਨਹੀਂ ਸਕਦਾ, ਉਹਦੇ ਬਿਨਾਂ ਮਰ ਜਾਏਗਾ ਉਹ। ਤੇ ਜੁਆਰੀ ਜੁਏ ਮਾਹੇ ਚੀਤ, ਤੇ ਜਿਹਨਾਂ ਨੂੰ ਗੈਮਲਿੰਗ ਦੀ ਲੱਤ ਹੈ, ਜਿਹਨਾਂ ਨੂੰ ਪੀਪਲ ਹੂ ਆਰ ਇੰਗ੍ਰੋਸਡ ਇਨ ਗੈਮਲਿੰਗ, ਉਹ ਗੈਮਲਿੰਗ ਬਗੈਰ ਜੀ ਨਹੀਂ ਸਕਦੇ, ਉਸੀ ਤਰ੍ਹਾਂ ਜਿਸ ਤਰ੍ਹਾਂ ਗੈਮਲਿੰਗ ਤੋਂ ਬਿਨਾਂ ਗੈਮਲਿੰਗ ਨਹੀਂ ਜੀ ਸਕਦਾ, ਅਮਲੀ ਤੋਂ ਬਿਨਾਂ ਉਹ ਨਹੀਂ ਜੀ ਸਕਦਾ। ਤੇ ਹਟਵਾਣੀ ਧਨ ਹਟਮਾਲ ਕੀਨ, ਦੁਕਾਨਦਾਰ ਆਪਣੀ ਚੀਜ਼ਾਂ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਤੇ ਉਹ ਹਰ ਜਨ ਜੀਵੇ ਹਰ ਪਿਆਰ। ਹੁਣ ਰਿਲੇਟ ਕਰੋ ਇਸ ਨੂੰ, ਅੱਗੇ ਦੇਖੋ, ਕਿਉਂ ਹਰ ਜਨ ਜੀਵੇ ਹਰ ਪਿਆਏ, ਆਪਣੇ ਰੰਗ ਸਭ ਕੋ ਰਚੇ, ਜਿਤ ਪ੍ਰਭ ਲਾਇਆ ਤਿਤ ਲਗੇ, ਮੇਘ ਸਮੇ ਮੋਰ ਗਿਰਤ ਕਾਰ। ਇਸ ਤਰ੍ਹਾਂ ਬਾਰਿਸ਼ ਦੇ ਮੌਸਮ ਵਿੱਚ ਮੋਰ ਖੁਸ਼ ਹੋ ਜਾਂਦਾ ਆਪਣੇ ਪੰਖ ਉਡਾ ਕੇ, ਚੰਦ ਦੇਖ ਬਿਗਸੇ ਕੋਲਾਰ, ਚੰਦਰਮਾ ਨੂੰ ਦੇਖ ਕੇ ਕੋਲ ਜਿਹੜੇ ਹੈਂ, ਜਿਹੜੇ ਪੰਛੀ ਜਿਹੜਾ ਹੈ ਜਿਹੜਾ, ਉਹ ਆਪਣੇ ਅੰਦਰੋਂ ਇੱਕ ਚੰਦਰਮਾ ਨੂੰ ਦੇਖ ਕੇ ਖੁਸ਼ ਹੋ ਜਾਂਦਾ ਜਦੋਂ, ਤੇ ਮਾਤਾ ਬਾਲਕ ਦੇਖ ਆਨੰਦ। ਜਿਸ ਤਰ੍ਹਾਂ ਮਾਂ ਆਪਣੇ
ਬੱਚੇ ਨੂੰ ਛੋਟੇ ਬੱਚੇ ਨੂੰ ਦੇਖ ਕੇ ਜੋ ਗਲੇ ਲਗਾਉਂਦੀ ਹੈ ਜਦੋਂ ਉਹ ਜਿਹੜੀ ਖੁਸ਼ੀ ਹੈ ਮਾਂ ਨੂੰ ਜਿਹੜੀ ਦੇਖ ਕੇ ਜਿਹੜਾ ਆਨੰਦ ਹੈ ਜਿਹੜਾ ਮਾਂ ਦਾ ਮਾਤਾ ਬਾਲਕ ਦੇਵ ਤਿਉਂ ਹਰ ਜਨ ਜੀਵੇ ਛਪ ਕੋ ਸਾਈਂ ਪਰਮਾਤਮਾ ਦੇ ਭਗਤ ਉਸਨੂੰ ਉਹ ਜੀ ਰਿਲੇਸ਼ਨਸ਼ਿਪ ਹੈ ਉਹਨਾਂ ਦੀ ਅੱਗੇ ਦੇਖੋ ਵਾਲੀ ਗੱਲ ਬਣੀ ਨਹੀਂ ਸਿੰਘ ਰੁਚੇ ਸਦ ਭੋਜਨ ਮਾਸ ਜਿਸ ਤਰ੍ਹਾਂ ਸ਼ੇਰ ਨੂੰ ਮਾਸ ਪਸੰਦ ਹੈ ਦੇਖਦਿਆਂ ਸਾਲ ਦੀਆਂ ਡਿਗਰਾਂ ਉੱਥੇ ਚਲੀ ਜਾਂਦੀਆਂ ਰਣ ਦੇਖ ਸੂਰੇ ਚਿੱਤ ਉਲਾਸ ਤੇ ਸੁਰਮੇ ਬਹਾਦਰ ਜਦੋਂ ਮੈਦਾਨੇ ਜੰਗ ਵੀ ਜਾਂਦੀਆਂ ਦੇਖ ਕੇ ਉਹਨਾਂ ਦੀਆਂ ਛਾਤੀਆਂ ਚੋੜੀਆਂ ਹੋ ਜਾਂਦੀਆਂ ਖੁਸ਼ ਹੋ ਜਾਂਦੇ ਦੇਖ ਕੇ ਅਤੇ ਇਹ ਤੇ ਐਗਜ਼ਾਮਪਲ ਮੇਰੇ ਕੋਲ ਬਣੀਆਂ ਹੈ ਬਿਜ਼ਨਸ ਵਿੱਚ ਆ ਉਸੇ ਕਿਰਪਨ ਕੋ ਅੱਤ ਤੰਗ ਪਿਆ ਤੇ ਕਈ ਕੰਜੂਸ ਹੁੰਦੇ ਵਿਚਾਰੇ ਪੈਸੇ ਨਹੀਂ ਖਰਚ ਕਰ ਸਕਦੇ ਆਪਣੇ ਤੇ ਨਹੀਂ ਖਰਚ ਕਰ ਸਕਦੇ ਆਪਣੀ ਫੈਮਿਲੀ ਤੇ ਨਹੀਂ ਖਰਚ ਕਰ ਸਕਦੇ ਧਰਮ ਕਾਰਜਾਂ ਵਾਸਤੇ ਤੇ ਬਿਲਕੁਲ ਹੀ ਨਹੀਂ ਖਰਚ ਕਰ ਸਕਦੇ ਨਹੀਂ ਹੈ ਮਨ ਦਿੱਤਾ ਨਹੀਂ ਪਰਮਾਤਮਾ ਕਿਰਪਨ ਅੰਦਰੋਂ ਮਨ ਇਹੋ ਜਿਹਾ ਦਿੰਦਾ ਹੈ ਕਿ ਨਹੀਂ ਨਹੀਂ ਆਪਣੇ ਕੋਲ ਜੋੜ ਕੇ ਰੱਖਣਾ ਉਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਜਿਤਨਾ ਧਨ ਨਾਲ ਪਿਆਰ ਹੈ ਕਿਰਪਨ ਕੋ ਅੱਤ ਧਨ ਪਿਆਰ ਜਿਤਨਾ ਧਨ ਦਾ ਪਿਆਰ ਉਸ ਕਿਰਪਨ ਦੇ ਅੰਦਰ ਹੈ ਹਰ ਜਨ ਕੋ ਹਰ ਹਰ ਆਧਾਰ ਇਸ ਤਰ੍ਹਾਂ ਉਹਨਾਂ ਵਾਸਤੇ ਉਹ ਧਨ ਜਿਤਨਾ ਪਿਆਰ ਹੈ ਉਹਨਾਂ ਵਾਸਤੇ ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦੇ ਜਨਾਂ ਵਾਸਤੇ ਹਰ ਜਨ ਕੋ ਹਰ ਹਰ ਆਧਾਰ ਉਹਨਾਂ ਦਾ ਆਧਾਰ ਪਰਮਾਤਮਾ ਦੀ ਟੇਕ ਹੈ ਇਹ ਐਗਜ਼ਾਮਪਲ ਦੇ ਕੇ ਸਮਝਾਇਆ ਨੇ ਪਿਆਰ ਪ੍ਰੇਮ ਭਗਤੀ ਵਾਲਾ ਸਰਬ ਰੰਗ ਇੱਕ ਰੰਗ ਮਾਂ ਹੈ ਸਰਬ ਸੁੱਖਾਂ ਸੁੱਖ ਹਰ ਕੇ ਨਾਏ ਤੇ ਸੇ ਪ੍ਰਾਪਤ ਇਹੋ ਨਿਧਾਨ ਨਾਨਕ ਗੁਰ ਜਸ ਕਰੇ ਨਾਨਕ ਗੁਰ ਜਿਸ ਕਰੇ ਦਾਨ ਇਹ ਦਾਨ ਹੈ ਭੀਖ ਹੈ ਜਿਸਨੂੰ ਮੇਰਾ ਮਾਲਕ ਦਵੇ ਜਿਸਨੂੰ ਮੇਰਾ ਮਾਲਕ ਇਹ ਪਾ ਦਵੇ ਉਹਦੀ ਚੋਲੀ ਵਿੱਚ ਜਿਸਨੂੰ ਦਵੇ ਸੋ ਇਸੇ ਗੱਲ ਦੇ ਉੱਤੇ ਇਸੇ ਗੱਲ ਦੇ ਉੱਤੇ ਹੁਣ ਅਗਲੀ ਅਸ਼ਪਤੀ ਰਿਲੇਟ ਕਰਨਾ ਈਜ਼ੀ ਹੋ ਜਾਏਗਾ ਤੁਹਾਡੇ ਵਾਸਤੇ ਕਿ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਮਾਲਕ ਜੀਨਾ ਜਿਸ ਤਰ੍ਹਾਂ ਐਗਜ਼ਾਮਪਲ ਵਿੱਚ ਜਿੰਨਾ ਉਹ ਜਿਸ ਤਰ੍ਹਾਂ ਦੂਸਰਿਆਂ ਵਾਸਤੇ ਮਾਲ ਮਟੀਰੀਅਲ ਵੈਲਥ ਨੂੰ ਦੇਖ ਕੇ ਪੀਪਲ ਫੀਲ ਸੋ ਹੈਪੀ ਐਂਡ ਪੀਪਲ ਫੀਲ ਇਨਵਿਗਰੇਟਡ ਵਿਦ ਦੈਟ ਲਾਈਕ ਦੇ ਚੈੱਕ ਦੇਅਰ ਬੈਂਕ ਅਕਾਊਂਟ ਬੈਲੈਂਸਸ when they look at the wealth that they have created, when they look at their houses, when they look at their cars, when they look at their whatever they have, and they jitni khushi unhon nu mehsoos hundi hai unhon nu parmatma ne bhaktan nu oh prema bhakti vich ohi khushi milti hai unhon nu har word aaya hai har har jan ke maal khazina khazina khazane nu kehnde maal khazina material wealth jis tarah unhon nu material wealth to khushi unhon nu mildi hai ਪ੍ਰੇਮਾ ਭਗਤੀ ਵਿੱਚ ਜੁੜੇ ਹੋਏ ਭਗਤਾਂ ਦੀ ਮਟੀਰੀਅਲ ਵੈਲਥ ਪਰਮਾਤਮਾ ਦਾ ਪਿਆਰ ਹੈ ਤੇ ਪਰਮਾਤਮਾ ਦਾ ਪਿਆਰ ਤੋਂ ਮਤਲਬ ਦਿਸ ਮੀਨ ਲਵ ਆਫ ਗੋਡ ਮੀਨਸ ਵਾਟ ਟੂ ਲਾਈਕ ਟੂ ਲਾਈਕ ਲਵ ਆਫ ਗੋਡ ਹਾਊ ਡਸ ਵਨ ਨੋ ਵੈਨ ਇਨ ਅ ਡੇਲੀ ਲਿਵਿੰਗ ਸਮਬਡੀ ਰੀਲੀ ਲਵਸ ਗੋਡ ਸੋ ਵਾਟ ਆਰ ਦੀ ਸਮ ਆਫ ਦੀ ਕੈਰੇਕਟਰਿਸਟਿਕਸ ਆਫ ਦੈਟ ਪਰਸਨ ਦੋ ਮੈਨ ਕਿ ਕਿਸ ਤਰ੍ਹਾਂ ਪਤਾ ਲੱਗੇ ਕਿ ਆਈ ਰੀਲੀ ਲਵ ਗੋਡ ਜਿਹਨੂੰ ਬਹੁਤਾ ਹੀ ਪਿਆਰ ਹੋਵੇ ਪਰਮਾਤਮਾ ਨੂੰ ਕਿੰਝ ਪਤਾ ਲੱਗੇ ਡੇਲੀ ਲਿਵਿੰਗ ਚੋਂ ਕੀ ਰਿਫਲੈਕਟ ਹੋਵੇ ਕਿ ਪਤਾ ਲੱਗੇ ਵੀ ਹਾਂ ਵਾਕਈ ਨਾਮ ਤਾਂ ਦਾ ਧਨੀ ਹੈ ਬੜਾ ਕਮਾਈ ਹੈ ਬੜੀ ਕਿਸ ਤਰ੍ਹਾਂ ਪਤਾ ਆਪਣੀ ਆਪਣੀ ਥਿੰਕ ਲੈਵਲ ਆਫ ਥਿੰਕਿੰਗ ਨੂੰ ਉੱਚਾ ਕਰੋ ਸੁਰਤ ਨੂੰ ਉੱਚਾ ਵਧਾਓ ਵਿਚ ਐਵਰ ਗ੍ਰੇਡ ਯੂ ਆਰ ਇਨ ਯੂ ਥਿੰਕ ਯੂ ਆਰ ਟੂ ਗ੍ਰੇਡ ਹਾਇਰ ਆਪਣੀ ਸੁਰਤ ਨੂੰ ਉੱਚਾ ਕਰੋ ਅਸੀਂ ਜਸ਼ਨ ਕਿੰਝ ਪਤਾ ਲੱਗੇ ਤੁਸੀਂ ਕਿੰਝ ਕਿੰਝ ਆਪਣੀ ਡੇਲੀ ਲਿਵਿੰਗ ਚੋਂ ਕਿਸਾਂ ਪਤਾ ਲੱਗੇ ਵੀ ਕੌਣ ਹੈ ਇਹ ਇਹ ਪਰਮਾਤਮਾ ਨੂੰ ਪਿਆਰ ਕਰਨ ਵਾਲਾ ਹੈ ਬੜਾ ਲਾਈਕ ਵਾਟ ਫੋਰ ਗਿਵ ਟੂ ਔਰ ਥਰੀ ਐਗਜ਼ਾਮਪਲਸ ਦੇ ਟ੍ਰੀਟ ਅਦਰਸ ਬੜਾ ਇੰਪੋਰਟੈਂਟ ਕਿਉਂਕਿ ਵਾਈ ਜਸ ਮੀਨ ਬਿਕਾਜ਼ ਦੇ ਬਿਕਾਜ਼ ਸਰਗੁਣ ਰੂਪ ਵਿੱਚ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਨਾ ਸੋ ਇਫ ਦੇ ਸੀ ਗਾਡ ਇਨ ਐਵਰੀਬਡੀ ਦੈਨ ਦ ਟ੍ਰੀਟਮੈਂਟ ਡਿਫਰੈਂਟ ਹੋ ਜਾਂਦੀ ਐਂਡ ਦੈਨ ਸਪੈਸ਼ਲੀ ਟ੍ਰੀਟ ਹੂ ਬੈਟਰ ਪੀਪਲ ਹੂ ਆਰ Pillow people who think are not at the same economic status as you are probably, right? People people who are really poor. From an intellectual angle, we poor ho sakte hain, material angle to be poor. Hor ki an example of Pramatma ke pyar karne wale. Hari bache? They don't get angry? Yeah, that's another one. But life actions, dusriyan di taraf ho. Main kal pichle hafte gal dassi si. They need to be angry. Ab to vaddi chahiye. They are givers. They are not takers.
ਇਹ ਚੇਂਜ ਬਹੁਤ ਮੁਸ਼ਕਿਲ ਹੈ ਮਿਲਣੀ। ਉਹ ਪੂਰੀ ਜ਼ਿੰਦਗੀ ਦੇਣੇ ਨੂੰ, ਪੂਰੀ ਜ਼ਿੰਦਗੀ ਉਹਨਾਂ ਦੀ ਦੇਣ ਚਲੀ ਜਾਂਦੀ ਹੈ, ਦੇ ਦੇ ਕੇ ਦੇ ਦੇ ਜੋ ਹੈ ਦੇ ਦਿੰਦੇ, ਸਾਰਾ ਆਪਣਾ ਮੰਗਦੇ ਨਹੀਂ, ਕੁਛ ਮੰਗਦੇ ਤਾਂ ਨਹੀਂ ਕਿਉਂਕਿ ਦੇਣ ਵਾਲਾ ਪਿੱਛੇ ਫਿਰਦਾ ਉਹਨਾਂ ਦੇ, ਉਹ ਦੇ ਕੇ ਬੰਦਾ ਕਹਿੰਦਾ ਤੂੰ ਕਹਿੰਦਾ ਰਹਿਣੀ ਨਹੀਂ ਚੀਜ਼ ਹੈ, ਉਹ ਦੇਣ ਵਾਲਾ ਪਿੱਛੇ ਬੈਠਾ ਹੋਇਆ ਉਹਨਾਂ ਦੇ, ਜਿੱਥੇ ਜਾਂਦਾ ਉਹਦੇ ਪਿੱਛੇ ਜਾਂਦਾ। ਸਭ ਤੋਂ ਵੱਡੀ ਚੇਂਜ ਆਉਂਦੀ ਹੈ ਦੇਣ ਦੀ ਮਿੱਟੀ ਵਿੱਚ ਆਉਂਦੀ ਹੈ, ਦੇਣ ਦੇ ਰੂਪ ਵਿੱਚ ਆਉਂਦੇ ਆ, ਉਹਦੇ ਗਿਵਰਸ ਹੁੰਦੇ, ਟੇਕਰਸ ਨਹੀਂ ਹੁੰਦੇ। ਜਿੱਦਾਂ ਸੋਸਾਇਟੀ ਤੋਂ ਅਗਰ $1 ਲੈਂਦੇ $10 ਵਾਪਸ ਕਰਨਗੇ, ਜਿਸ ਚੀਜ਼ ਤੋਂ ਇੱਕ ਚੀਜ਼ ਲੈਂਦੇ 10 ਗੁਣਾ ਵਾਪਸ ਕਰਨਗੇ ਵਾਪਸ। ਇਹ ਪਰਮਾਤਮਾ ਦੀ ਭਗਤੀ ਦਾ ਨਿਸ਼ਾਨੀ ਹੈ, ਇਹ ਪਰਮਾਤਮਾ ਦੇ ਪਿਆਰ ਕਰਨ ਵਾਲੀਆਂ ਦੀਆਂ ਨਿਸ਼ਾਨੀਆਂ ਨੇ। ਹੋਰ ਕਿਹੜੀਆਂ ਨਿਸ਼ਾਨੀਆਂ ਪਰਮਾਤਮਾ ਦੇ ਪਿਆਰ ਕਰਨ ਵਾਲੀਆਂ? ਪਿਛਲੇ ਆਪਣੇ ਸ਼ਬਦ ਸਿੱਖਿਆ ਖਿਮਾ ਸਿੰਘਾਰ ਕਾਮਲ ਤਨ ਪਹਿਰੇ ਰਾਵੇ ਲਾਲ ਪਿਆਰੀ। ਲਾਸਟ ਵੀਕ ਸ਼ਬਦ ਸਿੱਖਿਆ ਆਸਾ ਦਾ ਸੀ, ਤੇ ਪੂਰੇ ਸ਼ਬਦ ਦਾ ਮਜ਼ਮੂਨ ਹੈ ਜੀਵ ਇਸਤਰੀ ਸੋਲ ਬ੍ਰਾਈਟ ਆਪਣੇ ਆਪ ਨੂੰ ਕਿਸ ਤਰ੍ਹਾਂ ਦਾ ਸਿੰਗਾਰ ਕਰੇ, ਕਿਸ ਤਰ੍ਹਾਂ ਆਪਣਾ ਆਪਣਾ ਮੇਕਅਪ ਲਗਾਏ, ਆਪਣੇ ਕਿਹੜੇ ਗਹਿਣੇ ਪਹਿਰੇ ਕਿ ਆਪਣੇ ਪਰਮੇਸ਼ਰ ਨੂੰ ਸੋਹਣੀ ਲੱਗਣੀ, ਅਟਰੈਕਟਿਵ ਲੱਗਣੀ ਸ਼ੁਰੂ ਹੋ ਜਾਂਦਾ। ਮੈਂ ਦੱਸ ਮੈਂ ਕੀ ਕਰ ਗਿਆ, ਸ਼ਬਦ ਸ਼ੁਰੂ ਹੁੰਦਾ ਆਸਾ ਮੱਲਾ ਪਹਿਲਾਂ ਲਾਲ ਲਾਲ ਜੀ ਬਹੁ ਗੁਣ ਕਾਮਣ ਮੋਹਣੀ, ਹੇ ਮੈਂ ਕਾਮਣ ਮੈਂ ਜੀਵ ਇਸਤਰੀ ਤੇਰੇ ਗੁਣਾਂ ਤੋਂ ਮੋਹੀ ਗਈ ਹਾਂ, ਤੇਰੇ ਕੁਆਲਿਟੀਜ਼ ਤੋਂ ਮੈਂ ਮੋਹਿਤ ਹੋ ਗਈ ਹਾਂ, ਬੜੀ ਅਟਰੈਕਟਿਡ ਹੋ ਗਈ ਹਾਂ ਬੜੀ। ਤੇਰੇ ਗੁਣ ਹੋਏ ਨਾ ਅਮਰੀ, ਤੇਰੇ ਗੁਣ ਹੋਰ ਕਿਸੇ ਚ ਨਹੀਂ ਹੈ ਤੇਰੇ ਵਰਗੀ, ਤੇ ਇਹ ਤੇਰੇ ਗੁਣ ਤੇਰੇ ਵਿੱਚ ਹੈ। ਦੱਸ ਮੈਂ ਕੀ ਕਰਕੇ ਆਵਾਂ ਜੇ ਤੈਨੂੰ ਅਟਰੈਕਟਿਵ ਲੱਗਾ, ਦੱਸ ਮੈਂ ਕਿਹੜਾ ਸਿੰਗਾਰ ਕਰਕੇ ਆਵਾਂ, ਦੱਸ ਕੀ ਲਗਾਵਾਂ, ਕਿਹੜੇ ਗਹਿਣੇ ਪਾਵਾਂ, ਕਿਹੜੇ ਕੰਚ ਕਿਹੜੀਆਂ ਮੁੰਦਰੀਆਂ ਪਾਵਾਂ, ਦੱਸ ਬੁੱਧ ਕਿਹੜਾ ਸਿੰਗਾਰ ਕਰਾਂ ਮੈਂ। ਤੇ ਮਹਾਰਾਜ ਨੇ ਉੱਥੇ ਹਰ ਪਹਿਲੂ ਵਿੱਚ ਸ਼ਿੰਗਾਰ ਦੱਸਿਆ ਕਿਹੜੇ ਸ਼ਿੰਗਾਰ ਕਰਨੇ ਕਰ। ਹਾਂਜੀ, ਤੇ ਪਹਿਲਾਂ ਦੱਸਿਆ ਮੈਂ ਨਾ ਕਿ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੁੱਤ ਧਾਰੇ ਖਿਮਾ ਸਿੰਗਾਰ ਕਾਮਨ ਤਨ ਪਹਿਰੇ ਰਾਵੇ ਲਾਲ ਪਿਆਰੇ। ਪਹਿਲਾਂ ਸਿੰਗਾਰ ਕਰ, ਤੂੰ ਗਲੇ ਵਿੱਚ ਆਪਣੇ ਪ੍ਰਾਣਾਂ ਦਾ ਮੋਤੀਆਂ ਦਾ ਇਸ ਉਜਵਲ ਆਪਣੇ ਸਰੀਰ ਨੂੰ ਪਵਿੱਤਰ ਕਰਕੇ ਉਹ ਹਾਰ ਪਾ, ਤੇ ਮੇਰੇ ਸਾਹਮਣੇ ਖਿਮਾ ਦਾ ਸਿੰਗਾਰ ਕਰਕੇ ਆਏ, ਖਿਮਾ ਦਾ ਮੇਕਅਪ ਕਰਕੇ ਆਏ, ਫਰਗਿਵਨੈਸ ਵਾਲਾ ਮੇਕਅਪ ਲੈ ਕੇ ਆਏ। ਖਿਮਾ ਸਿੰਗਾਰ ਕਾਮਨ ਤਨ ਪਹਿਰੇ, ਇਹ ਤਨ ਤੇ ਖਿਮਾ ਦਾ ਸਿੰਗਾਰ ਕਰਕੇ ਆ। ਬਹੁਤ ਮੁਸ਼ਕਿਲ ਹੈ ਖਿਮਾ ਦਾ ਸਿੰਗਾਰ ਕਰਨਾ, ਕੋਈ ਅਨਾਪ ਸ਼ਨਾਪ ਤੁਹਾਡੇ ਅੱਗੇ ਬੋਲ ਜਾਏ, ਕੋਈ ਤੁਹਾਨੂੰ ਗਾਲ ਕੱਢ ਜਾਏ, ਤੁਹਾਡੀ ਬੇਇੱਜ਼ਤੀ ਕਰ ਜਾਏ, ਤੁਹਾਡੀ ਇਨਸਲਟ ਕਰ ਜਾਏ, ਇਹ ਰੱਬੀ ਬੰਦੇ ਦੀਆਂ ਨਿਸ਼ਾਨੀਆਂ ਹਨ। ਸੁਣ ਕੇ ਵੀ ਕਹਿ ਦੇਵੇ ਕੋਈ ਗੱਲ ਨਹੀਂ, ਇਟਸ ਓਕੇ, ਯੂ ਆਰ ਹਿਊਮਨ, ਹੋ ਜਾਣਗੀਆਂ ਗਲਤੀਆਂ ਸਭ ਕੋਲ, ਮੈਂ ਮਾਫ਼ ਕਰਦਾ ਤੁਹਾਨੂੰ। ਯੂ ਨੋ, ਦੇਖ ਕੇ ਅਡਿਟ ਕਰ ਦੇਣਾ, ਅਰਦਾਸ ਵਿੱਚ ਵਰਡ ਤਾਂ ਹੀ ਐਡ ਕੀਤੇ ਗਏ, ਨਾਲ ਇਹ ਵਰਡ ਤਾਂ ਐਡ ਕੀਤੇ ਗਏ ਅਰਦਾਸ ਵਿੱਚ, ਕਿ ਇਹ ਨਾ ਹੋਵੇ ਕਿ ਤੁਹਾਡੀ ਹੇਟਰਡ ਕਿਤੇ ਮੁਸਲਮਾਨਾਂ ਤਰਫ ਨਾ ਚਲੀ ਗਿਆ। ਜਦੋਂ ਇਹ ਬੰਦਾ ਸੁਣੇ ਚੱਕੀਆਂ ਦੇ ਚੜੇ ਆਰਿਆਂ ਨਾਲ ਤਨ ਚਿਰਾਏ, ਆਪਣੀਆਂ ਬੱਚਿਆਂ ਦੇ ਟੋਟੇ ਟੋਟੇ ਕਰਕੇ ਮਾਵਾਂ ਨੇ ਹਾਰ ਪੁਆਏ, ਇਹ ਨਾ ਹੋਏ ਕਿ ਇਹ ਸੁਣ ਕੇ ਬੰਦ ਬੰਦ ਘਟਾਏ, ਇਹ ਨਾ ਹੋਏ ਗੁਰਸਿੱਖ ਕੋਈ ਸੁਣੇ ਤੇ ਕਹੇ ਯਾਰ ਬੰਦੇ ਦਾ ਬਦਲਾ ਜ਼ਰੂਰ ਲੈਣਾ ਅਸੀਂ ਅੱਗੇ ਜਾ ਕੇ, ਇਹ ਵੀ ਕਰਤਾ, ਇਹ ਸਭ ਕਰਕੇ ਵੀ ਦੇਖ ਕੇ ਅੰਗੜ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਇਹ ਅਰਦਾਸ ਲਿਖਣ ਵਾਲਿਆਂ ਦੀ ਵੱਡੀ ਇੱਕ ਸੋਚ ਹੈ ਗੁਰਮਤਿ, ਕਿ ਨਹੀਂ ਜੋ ਹੋ ਗਿਆ ਹੋ ਗਿਆ, ਇਹ ਵੀ ਤੇਰੇ ਭਾਣੇ ਵਿੱਚ ਹੋਇਆ, ਤੇਰੇ ਹੁਕਮ ਚ ਹੋਇਆ, ਤੇਰਾ ਕਸੂਰ ਨਹੀਂ ਕੋਈ, ਅਸੀਂ ਦੇਖ ਕੇ ਅੰਡਿਟ ਕਰ ਦਿੱਤਾ ਉਸਨੂੰ। ਉਹ ਖਿਮਾ ਦਾ ਸਿੰਗਾਰ ਹੈ। ਉਸੀ ਤਰ੍ਹਾਂ ਅੱਗੇ ਜਾ ਕੇ ਧੀਰਜ ਦਾ ਸਿੰਗਾਰ ਕਰਦੇ ਹਨ, ਧੀਰਜ ਦਾ ਸਿੰਗਾਰ ਕਰਕੇ ਆ, ਪਿਆਰ ਦਾ ਸਿੰਗਾਰ ਕਰਕੇ ਆ ਮੇਰੇ ਕੋਲ, ਫਿਰ ਸੋਹਣੀ ਲੱਗੇਗੀ, ਫਿਰ ਅਟਰੈਕਟਿਵ ਲੱਗੇਗੀ ਮੈਨੂੰ, ਮੈਂ ਫਿਰ ਅੱਗੇ ਜਾ ਕੇ ਜੇ ਕਰਦੇ ਲੱਗੇ ਜਾ ਕੇ ਅੱਗੇ ਜਾ ਕੇ ਸਾਰੇ ਸਿੰਗਾਰਾਂ ਦੀ ਡਿਸਕ੍ਰਿਪਸ਼ਨ ਆਏਗੀ, ਤੇ ਆਪਣੇ ਆਪ ਨੂੰ ਖੂਬਸੂਰਤ। ਸੋ ਪਰਮਾਤਮਾ ਦੇ ਪਿਆਰ ਕਰਨ ਵਾਲੀ ਦੀ ਨਿਸ਼ਾਨੀਆਂ ਇਹ ਹੁੰਦੀਆਂ ਕਿ ਇਹ ਦੇ ਪੁੱਟ ਦੈਟ ਮੇਕਅਪ ਔਨ, ਦੇ ਪੁੱਟ ਦੈਟ ਦੇ ਹੈਵ ਦੈਟ ਗੁੱਡ, ਦੇ ਲੁੱਕ ਲਾਈਕ ਦੈਟ। ਇਸ ਵਾਸਤੇ ਉਹਨਾਂ ਦੀ ਵਡਿਆਈ ਹੈ, ਹਰ 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 ਜਨ ਕੇ ਮਾਲ ਖਜ਼ੀਨਾ, ਹਰ ਹਰ ਧਨ ਜਨ ਕੋ, ਇਹ ਧਨ ਉਹ ਦੇ ਸਕਦਾ ਹੋਰ ਕੋਈ ਨਹੀਂ, ਗੁਰੂ ਦੇਣ ਵਾਲਾ ਧਨ ਇਹ ਆਪਣੇ ਨਹੀਂ, ਖਿਮਾ ਦਾ ਸਿੰਗਾਰ ਕਰਾਉਣ ਵਾਲਾ ਉਹ ਹੈ। ਬਾਣੀ ਵਿੱਚ ਇਹ ਵੀ ਵਰਡ ਆਏ ਹਨ, ਜੇ ਖਿਮਾ ਤਹ ਆਪ, ਇਹ ਵੀ ਵਰਡ ਆਏ, ਜਿੱਥੇ ਫਰਗਿਵਨੈਸ ਹੈ ਸਮਝ ਲਓ ਪਰਮਾਤਮਾ ਖੜਾ ਹੈ, ਹੋਰ ਕੋਈ ਨਹੀਂ ਖੜਾ ਹੋ ਸਕਦਾ।
जय खेमा ते हैं आप, वो आप है उठे जिते खेमा है समझ लो आप खड़ा हो जाओ उठे। भाई साहब भाई वीर सिंह जी ये भी कहने होते किताब में पढ़िया है खेमा सिर्फ दूसरे नु फॉरगिव नहीं करना बोते वो बहुत मुश्किल है लेकिन अपने आप नु भी फॉरगिव कर लेना। इफ यू मेड अ मिस्टेक इन लाइफ यू रियलाइज इट लेटर दैट वाज अ रॉन्ग थिंग आई डिड and you really go in front of your guru and you should have the ability to forgive yourself and go, I made a mistake, I'm sorry, I would never do this again in my life. What I did now, it was a bad thing to do, it was a wrong thing to do. And ability to forgive yourself, jede baggage laake chalde na, dusreyan da baggage, puri umar kahi laake chalde na baggage, puri umar. Flane ne 10 saal pehle ek gal kahi si, tingane ne 20 saal pehle flani na meri maa na laag hoya, mere आप प्रभ दीना उन्होंने फिर परमात्मा ये धन देता है मालिक जीने वाला अगे जाके हर प्रताप जन अवर न हर 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 जन के कोट सतानी हर प्रताप जन ये फिर उस भगत ने फिर वो दूसरे पे डिपेंड नहीं करते ऐसी डिपेंडेंसी उन्होंने वो डिपेंड उन्होंने ओट जड़ी है वो दूसरे पे रिंग ओट जड़ी है परमात्मा पे ओट रख दी रखा उन्हें कहने की गल्ला है ओट उधर रख देनी मुश्किल है असी जनरली बोथ स्पीकिंग दूसरे जो भी तुसी अपनी एक्सपेक्टेशन किसी ह्यूमन बीइंग ते रखोगे ते समझ लो डिसअपॉइंटमेंट आज नहीं ते 10 साल बाद आएगी ओ भी और नहीं कि दैट पॉइंट पर्सन वांट्स टू डिसअपॉइंट यू इट जस्ट द वे ऑफ लाइफ इट इज चाहे वो हस्बैंड होए वाइफ होए डॉटर होए सन होए यू नो मदर फादर ब्रदर सिस्टर कजन फ्रेंड्स डजंट मैटर हु दे आर मानु की टेक वृत्ति सब जान जब तक एक गल तुसी अपने अंदर वसाओगे नहीं तब तक गल बननी नहीं हर प्रताप हर हर जन के ओट सतानी परमात्मा दे भक्तां नू उदी ओट है उदा आसरा है ओ उदे आसरे पिछे रहंदे हन हर प्रताप जन अवर न जानी दूसरे अंदर छोड़ के उदे प्रतापी नू छोड़ के किसे दे प्रताप नहीं मते किसे दे पावर नहीं मते मैं दस्या सी ना जो ओ गया जो एक बंदा जो जहांगीर दरबार से पता लग्या बड़ियां चीजां चाहिए सन कि सूफी सन सी मैं नाम याद आ रहे सूफी सन सन बड़े मशहूर सूफी सन सन दे लीडर जहांगीर दे दरबार च गया कुछ मंगण वास्ते मस्जिद नवी बनानी सी कोई मजार नवी बनानी सी पैसे चाहिए सन अंदर जाण नू रोक दित्ता उन्होंने नहीं अंदर अंदर वो इबादत करदे पे कहिंदे कोई गल नहीं मैं उन्होंने इबादत सुनना चाहना तो जे अंदर गया इबादत ते जहांगीर भी भिखारी बन के उत्थों मंगदा पिया मेरा राजपाल कायम रहे मेरा सब कुछ ठीक चले तो मन जता रहा ये भी भिखारी है तो फिर मैं भिखारी को क्यों आया ये भी जो उत्थों मंगदा ते मैं इत्थों क्यों की करण आया मैं इत्थे जे ये इन्ने काम इदे काम भी ओ सवार दा ते मेरा ते है ही ओ ते मैं उन्हों छोड़ के इत्थे क्यों आ गया मैं पर ये गल सन दे दिमाग च नहीं करदी गल कर निकाली आ हर हर जन के ओट सतानी हर प्रताप जन अवर ना जानी ओत ओत जन हर रस राते सुन समाद नाम रस माते ये गलत थोड़ी हम बहुत सुर पूछी करनी पड़ेगी संगत वास्ते ओत पोत हैज एवरीबॉडी सीन अ वीवर नु देखा कभी किसा वीव कर देन क्लोथ्स वीवर दे जदो पहले एक किस तरह होंदे ने पहले सूते इंज होंदे ने एंड देन दे गो लाइक दिस राइट ओके जी एंड देन दे गो लाइक दिस एंड देन दीस लाइंस बिकम closer and closer to each other then ji and there comes a point though there ki oh tonu nazar hi nahi aan de jehde kapde vi ka jehde weave hoye jehde paani jehde hai te depending on how good the quality is us ritun mein I went shopping for Macy's te utthe sheets shop se I first time realized ki 650 the price the 300 the price bada farak hai mainu ussi wale gurbani di yaad aa gayi ran ko utthe utthe lagya haan baat time price se farak hai एक ज्यादा मिटे हुए हैं दूसरे मिटे नहीं हुए ज्यादा इस वास्ते उदी कीमत ज्यादा है पर तुम गल कही नहीं मैं देखा प्राइस तो मेरे मन च उसी वाले ख्याल आया है मैं क्या बाणी जी बार बार आए गल है देखो इतनी प्रूवन है उनका
ਉਹ ਪੋਜ ਜਿਹੜੇ 650 ਦੇ ਕਾਉਂਟ ਵਾਲੇ ਦੀ ਸ਼ੀਟ ਦੀ ਪ੍ਰਾਈਸ ਟਵਾਈਸ ਐਸ ਮਚ ਹੈ ਕਿਉਂ ਉਹ ਜੁੜੇ ਹੋਏ ਨਹੀਂ ਚਾਹੀਦਾ ਨਾਲ ਤੇ ਜਿਹੜੇ ਅੱਲਾ ਕਹਿਣ ਉਹਨਾਂ ਦੀ ਕੀਮਤ ਘੱਟ ਹੈ ਉਹਨਾਂ ਦੀ ਬਾਣੀ ਬਾਰ ਬਾਰ ਆਇਆ ਮੈਂ ਕਿਹਾ ਮੈਂ ਉਹ ਦੇਖਿਆ ਮੈਨੂੰ ਉਸੇ ਵੇਲੇ ਚੇਤੇ ਗੱਲ ਆਈ ਬਾਣੀ ਦੀ ਮਨਾਲ ਕਿ ਉਤਪੋਤ ਹੈ ਲੇਕਿਨ ਉਤਪੋਤ ਕਲੋਜ਼ਨੈਸ ਨਾਲ ਹੈ ਉਤਪੋਤ ਜਿੰਨੀ ਜ਼ਿਆਦਾ ਧਾਗੇ ਕਲੋਜ਼ ਹੋਣਗੇ ਸਮਝ ਲਓ ਉਹ ਇਕਮਿਕ ਹੈ ਨਜ਼ਰ ਨਹੀਂ ਆਉਂਦਾ ਉਹਦੇ ਚ ਕੋਈ ਹੁਣ ਕੋਈ ਧਾਗੇ ਉਧੇੜੇ ਤਾਂ ਲੱਗੇਗਾ ਕਿ ਇੱਕ ਧਾਗਾ ਅਲੱਗ ਕਰ ਲੈ ਦੈਟ ਇਜ਼ ਡਿਫਰੈਂਟ ਬਟ ਈਚ ਥ੍ਰੈਡ ਇਜ਼ ਸੋ ਕਲੋਜ਼ ਟੂ ਈਚ ਅਦਰ ਕਲੋਜ਼ਰ ਇਟ ਇਜ਼ ਦਾ ਹਾਰਡਰ ਇਟ ਇਜ਼ ਟੂ ਟੈਲ ਕਿ ਕਿੱਥੇ ਹੈ ਦ ਕਲੋਜ਼ਰ ਯੂ ਆਰ ਟੂ ਦਾ ਗ੍ਰੇਟ ਸੋਲ ਮੋਰ ਡਿਫੀਕਲਟ ਟੂ ਡਿਸਾਈਫਰ ਕੌਣ ਹੈ ਉਹ ਤੂੰ ਹੀ ਤਾਂ ਨਹੀਂ ਕਿੱਥੇ ਉਹ ਜਿਤਨੇ ਧਾਗੇ ਦੂਰ ਹੈ ਉਤਨਾ ਈਜ਼ੀ ਹੈ ਉਹਦੇ ਚ ਹੋਰ ਹੋ ਜਾਂਦੇ ਦੇਖ ਨਜ਼ਰ ਆ ਜਾਂਦੇ ਫਟ ਜਾਂਦਾ ਕੱਪੜਾ And sometimes thing you see in a regular daily life in which, you know, am I sochering that somebody just tells me, you know, look at this. Remember, I told you, look, the example there is happening. Oath poth, word ithe aaye hain. Oath poth jan har har raate. Una di zindagi itni parmatma nal closeness hai una di. ਇਤਨੀ ਪਰਮਾਤਮਾ ਨਾਲ ਕਲੋਜ਼ਨੈਸ ਹੈ ਉਹਨਾਂ ਦੀ ਕਿ ਜਿਸ ਤਰ੍ਹਾਂ ਕੱਪੜੇ ਬੁਣੇ ਹੋਏ ਓਤ ਪੋਤ ਹੋ ਕੇ ਇੱਕ ਇੱਕ ਧਾਗਾ ਨਜ਼ਰ ਨਹੀਂ ਆਉਂਦਾ ਇੱਕ ਇੱਕ ਧਾਗਾ ਵਿਚਕਾਰ ਜੁੜਿਆ ਹੁੰਦਾ ਉਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਲਾਈਫ ਉਹਨਾਂ ਦੀਆਂ ਕਰਨੀਆਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਪਰਮਾਤਮਾ ਨੂੰ ਉਹ ਅਲੱਗ ਦੇਖ ਹੀ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਰਾਤੇ ਬੰਨੇ ਰੱਖਿਆ ਹੋਇਆ ਇਕਮਿਕ ਹੋਇਆ ਹੋਇਆ ਨਹੀਂ ਨਹੀਂ ਫਰਕ ਪੈ ਸਕਦਾ ਉਹ ਪਹੁੰਚ ਉੱਤੇ ਉੱਥੇ ਫਰਕ ਨਹੀਂ ਪੈਂਦਾ ਉੱਥੇ ਕਲੋਜ਼ਨੈਸ ਇਤਨੀ ਹੈ ਕਿ ਧਾਗੇ ਨਜ਼ਰ ਨਹੀਂ ਆਉਂਦੇ ਭਾਵ ਤੁਹਾਡੇ ਵਿੱਚ ਪਰਮਾਤਮਾ ਕੋਈ ਫਰਕ ਹੀ ਨਹੀਂ ਰਹਿ ਸਕਦਾ ਬ੍ਰਹਮ ਗਿਆਨੀ ਦੀ ਹਸ਼ਪਤੀ ਵਿੱਚ ਤਿੰਨ ਵਾਰੀ ਵਰਡ ਆਏ ਹਨ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਾਧ ਵਾਲੀ ਹਸ਼ਪਤੀ ਚ ਅੱਗੇ ਜਾ ਕੇ ਇਹ ਵੀ ਕਹਿਣਗੇ ਜਾ ਕੇ ਕਿ ਸਾਧ ਵਿੱਚ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ ਇਹ ਵੀ ਵਰਡ ਆਏ ਹਨ ਜੇਤਾ ਕਹੇ ਦੇਤਾ ਬਤਲਾ ਤੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਨਹੀਂ ਭਰਪੂਰ ਅੱਗੇ ਜਾ ਕੇ ਇਹ ਵੀ ਹੈ ਕਿ ਸਾਧ ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਅਗਲੀ ਲਾਈਨ ਸਾਧ ਕੀ ਸੋਭਾ ਮੂਚਤੀ ਮੂਚੀ ਸਾਧ ਕੀ ਸੋਭਾ ਸਾਧ ਬਨ ਨਾਨਕ ਸਾਧ ਪ੍ਰਭ ਕੋਈ ਭੇਦ ਹੈ ਹੀ ਨਹੀਂ ਕੋਈ ਭੇਦ ਨਹੀਂ ਹੈ ਉੱਥੇ ਸੁਖਮਨੀ ਸਾਹਿਬ ਦੀ ਲਾਈਨਾਂ ਚ ਕੋਈ ਭੇਦ ਨਹੀਂ ਇੱਥੇ ਵੀ ਕੋਈ ਭੇਦ ਨਹੀਂ ਜਦੋਂ ਉਤਪੋਤ ਹੋ ਜਾਵੇ ਕੋਈ ਭੇਦ ਉਤਪੋਤ ਦੇ ਲੈਵਲ ਚ ਡਿਫਰੈਂਟ ਹੈ 300 ਵਾਲਾ ਲੈਵਲ ਡਿਫਰੈਂਟ ਹੈ 400 ਦਾ ਡਿਫਰੈਂਟ ਹੈ 650 ਦਾ ਡਿਫਰੈਂਟ ਹੈ ਆਈ ਬੈਟ ਯੂ ਇਫ ਯੂ ਹੈਵ ਗਾਟਨ ਅ ਮੋਰ ਐਕਸਪੈਂਸਿਵ ਸਟੋਰ ਤੇ 1000 ਦਾ ਵੀ ਲੈਵਲ ਹੁੰਦਾ ਹੋਰ ਮਹਿੰਗੇ ਚ ਦਾ ਹੁੰਦਾ ਉਹ ਅਲੱਗ ਹੈ ਪਟਨਾ ਵਿੱਚ ਵੀ ਹੈ ਉਤਪੋਤ ਜਨ ਹਰ ਹਰ ਰਾਤੇ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਸੁਨ ਸੰਸਕ੍ਰਿਤ ਦਾ ਵਰਡ ਸ਼ੂਨਯ ਤੋਂ ਆਇਆ ਹੈ ਜੀ ਸ਼ੂਨਯ ਮਤਲਬ ਜ਼ੀਰੋ ਹੈ ਮੈਂ ਲਾਸਟ ਟਾਈਮ ਵੀ ਕਲਾਸ ਸ਼ੁਰੂ ਕਰਦਾ ਕਿ ਪਰਮਾਤਮਾ ਦੇ ਦੋ ਰੂਪ ਹੈ ਇੱਕ ਨਿਰਗੁਣ ਰੂਪ ਹੈ ਤੇ ਇੱਕ ਸਰਗੁਣ ਰੂਪ ਹੈ ਦੋਨੋਂ ਰੂਪਾਂ ਨੂੰ ਗੁਰਬਾਣੀ ਨੇ ਪ੍ਰਵਾਨ ਕੀਤਾ ਹੈ ਦੋਨੋਂ ਰੂਪਾਂ ਨੂੰ ਗੁਰੂ ਨਾਨਕ ਜੀ ਫਿਲਾਸਫੀ ਨੇ ਐਕਸੈਪਟ ਕੀਤਾ ਹੈ ਦੋਨੋਂ ਰੂਪਾਂ ਵਿੱਚ ਪਰਮਾਤਮਾ ਦੀ ਭਗਤੀ ਕਰਨੀ ਹੈ ਸਰਗੁਣ ਰੂਪ ਵਿੱਚ ਸੇਵਾ ਦੀ ਭਗਤੀ ਕਰਨੀ ਹੈ ਇਹ ਵੀ ਸਾਡੇ ਵਾਸਤੇ ਭਗਤੀ ਹੈ ਸਾਡੇ ਵਾਸਤੇ ਵਰਸ਼ਿਪ ਹੈ ਅਨਲਾਈਕ ਇਨ ਕ੍ਰਿਸਚੈਨਿਟੀ ਵੇਅਰ ਬਾਈ ਇਟਸ ਕਮਿਊਨਿਟੀ ਸਰਵਿਸ ਸਾਡੇ ਵਾਸਤੇ ਕਮਿਊਨਿਟੀ ਸਰਵਿਸ ਸਾਡੇ ਵਾਸਤੇ ਸੇਵਾ ਭਗਤੀ ਹੈ ਸੇਵਾ ਵਰਸ਼ਿਪ ਹੈ ਸਾਡੇ ਜਿਹੜੇ ਨਹੀਂ ਕਰਦੇ ਉਸ ਸਮੇਂ ਲੋਕ ਪਰਮਾਤਮਾ ਦੇ ਨੇੜੇ ਨਹੀਂ ਆ ਸਕਦੇ ਸਾਡੀ ਫਿਲਾਸਫੀ ਦੇ ਹਿਸਾਬ ਨਾਲ ਇੱਥੇ ਘਰ ਬਾਰ ਛੋੜ ਕੇ ਜਾਂ ਘਰ ਬਾਰ ਨਾ ਵੀ ਛੋੜ ਕੇ ਖਾਲੀ ਆਪਣਾ ਹੀ ਧਿਆਨ ਕਰੇ ਬੰਦਾ ਸੇਵਾ ਕਰੇ ਹੀ ਨਾ ਆਪਣੀ ਭਗਤੀ ਕਰਦਾ ਰਹੇ ਉਹ ਵੀ ਪ੍ਰਮਾਣ ਅੱਗੇ ਜਾ ਕੇ ਉਹਦੇ ਬਾਰੇ ਵੀ ਡਿਸਕਸ਼ਨ ਆਏਗੀ ਤੇ ਸੇਵਾ ਕਰਦਿਆਂ ਭਗਤੀ ਕਰਦਿਆਂ ਉਸ ਸਰਗੁਣ ਰੂਪ ਦੀ ਉਸ ਪੂਰੇ ਬ੍ਰਹਮੰਡ ਦੀ ਪੂਰੇ ਸ੍ਰਿਸ਼ਟੀ ਦੀ ਤੇ ਕਰਦਿਆਂ ਜਦੋਂ ਲਾਸਟ ਸਟੇਜ ਤੇ ਪਹੁੰਚਦਾ ਤੇ ਹਰ ਇੱਕ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਉਸ ਜਿਸ ਤਰ੍ਹਾਂ ਆਸਲ ਦੀ ਵਾਰ ਗੁਰੂ ਨਾਨਕ ਦੇਵ ਜੀ ਨੂੰ ਹੋਏ ਤੀਸਰੀ ਦੂਸਰੇ ਸ਼ਲੋਕ ਆਈ ਥਿੰਕ ਦੂਸਰੇ ਜਾਂ ਤੀਸਰੀ ਚੱਕੇ ਵਿੱਚ ਉੱਥੇ ਕੀ ਵਰਡ ਆਏ ਉੱਥੇ ਰਿਸਮਾਨ ਹਰ ਚੀਜ਼ ਵਿੱਚ ਪਰਮਾਤਮਾ ਦੇ ਦਰਸ਼ਨ ਗੁਰੂ ਨਾਨਕ ਦੇਵ ਜੀ ਹੋਏ ਸਾਡੇ ਲੋਕ ਦੈਟਸ ਡਿਫਰੈਂਟ
ਤੁਹਾਡੀ ਪ੍ਰਾਰਥਨਾ ਮੈਂ ਖਾਂ ਤੁਹਾਡੀ ਹੁਣ ਹੋਵੇ ਸਮਾਦ ਦੇ ਕੇ ਹਾਜ਼ਰ ਹਾਂ ਸਮਾਦ ਦੇ ਕੇ ਹਾਜ਼ਰ ਤੇ ਵੇਖ ਵਿਡਾਣ ਰਿਹਾ ਵਿਸਮਾਦ ਦੀ ਵਰਗਾਈ ਇਹ ਵਿਡਾਣ ਵਿਸਮਾਦ ਡਰ ਗਈ ਹਰ ਚੀਜ਼ ਵਿੱਚ ਹਰ ਕੁਦਰਤ ਦੀ ਕਣ ਕਣ ਵਿੱਚ ਉਹਨਾਂ ਨੂੰ ਪ੍ਰਮਾਤਮਾ ਦਰਸ਼ਨ ਉਹਨਾਂ ਨੂੰ ਤੁਹਾਨੂੰ ਨਹੀਂ ਹੋਈ ਤੁਹਾਡੀ ਇਸ਼ੂ ਸੇਵਾ ਨਹੀਂ ਕੀਤੀ ਤੁਸੀਂ ਬਹੁਤ ਦੇਖਿਆ ਨਹੀਂ ਪ੍ਰਮਾਤਮਾ ਦੇ ਰੂਪ ਸਭ ਵਿੱਚ ਹਾਂਜੀ ਉਹਨਾਂ ਨੂੰ ਹੋਈ ਵਿਸਮਾਦ ਦੀ ਪੂਰੀ ਸ਼ਲੋਕ ਹੈ ਹਰ ਚੀਜ਼ ਵਿਸਮਾਦ ਲਾ ਕੇ ਫਿਰੇ ਜਾ ਵਿਸਮਾਦ ਪਾਉਣੀ ਵਿਸਮਾਦ ਪਾਉਣੀ ਪੌਣ ਵਿੱਚ ਹੀ ਹੋਏ ਹਵਾ ਵਿੱਚ ਹੀ ਹੋਏ ਪਾਣੀ ਵਿੱਚ ਹੋਏ ਪ੍ਰਭੂ ਹੋਏ ਤੁਹਾਡੇ ਨਹੀਂ ਹੋਏ ਤੇ ਨਿਰਗੁਣ ਰੂਪ ਵਿੱਚ ਨਿਰਗੁਣ ਰੂਪ ਵਿੱਚ ਸਿਮਰਨ ਉਹ ਇਹ ਇੰਟਰਨਲ ਹੈ ਇਹ ਯਾਦ ਰੱਖਣਾ ਇਹ ਐਕਸਟਰਨਲ ਹੈ ਦੋਨੋਂ ਚੀਜ਼ਾਂ ਚਾਹੀਦੀਆਂ ਨਾਲ ਨਾਲ ਇੰਟਰਨਲ ਦੀ ਆਪਣੀ ਜਰਨੀ ਹੈ ਐਕਸਟਰਨਲ ਦੀ ਆਪਣੀ ਜਰਨੀ ਹੈ As opposed to classical Hinduism, 400-500 ago, sirf internal rasta si. Haan ji, karwaar chodo, te chale jao jangla ch. Te ithik pakki karo back. Oh no, Gurdani di philosophy ni nahi use da. Oh, kehne nahi. Pehle hi asadi waar cha, har pehle hi shlok hi kaya ta, sache tere khan, sache brahman. Har cheez teri create ki hui sache. Is waste sache na live la. Jedi cheeza baar dikhta pe, ude ch mujood hai, ude ch dekh. Baar jaan di lord dikhta. ਇੰਟਰਨਲੀ ਬੜਾ ਇੰਪੋਰਟੈਂਟ ਹੈ ਕਿਉਂਕਿ ਇੰਟਰਨਲ ਇੰਟਰਨਲਾਈਜ਼ ਕਰਨਾ ਨੂੰ ਇਹ ਸਿਮਰਨ ਦਾ ਰਸਤਾ ਇੰਟਰਨਲ ਇਹ ਆਪਣੇ ਅੰਦਰ ਝਾਕਣਾ ਨਾਮ ਹਰ ਜਗ੍ਹਾ ਹੈ ਲੇਕਿਨ ਸੁਖਮਨੀ ਦੀ 23 ਅਸ਼ਪਦੀਆਂ ਰੋਕਣੀਆਂ ਪੈਣਗੀਆਂ ਤੁਹਾਨੂੰ 23ਵੇਂ ਅਸ਼ਪਦੀ ਵਿੱਚ ਜਾ ਕੇ ਕਹਿਣਗੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸ਼ਰਾਮ ਕਿਉਂਕਿ ਉਹ ਇੰਟਰਨਲ ਹੈ ਇੰਟਰਨਲ ਵੀ ਸੇਮ ਹੈ ਅੰਦਰ ਵੀ ਹੈ ਤੁਹਾਡੇ ਵੇਟ ਕਰਨੀ ਪੈਂਦੀ 23rd ਤੱਕ ਤੇ ਸਿਮਰਨ ਕਰਨ ਵਾਲਾ ਕਰਦਿਆਂ 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 ਜਦੋਂ ਬਹੁਤਾ ਸਿਮਰਨ ਕਰ ਲਵੇ ਯਾਦ ਉਤਨੀ ਤੇਜ਼ ਹੋ ਜਾਵੇ ਇੰਟਰਨਲ ਹਰ ਸਵਾਸ ਸਵਾਸ ਵਿੱਚ ਪ੍ਰਮਾਤਮਾ ਯਾਦ ਆਏ ਉਸ ਉਹ ਜਿਹੜੀ ਅਵਸਥਾ ਜਿਹੜੀ ਹੈ ਉਹ ਅਵਸਥਾ ਸੁਣਦੀ ਹੈ ਪੰਜਾਬੀ ਵਿੱਚ ਸੁਣ ਕਵਾਂਗੇ ਸੰਸਕ੍ਰਿਤ ਵਿੱਚ ਸੁਣ ਜਿਹੜਾ ਰੂਟ ਹੈ ਵਰਡ ਦਾ ਸੁਣ ਦਾ ਸੰਸਕ੍ਰਿਤ ਦਾ ਉਹ ਸ਼ੁਨ ਸ਼ੁਨਿਆ ਦਾ ਲਿਟਰਲ ਮੀਨਿੰਗ ਕੀ ਹੈ ਜ਼ੀਰੋ ਮਤਲਬ ਵੈਕਿਊਮ ਕੁਛ ਨਹੀਂ ਹੈ ਨਹੀਂ ਕੁਛ ਤੇ ਕੁਛ ਨਹੀਂ ਹੈ ਨਹੀਂ ਨਾਮ ਵਿੱਚ ਲਾਸਟ ਨਾਮ ਕੁਛ ਨਹੀਂ ਮਾਰੂ ਦੇ ਸੋਲ ਨੇ ਪੜ੍ਹ ਕੇ ਦੇਖੋ ਤੇ ਕਲੈਰਿਟੀ ਆ ਜਾਏਗੀ ਹੋਰ ਤਾਂ ਜੇ ਵਾਕਈ ਕਿਸੇ ਨੂੰ ਬਹੁਤਾ ਇੰਟਰਸਟ ਜਾਗ ਪਿਆ ਹੋਵੇ ਇਸ ਬਾਰੇ ਇਸ ਪਾਸੇ ਗੁਰਬਾਣੀ ਦੀਆਂ ਬਹੁਤੀ ਗੁਰਬਾਣੀ ਇਸ ਫੋਕਸ ਦੇ ਉੱਤੇ ਜ਼ਿਆਦਾ ਗੁਰਬਾਣੀ ਹੈ ਇਹਦੇ ਫੋਕਸ ਘੱਟ ਹੈ ਕਿਉਂ ਔਖਾ ਕੰਮ ਹੈ ਹਰ ਚੀਜ਼ ਨੂੰ ਤਾਂ ਸਮਝ ਨਹੀਂ ਸਕਦਾ ਤੇ ਇੱਥੇ ਜੇ ਫੋਕਸ ਕਰਨਾ ਹੈ ਜੇ ਇਸ ਚੀਜ਼ ਨੂੰ ਸਮਝਣਾ ਹੈ ਤੇ ਇੱਕ ਬਾਣੀ ਦਾ ਪ੍ਰਾਇਮਰੀ ਫੋਕਸ ਸਿਰਫ ਇੰਟਰਨਲ ਹੈ ਉਹ ਹੈ ਸ਼ਿਵ ਗੋਸ਼ਟ ਸਿਰ ਗੋਸ਼ ਪੜ੍ਹੇ ਫਿਰ ਸੁਣ ਤੇ ਬੜੀ ਭਾਰੀ ਡਿਸਕਸ਼ਨ ਆਈ ਹੈ ਸਿਰ ਗੋਸ਼ਟ ਉਹ ਬੜੇ ਡਿਟੇਲ ਕਿਉਂਕਿ ਸਿੱਧਾ ਨੇ ਪੁੱਛਿਆ ਮਹਾਰਾਜ ਸੁਣ ਕੀ ਹੈ ਦੱਸੋ ਅੱਗੇ ਜਾ ਕੇ ਦੱਸਿਆ ਨੇ ਤਿੰਨ ਤਰ੍ਹਾਂ ਦੀ ਸੁਣ ਹੈ ਤਿੰਨੋਂ ਸੁਣ ਦੀਆਂ ਡੈਫੀਨੇਸ਼ਨ ਆਈਆਂ ਇਸ ਬਿਯੋਂਡ ਦ ਸਕੋਪ ਆਫ this topic I don't want to mix up the two together right now kadi time milya se gosh ki gal karunga jaise main lecture no this sun simran to aaya hai simran kar kar ke internal hai sun di avastha jado parmatma nal ik roop ho ke banda andar lo apne andar wo parmatma dekh sakda hai jada mehsoos kar sakda hai te a swismad seva to aaya hai dono roop pravan hoye hai dono roop chik sakte hain sir naam ki philosophy vich ਇੱਥੇ ਸੁਣ ਸਮਾਧ ਆਇਆ ਕਿਉਂਕਿ ਆਟ ਪਹਿਰ ਉੱਥੇ ਰਹਿਣਗੀ ਓਤ ਪੋਤ ਜਨ ਹਰ ਹਰ ਰਾਤੇ ਸੁਣ ਸਮਾਧ ਨਾਮ ਰਸ ਮਾਤੇ ਮਾਤੇ ਮਤਲਬ ਮਸਤ ਹੋ ਜਾਂਦੇ ਉਹਦੇ ਵਿੱਚ ਇਕਦਮ ਇੱਕ ਮਿਕ ਹੋ ਜਾਂਦੇ ਉਹਦੇ ਵਿੱਚ ਇਹੋ ਜਿਹੇ ਬੰਦੇ ਫਿਰ ਕੀ ਕਰਦੇ ਇਹੋ ਜਿਹੇ ਬੰਦਿਆਂ ਦੀ ਹਾਲਤ ਕੀ ਹੈ ਇਹੋ ਜਿਹੇ ਬੰਦਿਆਂ ਦੀ ਹਾਲਤ ਹੈ ਆਟ ਪਹਿਰ ਜਨ ਹਰ ਹਰ ਜਪੈ ਨੋਟਿਸ ਕਰੋਗੇ ਗ੍ਰਾਮਰ ਦੀ ਬਿਊਟੀ ਕਿਤਨਾ ਆਈ ਮੀਨ ਥਾਟ ਪ੍ਰੋਸੈਸ ਡੀਪ ਹੈ ਗੁਰਬਾਣੀ ਦਾ ਪਹਿਲੇ ਜਨ ਸਭ ਜਗ੍ਹਾ ਮੁਕਤ ਆਇਆ ਹੈ ਜਨ ਤੁਸੀਂ ਨੋਟਿਸ ਦੇਖੋ ਹਰ 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 ਜਨ ਕੇ ਮਾਲ ਖਰੀਦਾ ਜਨ ਦਾ ਨੰਨਾ ਮੁਕਤਾ ਹਰ ਧਨ ਜਨ ਕੋ ਆਪ ਤਰਫ ਦੀਨਾ ਜਨ ਦਾ ਨੰਨਾ ਮੁਕਤਾ ਹਰ 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 ਜਨ ਕੇ ਓਰ ਸਤਾਣੀ ਜਨ ਦਾ ਨੰਨਾ ਮੁਕਤਾ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਜਨ ਦਾ ਨੰਨਾ ਮੁਕਤਾ ਓਤ ਪੋਤ ਜਨ ਹਰ ਰਸ ਰਾਤੇ ਜਨ ਦਾ ਨੰਨਾ ਮੁਕਤਾ ਸੁਨ ਸਮਾਧ ਨਾਮ ਰਸਮਾ ਤੇ ਆਇਆ ਹੀ ਨਹੀਂ ਜਨ ਜਨ ਦੇ ਮੈਨੂੰ ਮੋਕ
ਹੁਣ ਉਸ ਜਨ ਬਾਰੇ ਗੱਲ ਕਰਦੇ ਪਏ ਜਿਹੜੇ ਜਨ ਇਹ ਪੰਜਾਂ ਗੱਲਾਂ ਤੇ ਪੂਰੇ ਜਿਹੜੇ ਉਤਰੇ ਹਨ ਜਿਹੜੇ ਜਿਨ੍ਹਾਂ ਨੇ ਸੱਚੀ ਕੀਤਾ ਹੈ ਕੰਮ ਮੰਨੋ ਨੀ ਮੰਨੋ ਕੀਤਾ ਜਿਨ੍ਹਾਂ ਨੇ ਹੁਣ ਉਸ ਜਨ ਬਾਰੇ ਗੱਲ ਆਈ ਹੈ ਜਨ ਦਾ ਮੰਨਾ ਮੁਕਤ ਹੈ ਆਠ ਪਹਿਰ ਜਨ ਹਰ ਹਰ ਜਪੈ ਉਹ ਜਨ ਫਿਰ ਉਹ ਪਰਮਾਤਮਾ ਨੂੰ ਅੱਠੋਂ ਪਹਿਰ ਯਾਦ ਕਰਦਾ ਵਿਸ਼ਵਾਸ ਉਹ ਨਹੀਂ ਭੁੱਲਦਾ ਉਸ ਮਾਂ ਪਿਓ ਭੁੱਲ ਜਾਣ ਉਹਨੂੰ ਬਿਸ਼ਕ ਬੀਵੀ ਭੁੱਲ ਜਾਏ ਹਸਬੈਂਡ ਭੁੱਲ ਜਾਏ ਪੈਸੇ ਭੁੱਲ ਜਾਣ ਲੇਕਿਨ ਉਹ ਨਹੀਂ ਭੁੱਲਦਾ ਔਰ ਨੈਚੁਰਲ ਤਰੀਕੇ ਨਾਲ ਹੈ ਉਹ ਸਹਿਜ ਅਵਸਥਾ ਚ ਉਹਨੂੰ ਕੋਈ ਢੋਲਕੀਆਂ ਨਹੀਂ ਵਜਾਉਣੀਆਂ ਪੈਂਦੀਆਂ ਉਹਨੇ ਕੋਈ ਰਾਗ ਨਹੀਂ ਸਿੱਖਣੀਆਂ ਪੈਂਦੀਆਂ ਉਹ ਕੋਈ ਤਾਲਾਂ ਨਹੀਂ ਸਿੱਖਣੀਆਂ ਪੈਂਦੀਆਂ ਉਹਨੂੰ ਕੋਈ ਵੱਧ ਬੜ ਵੱਡਾ ਨਹੀਂ ਚੱਲਦਾ ਉਹ ਬਾਅਦ ਕੋਈ ਢੋਂਗ ਨਹੀਂ ਕਰਦੇ ਕੋਈ ਬੜੇ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਪਰਮਾਤਮਾ ਦੀ ਯਾਦ ਸਹਿਜ ਅਵਸਥਾ ਚ ਪੈਦਾ ਹੁੰਦੀ ਹੈ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਤੇ ਇਹੋ ਜਿਹਾ ਭਗਤ ਛੁੱਪ ਕੇ ਦਿਖਾਏ ਫਿਰ ਇਹੋ ਜਿਹਾ ਭਗਤ ਆਏ ਤੇ ਤੁਹਾਡੀ ਉਹਦੀ ਅੱਖਾਂ ਚੋਂ ਨਜ਼ਰ ਨਾ ਆਏ ਉਹਦੀ ਗੱਲਾਂ ਚੋਂ ਪਰਮਾਤਮਾ ਦਾ ਪਿਆਰ ਪ੍ਰਗਟ ਨਾ ਹੋਵੇ ਹੋ ਹੀ ਨਹੀਂ ਸਕਦਾ ਭਗਤੇ ਭਗਤੇ ਗੋਪਾਲ ਮਹੰਤ ਕੇ ਮਾਥੇ ਆਏ ਹਨ 24 ਦਸ਼ਮਤ ਵਿੱਚ ਉਹਦੇ ਮੱਥੇ ਤੇ ਪ੍ਰਗਟ ਹੋ ਜਾਂਦਾ ਤੁਸੀਂ ਨਹੀਂ ਰੋਕ ਸਕਦੇ ਉਹ ਗੱਲ ਕਰੇਗਾ ਪਤਾ ਲੱਗ ਜਾਏਗਾ ਪਰਮਾਤਮਾ ਦਾ ਭਗਤ ਹੈ ਇਹ ਪਿਆਰ ਕਰਨ ਵਾਲਾ ਹੈ ਆਪਣੇ ਗੁਰੂ ਪਿਆਰ ਤੇ ਪਰਮਾਤਮਾ ਦੀ ਕਦਰ ਕਰਨ ਵਾਲਾ ਹੈ ਗੁਰੂ ਦਾ ਜਸ ਗਾਇਨ ਕਰਨ ਵਾਲਾ ਹੈ ਕਿਉਂਕਿ ਉਹ ਪ੍ਰਗਟ ਨਹੀਂ ਛੱਪੇ ਉਹ ਛੁੱਪ ਨਹੀਂ ਸਕਦਾ ਉਹ ਛੁਪਾਇਆ ਨਹੀਂ ਜਾ ਸਕਦਾ ਤੇ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੇ ਛੁੱਪ ਵੀ ਜਾਂਦੇ ਲੈਣੇ ਤੇ ਲੈਣਾ ਤੇ ਪ੍ਰਗਟ ਹੋਣਾ ਹੀ ਗੁਰੂ ਅੰਗਦ ਦੇਵ ਬਣਨਾ ਹੀ ਬਣਨਾ ਸੀ ਤੇ ਜੇਠੇ ਦੇ ਤੇ ਗੁਰੂ ਰਾਮਦਾਸ ਪਾਸ਼ਾ ਦੇ ਬਣਨਾ ਹੀ ਬਣਨਾ ਸੀ ਜੇਠੇ ਤੋਂ ਉਹਨਾਂ ਦੀ ਉਪਾਧੀ ਅੱਗੇ ਆਣੀ ਆਣੀ ਸੀ ਕੋਈ ਰੋਕ ਸਕਦਾ ਸੀ ਉਹਨਾਂ ਨੂੰ ਅੱਗੇ ਆਉਣ ਵਾਸਤੇ ਸੱਤੇ ਬਲਵੰਡ ਦੀ ਵਾਰ ਚ ਆਇਆ ਕੋਣ ਕੋਣ ਕਿਹਦੀ ਮਜ਼ਾਲ ਹੈ ਜਿਹੜੀ ਲੈਣੇ ਨੂੰ ਰੋਕ ਸਕੇ ਗੁਰੂ ਅੰਗਦ ਦੇਵ ਜੀ ਬਣਨ ਵਾਸਤੇ ਕਿਉਂ ਨਾਨਕ ਜੋ ਚਾਹੁੰਦੇ ਹਨ ਉਹ ਚਾਹੁੰਦਾ ਹੈ ਉਹ ਹੋਵੇ ਤਾਂ ਉਂਝ ਹੀ ਹੋਏਗਾ ਉਹਦੇ ਭਗਤ ਛੁਪਦੇ ਨਹੀਂ ਹੈ ਉਹਦੇ ਭਗਤ ਪ੍ਰਗਟ ਹੋ ਜਾਂਦੇ ਹਨ ਆਠ ਪਹਿਰ ਜਨ ਹਰ ਹਰ ਜਪੇ ਹਰ ਕਾ ਭਗਤ ਹਰ ਕੇ ਭਗਤ ਤੱਕ ਨਹੀਂ ਸਿਹਾਰੀ ਹੈ ਉਹ ਇੱਕ ਭਗਤ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਬਸ ਇੱਥੇ ਫਰਕ ਹੈ ਹਰ ਜਗ੍ਹਾ ਨਾਨਕ ਦੇ ਘਰ ਭਗਤ ਜੇ ਸਿਰਫ ਭਗਤੀ ਆਪ ਕੀਤੀ ਤੇ ਉਹਦਾ ਕੋਈ ਵੈਲਿਊ ਨਹੀਂ ਇੱਥੇ ਫਰਕ ਇਹ ਹੈ ਇਹੋ ਜਿਹਾ ਭਗਤ ਦੂਸਰਿਆਂ ਦੀ ਮੁਕਤੀ ਕਰਵਾਉਂਦਾ ਹੈ ਇਹੋ ਜਿਹਾ ਭਗਤ ਦੂਸਰਿਆਂ ਦੇ ਹੱਥ ਪਕੜਦਾ ਹੈ ਪੂਰਾ ਜੀਵਨ ਲਗਾ ਦੇਗਾ ਉਹ ਦੂਸਰਿਆਂ ਨੂੰ ਉਕਸਾਉਣ ਵਾਸਤੇ ਪੂਰਾ ਜੀਵਨ ਲਗਾ ਦੇਗਾ ਪਰਮਾਤਮਾ ਦੀ ਤਰਫ਼ ਤੋਰਨ ਵਾਸਤੇ ਉਹ ਪੂਰਾ ਜੀਵਨ ਲਗਾ ਦੇਗਾ ਦੇ ਕੇ ਖੜ ਜਾਏਗਾ ਉਹ ਥੁੱਕੇਗਾ ਨਹੀਂ ਕਦੀ ਇੱਥੇ ਫਰਕ ਹੈ ਗੁਰੂ ਨਾਨਕ ਦੀ ਫਿਲਾਸਫੀ ਦੇਖੋ ਵਰਡ ਕਿੰਨੇ ਸਟਰੋਂਗ ਹੈ ਹਰ ਕੀ ਭਗਤ ਹਰ ਕੀ ਭਗਤ ਮੁਕਤ ਮੁਕਤ ਬਹੁ ਬਹੁ ਇੱਕ ਨਹੀਂ ਬਹੁ ਜਿਹੜੇ ਦੀ ਮੁਕਤੀ ਕਰਦੇ ਨੇ ਉਹ ਜੇ ਭਗਤ ਜਨ ਇਹ ਨਾਨਕ ਦੇ ਘਰ ਦੀ ਵਡਿਆਈ ਹੈ ਇਹ ਇਸ ਘਰ ਦੀ ਵਡਿਆਈ ਹੈ ਖਾਲੀ ਕਿ ਆਪਣੇ ਕੋਲ ਨਹੀਂ ਰੱਖਣਾ ਆਪਣੀ ਖਾਲੀ ਆਪਣੀ ਮੁਕਤੀ ਦੀ ਚਿੰਤਾ ਨਹੀਂ ਕਰਨੀ ਬਾਕੀ ਸਾਰਿਆਂ ਦੀ ਫਿਕਰ ਕਰਨੀ ਇਹ ਇਸ ਘਰ ਦੀ ਵਡਿਆਈ ਹੈ ਹਰ ਕੀ ਭਗਤ ਮੁਕਤ ਨੇ ਹਰ ਕੀ ਹਰ ਕੀ ਭਗਤ ਮੁਕਤ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਤ ਕੀਤੇ ਕਰੇ ਇਹੋ ਜੇ ਜਨ ਦਾ ਕਿਤਨੇ ਤੱਕ ਜਾਂਦੇ ਹੈ ਹੋਰ ਇਹੋ ਜੇ ਜਨ ਦਾ ਹੱਥ ਪਕੜਿਆ ਕਿਤਨੇ ਤੱਕ ਜਾਂਦੇ ਹੈ ਕਿਤਨਿਆਂ ਦਾ ਕਿਤਨੇ ਇਸ ਪਾਸੇ ਲੱਗ ਜਾਂਦੇ ਹੈ ਪਰਮਾਤਮਾ ਦੇ ਭਗਤਾਂ ਦੀ ਪਰਮਾਤਮਾ ਦੇ ਇਹਨਾਂ ਜਿਨ੍ਹਾਂ ਦੀ ਗੁਰਬਾਣੀ ਬਹੁਤ ਵਡਿਆਈ ਹੋਈ ਹੈ ਬੜੀ ਸੁਖਮਨੀ ਸਾਹਿਬ ਤੋਂ ਕੋਈ ਕਮਾਲ ਹੀ ਹੈ ਅੱਗੇ ਜਾ ਕੇ 23rd ਅਸ਼ਪਦੀ ਵਿੱਚ ਜਾ ਕੇ ਇੱਥੇ ਤੱਕ ਕਹਿ ਦੇਣਗੇ 23rd ਅਸ਼ਪਦੀ ਦੀ ਲਾਸਟ ਜਿਹੜੀਆਂ ਆਠ ਲਾਈਨਾਂ ਕਿਹੜੀਆਂ ਜਿਸ ਪ੍ਰਕਾਸ਼ ਸਭ ਜਗਤ ਤਰਾਇਆ ਅੱਗੇ ਜਾ ਕੇ ਜਨਿਆਵਨ ਕਾ ਜਨ ਦੇ ਆਉਣ ਦਾ ਮਤਲਬ ਹੀ ਇਹੀ ਸੀ ਕਿ ਜਨ ਕੇ ਸੰਗ ਉਹਨੂੰ ਮਿਲਦਿਆਂ ਸਾਰ ਪਰਮਾਤਮਾ ਯਾਦ ਆਉਂਦਾ ਕਈ ਮਿਲਦਿਆਂ ਸਾਰ ਸੁਖਮਨੀ ਯਾਦ ਆਉਂਦੀ ਹੈ ਕਈਆਂ ਨੂੰ ਮਿਲਦਿਆਂ ਕੀਰਤਨ ਯਾਦ ਆਉਂਦਾ ਹੈ ਕਈਆਂ ਨੂੰ ਮਿਲਦਿਆਂ ਜਪਜੀ ਯਾਦ ਆਉਂਦੀ ਹੈ ਕਈਆਂ ਨੂੰ ਮਿਲਦਿਆਂ ਗੁਰੂ ਨਾਨਕ ਯਾਦ ਆਉਂਦੇ ਹੈ ਕਈਆਂ ਨੂੰ ਮਿਲਦਿਆਂ ਵਪਾਰ ਯਾਦ ਆਉਂਦਾ ਹੈ ਕਈਆਂ ਨੂੰ ਮਿਲਦਿਆਂ ਪੈਸਾ ਯਾਦ ਆਉਂਦਾ ਹੈ ਕਈਆਂ ਨੂੰ ਮਿਲਦਿਆਂ ਪੋਲੀਟਿਕਸ ਯਾਦ ਆਉਂਦੀ ਹੈ ਕਈਆਂ ਨੂੰ ਮਿਲਦਿਆਂ ਇਹ ਉਹਦੀ ਦੇਣ ਹੈ ਤੁਸੀਂ ਨਹੀਂ ਰੋਕ ਸਕਦੇ ਜੋ ਤੁਹਾਡੇ ਅੰਦਰ ਹੈ ਉਹ ਹੀ ਬਾਹਰ ਨਿਕਲੇਗਾ ਛੁਪਾ ਛੁਪਾ ਕੇ ਰੱਖ ਲਓ ਅੰਦਰ ਬਣਾ ਬਣਾ ਕੇ ਬਨਾਵਟੀ ਚੀਜ਼ਾਂ ਰੱਖ ਲਓ ਅੰਦਰ
अंदर जो है थोड़े बाहर वही निकलना है थोड़े, नहीं रोक सकते तुसी उसको। नानक जन संग के तरह कितने तर जाते हैं उसका जन्ना नाम। इसी वास्ते हे मेरे गुरु जनों समझाया ने प्यारे जनों, ये परमात्मा की प्रेमा पंक्ति पार जात पार जात की सी टर्म फ्रॉम द पुराना की सी पार जात इज वॉज अ पार जात इच्छा सी जिथे जो मंगो पूरी हो जाती सी थे। मंगल की हो सब कुछ मिल गया की मंगेगा पार जात हर को नाम काम काम तेन हर हर काम तेन तेन गऊ है तेन इज काम तेन एक इमेजिनरी कह लो पुराना विचो है जी ओ जी गां जेड़ी सब कुछ देती है जड़ कोई मंगो दे देती है काम काम तेन हर हर गुण गां सब परमात्मा दे गुण गाने परमात्मा नाल लगला इस समय लो काम तेन ठीक है अगले टाइम लगे कोई आपने अंदर जिदे अंदर नाम की धुन लगी हो ना वीर जी वो जितना छुपाए अपने उस प्यार में जिन्ना मर्जी वो साम के अंदर अपने को रखे हैं लेकिन थोड़ी एक्शन तो थोड़ी शक्ल तो वो अवस्था जी अगली वो निकल आती है बाहर तो कुछ करे ना करे तो निकलता बैठक जी का हर एक परमात्मा के भगत जड़े हैं जे आपस गल करो परमात्मा के भगत जड़े हैं उन्होंने वो छुपाया छुपते नहीं वीर जी नहीं छुप सकते तो ये कॉमन रहा है जिथे जिथे भी है और कहीं कोई ना हो गुफा च वड़िया हो ना ही बाहर निकले दे ना बाहर निकले तो शायद ना नहीं ऑफ कोर्स इफ समबडी पर वो वाली भक्ति प्रमाण नहीं हुई ना इस घर च नहीं हुई नहीं तो गुरान देव जी चार उदासी लैन की लड़ ही नहीं सी चले जाते वो भी किधरे मंडाने उत्ते जाके भक्ति करते जाके किधरे बैठ जाते एक जगह तो 40 साल गुण गाते रहते उसे गुरु हरगोबिंद महाराज दरियाए जी कि मिली आई दरियाए कि मिली उन्हें रिश्तेदारी सी गुरु हरगोबिंद पातशाह सब तो छोटे सन गुरियाई पोते नूं मिली पुत्र नूं नहीं मिली उत्थे क्यों क्यों नहीं मिली पुत्र ने क्यों नहीं गुराई मिली उस वाले गुराई दे देते हरे भक्ति के रूप से गुफा में सन हरे परमात्मा के भक्ति जुड़े हुए सन विआह होने तो 21 ईयर्स तो बाद उन्होंने घर औलाद हुई बाबा काले विआह होने तो बाद 21-22 एग्जैक्टली मैं नंबर नहीं पता इसी तरह 21 और 22 22 ईयर्स उन्होंने घर औलाद नहीं हुई उन्होंने घर बेटे का जन्म पटना होया 20 साल ब्याह दो 20 साल बाद क्यों पक्की भी सी पक्की निरोल अंदरों ब्रह्म दा अंदरों सिमरन सी उन्हां दे अंदर ते ओ उस अवस्था विच गुरुशिप नहीं दित्ती गई उन्हां नूं क्यों रेडी नहीं सन हाले
ਕਿਉਂਕਿ ਇਹ ਆਪਣੇ ਵਾਸਤੇ ਜੋ ਵੀ ਕਰਦੇ ਪਏ ਹਾਲੇ ਬਾਹਰ ਨਹੀਂ ਆਏ ਤੁਸੀਂ ਬਾਹਰ ਵੰਡਣਾ ਸ਼ੁਰੂ ਨਹੀਂ ਕੀਤਾ ਗੁਰਿਆਈ ਪੋਤਰੇ ਨੂੰ ਗਏ ਤੇ ਉਸ ਤੋਂ ਬਾਅਦ ਗੁਰਿਆਈ ਗਈ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਉਹਨਾਂ ਦੀ ਕੀ ਰਿਲੇਸ਼ਨਸ਼ਿਪ ਗੁਰੂ ਹਰ ਰਾਏ ਪਾਤਸ਼ਾਹ ਦੇ ਨਾਲ ਸਨ ਤੇ ਗੁਰੂ ਹਰ ਰਾਏ ਤੋਂ ਬਾਅਦ ਗੁਰਿਆਈ ਵਾਪਸ ਕਿੱਥੇ ਜਾਂਦੀ ਹੈ ਗੁਰਗੱਦੀ ਵਾਪਸ ਕਿੱਥੇ ਜਾਂਦੀ ਹੈ ਆਪਣੇ ਦਾਦੇ ਨੂੰ ਜਾਂਦੀ ਹੈ ਇਹ ਗੁਰੂ ਘਰ ਦੀ ਵਡਿਆਈਆਂ ਨੇ ਕਿਉਂਕਿ ਉਸ ਵੇਲੇ ਉਹ ਨਹੀਂ ਸਨ ਰੱਡੀ ਹਾਲੇ ਮਹਾਰਾਜ ਜਾਣੀ ਜਾਣ ਸਨ ਮਹਾਰਾਜ ਨੂੰ ਪਤਾ ਕੀ ਹੋ ਰਿਹਾ ਬਾਬਾ ਗੱਲ ਵਿਆਹ ਦੀ ਗੱਲ ਚੱਲੀ ਜਦੋਂ ਵਿਆਹ ਦੀ ਗੱਲ ਉਹਨਾਂ ਦੀ ਵਾਈਫ ਦਾ ਨਾਮ ਬੇਬੇ ਨਾਨਕੀ ਨਾਨ ਉਹਨਾਂ ਦਾ ਉਹਦੀ ਵਾਈਫ ਜਦੋਂ ਵਿਆਹ ਦੀ ਗੱਲ ਚੱਲੀ ਤੇ ਅੰਦਰੋਂ ਚਿੱਤ ਨਹੀਂ ਸੀ ਵਿਆਹ ਕਰਾਉਣ ਦਾ ਲੇਕਿਨ ਕਿਉਂਕਿ ਪਿਤਾ ਗੁਰੂ ਨੇ ਪੁੱਛਿਆ ਤੇ ਨਾ ਨਹੀਂ ਕੀਤੀ ਕਿ ਜਿੱਦਾਂ ਤੁਹਾਡੀ ਮਰਜ਼ੀ ਕਰੋ ਲੇਕਿਨ ਲਾਈਫ ਪਹਿਲੇ 21 22 ਇਅਰਸ ਹੀ ਵਾਸ ਪ੍ਰੈਕਟੀਕਲੀ ਨਾਟ ਮੈਰਿਡ ਹੀ ਵਾਸ ਲਿਵਿੰਗ ਅਲੋਨ ਹੀ ਵਾਸ ਇਨ ਦਿਸ ਜਿਹੜਾ ਥੜਾ ਅੰਦਰ ਜਿਹੜੇ ਬੜਿਆ ਸੀ ਉਸ ਭੋਲੇ ਦੇ ਅੰਦਰ ਸਨ 22 ਸਾਲਾਂ ਬਾਅਦ ਔਲਾਦ ਹੁੰਦੀ ਉਹਨਾਂ ਦੇ ਘਰ ਸਾਹਿਬ ਕਮਾਲ ਦਾ ਜਨਮ ਪੱਟਾ ਸਾਹਿਬ ਉਹਨਾਂ ਦੇ ਕੁੱਖੋਂ ਉਹਨਾਂ ਦੇ ਘਰੋਂ ਹੁੰਦਾ ਜਨਮ 22 ਸਾਲਾਂ ਬਾਅਦ ਇਤਨੀ ਭਰਤੀ ਕੀਤੀ ਹੈ ਹੋਣਾ ਹੀ ਸੀ ਉਸ ਕੁੱਖ ਤੋਂ ਪਿਆਲਾ ਸੀ ਉਹ ਕਿੱਥੋਂ ਆਏ ਇਤਨਾ ਸਿਮਰਨ ਕਰਨ ਇਹ ਕਿਉਂਕਿ ਅਗਲਾ ਬੰਦਾ ਜਿਹੜਾ ਹੁਣ ਜਿਹੜੀ ਅਗਵਾਈ ਕਰਨਗੇ ਹੁਣ ਤੇ ਆਮ ਬੰਦਾ ਅਗਵਾਈ ਨਹੀਂ ਕਰ ਸਕਦਾ ਉਹਨਾਂ ਦੇ 42 ਸਾਲ ਦੀ 41-42 ਸਾਲਾਂ ਦੀ ਉਮਰ ਬੜਾ ਕੁਛ ਕਰਨਾ ਹੈ ਨਾ ਉਹਨਾਂ ਨੇ ਪੰਥ ਵੀ ਸਾਜਣਾ ਖਾਲਸਾ ਅਨੰਦਪੁਰ ਸਾਹਿਬ ਦਾ ਕਿਲਾ ਉਸਾਰਨਾ ਹੈ ਪੋਟੇ ਜਾ ਕੇ ਸਾਰੀ ਬਾਣੀ ਲਿਖਣੀ ਹੈ ਅੰਦਰੋਂ ਸਿੱਖਾਂ ਦੇ ਅੰਦਰੋਂ ਪੂਰੇ ਮੁਗਲਾਂ ਦਾ ਡਰ ਦੂਰ ਕਰਨਾ ਹੈ ਅੰਮ੍ਰਿਤ ਛਕਾਉਣਾ ਹੈ ਕੇਸਾਂ ਦਾ ਦਾਨ ਦੇਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਦੀ ਰਚਨਾ ਕਰਨੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਦੇਣੀ ਹੈ ਕੰਮ ਕਰਦੇ ਨਾ ਸਾਰੇ ਕੌਣ ਕਰੇਗਾ ਕੰਮ ਆਮ ਬੰਦਾ ਕਰ ਸਕਦਾ ਕੰਮ ਇਹ ਇਹਨਾਂ ਦੀ 22 ਸਾਲਾਂ ਦੀ ਅੰਦਰਲੀ ਜਿਹੜੀ ਅਵਸਥਾ ਜਿਹੜੀ ਹੈ ਬਾਹਰ ਜਦੋਂ ਫੁੱਟੀ ਉਹਨਾਂ ਦੀ ਬਾਹਰ ਤੇ ਫਿਰ ਉਸ ਕੁੱਖ ਤੋਂ ਹੀ ਤਾਂ ਉਹਨਾਂ ਦਾ ਜਨਮ ਹੋਇਆ ਨਾ ਕਿੱਥੋਂ ਹੋਰ ਕੌਣ ਜਨਮ ਲਏਗਾ ਉਹਨਾਂ ਦੇ ਘਰ ਕੌਣ ਲਏਗਾ ਜਨਮ ਉਹਨਾਂ ਦੇ ਘਰ ਦੱਸੋ ਮੈਨੂੰ ਵਿਚਿੱਤਰ ਨਾਟਕ ਇੱਥੇ ਤੱਕ ਲਿਖਿਆ ਹੋਇਆ ਹੈ ਜਿਹੜੇ ਇਹਨਾਂ ਨੇ ਪੜ੍ਹੀ ਹੈ ਵਿਚਿੱਤਰ ਨਾਟਕ ਜਿਹਨਾਂ ਨੇ ਨਹੀਂ ਪੜ੍ਹੀ ਤਾਂ ਜ਼ਰੂਰ ਪੜ੍ਹੋ ਵਿਚਿੱਤਰ ਨਾਟਕ ਇੱਥੇ ਤੱਕ ਲਿਖਿਆ ਹੋਇਆ ਹੈ ਕਿ ਚਿੱਤ ਨਾ ਕਰਨ ਹਮਰਿਆਲ ਮੇਰਾ ਮਨ ਨਹੀਂ ਕਰਦਾ ਸੀ ਆਉਣ ਨੂੰ ਲੇਕਿਨ ਗੁਰਦੇਵ ਨੇ ਪਠਾਇਆ ਮੈਨੂੰ ਇੱਥੇ ਮੇਰਾ ਮਨ ਨਹੀਂ ਕਰਦਾ ਸੀ ਆਉਣ ਨੂੰ ਥੱਲੇ ਮੇਰਾ ਮਨ ਨਹੀਂ ਕਰਦਾ ਸੀ ਦੁਬਾਰਾ ਸ਼੍ਰੀ ਛੋੜ ਕੇ ਮਹਾਂਵਾਨ ਸ਼੍ਰੀ ਮੱਕ ਆਵਾਂ ਜਿੱਦਾਂ ਆਟੇ ਵਰਡ ਆਏ ਉਹਨਾਂ ਦੇ ਸੋ ਇਹ ਦੋਨੋਂ ਚੀਜ਼ਾਂ ਗੁਰੂ ਘਰ ਦੇ ਵਿੱਚੋਂ ਹੀ ਐਗਜ਼ਾਮਪਲ ਮਿਲ ਜਾਂਦੀ ਉਹਨਾਂ ਚੀਜ਼ਾਂ ਨੂੰ ਇੱਥੇ 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 ਵਡਿਆਈ ਉਸੇ ਦੀ ਹੈ ਜੋ ਆਪ ਕਰੇ ਜੋ ਆਪ ਜਪੇ ਅਵਰਾਮ ਤੇ ਜੇ ਅਵਰਾਮ ਆਪ ਨਹੀਂ ਜਪਵਾ ਸਕਦਾ ਤੇ ਉਹਦੀ ਵਡਿਆਈ ਨਹੀਂ ਹੈ ਆਪ ਜਪਣ ਵਾਲੇ ਦੀ ਵਡਿਆਈ ਹੈ ਇੱਥੇ ਆਪ ਜਪਣ ਵਾਲੇ ਦੀ ਕੋਈ ਵਡਿਆਈ ਨਹੀਂ ਇਸ ਵਾਸਤੇ ਚਾਰ ਉਦਾਸੀਆਂ ਦਿੱਤੀਆਂ ਉਹਨਾਂ ਨੇ ਕੋਈ ਉਦਾਸੀਆਂ ਲੈਣ ਦੀ ਲੋੜ ਨਹੀਂ ਸੀ ਆਪੇ ਕਰ ਲੈਂਦੇ ਆਪੇ ਭਗਤੀ ਭਗਤ ਸਨ ਦੂਸਰੇ ਤਾਰੇ ਕਿੱਥੇ ਕਿੱਥੇ ਗਏ ਤੁਸੀਂ ਕਿਉਂ ਗਏ ਨੰਗੇ ਪੈਰ ਜੰਗਲਾਂ ਵਿੱਚੋਂ ਪਤਾ ਨਹੀਂ ਕਿੱਥੇ ਜਾ ਰਹੇ ਕੌਣ ਹੈਗਾ ਕੀ ਹੈ ਕੋਈ GPS ਥੋੜਾ ਸੀ ਉਸ ਵੇਲੇ ਕੋਈ ਸੜਕਾਂ ਥੋੜਾ ਬਣੀਆਂ ਹੋਈਆਂ ਸਨ ਹਾਂਜੀ ਇਹ ਚਲੇ ਗਏ ਉੱਥੇ ਚਲੇ ਗਏ ਅੱਗੇ ਜਾ ਕੇ ਜਗ੍ਹਾ ਆ ਗਏ ਉੱਥੇ ਹੋਟਲ ਤੇ ਰਹੇ ਤੇ 5 ਸਟਾਰ ਰਿਟਜ਼ ਕਾਰਟਨ ਵਿੱਚ ਫਸਟ ਕਲਾਸ ਅਪਰ ਰਹੇ ਸਵੇਰੇ ਬ੍ਰੈਕਫਾਸਟ ਕੀਤਾ ਉੱਥੇ ਉਹ ਥੋੜਾ ਹੋਇਆ ਉੱਥੇ ਕਿਉਂ ਗਏ ਨਾ ਜਾਂਦੇ ਪੈਸੇ ਨਹੀਂ ਕੁਛ ਨਹੀਂ ਕਦੀ ਕਿਤੇ ਖਾਣਾ ਹੈ ਕਿਤੇ ਪੀਣਾ ਹੈ ਅਗਲਾ ਕਿੱਥੇ ਹੈ ਅਗਲਾ ਕੌਣ ਕਰਨ ਵਾਲਾ ਹੈ ਸੋ ਇਹ ਸੇਵਾ ਜਿਹੜੇ ਕਰਦੇ ਹਨ ਉਹ ਜਿਹੜੀ ਉਹਦੀ ਨੌਕਰੀ ਕਰਦੇ ਹਨ ਫਿਰ ਉਹ ਮਾਲਾ ਆਪਣੇ ਮਾਲਕ ਦਾ ਪੂਰਾ ਧਿਆਨ ਰੱਖਦੇ ਹਨ ਉਹ ਪਾਰ ਜਾ ਤੇ ਉਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਉਹਨਾਂ ਵਾਸਤੇ ਗੁਣ ਗਾਏ ਨਹੀਂ ਉਹਨਾਂ ਦੀ ਕਾਮ ਤੇਨ ਹੈ ਉਹਨਾਂ ਦੇ ਗੁਣ ਗਾਣ ਤੋਂ ਜਿੰਨੀ ਖੁਸ਼ੀ ਹੁੰਦੀ ਹੈ ਸਮਝ ਲਓ ਕਾਮ ਤੇਨ ਬੈਠੀ ਹਰ ਚੀਜ਼ ਹਰ ਮੂੰਹ ਮੰਗੀ ਚੀਜ਼ ਪੂਰੀ ਹੋ ਜਾਂਦੀ ਹੈ ਬਲਕਿ ਉਹਨਾਂ ਨੇ ਚੀਜ਼ਾਂ ਹੀ ਨਹੀਂ ਲੈਣੀਆਂ ਕਿਸੇ ਸਤੇ ਉੱਤਮ ਹਰਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ ਕੱਲ ਮੈਂ ਸ਼ਾਮੀ ਆਪਣੇ ਨੋਟਸ ਰਿਵਾਈਜ਼ ਕਰਦਾ ਪਿਆ ਸੀ ਇਹ ਗੱਲਾਂ ਨੂੰ ਦੇਖਿਆ ਛੋਟੇ ਹੁੰਦਿਆਂ ਮੈਂ ਪਟਨਾ ਸਾਹਿਬ ਜਾਂਦੇ ਸੀ ਤੇ ਭਾਈ ਮਾਨ ਸਿੰਘ ਹੋਰੀ ਉੱਥੇ ਹੈਡ ਗ੍ਰੰਥੀ ਸਨ ਬੜੇ ਭਗਤੀ ਵਾਲੇ ਸਨ ਕਿਤਾਬੀ ਸਨ ਬੜੇ ਤੇ ਸਵੇਰੇ 5 ਮਿੰਟ ਬੋਲਦੇ ਹੁੰਦੇ ਸਨ ਅੰਦਰ ਜਦੋਂ ਕਥਾ ਜਦੋਂ ਸ਼ਸਤਰ ਦਰਸ਼ਨ ਕਰਾਉਣ ਤੋਂ ਬਾਅਦ ਹਿੰਦੀ ਚ ਬੋਲਦੇ ਸਨ ਤੇ ਇਹ ਲਾਈਨਾਂ ਜ਼ਰੂਰ ਕਰਦੇ ਸਨ ਇੱਕ ਚੀਜ਼ ਰਹੀ ਯਾਦ ਰੱਖੋ ਤੁਮ ਹਿੰਦੀ ਚ ਬੋਲਦੇ ਸਨ
ਸਿੰਧੀ ਨੂੰ ਵੇਰੀ ਹੈਪੀ ਟੂ ਨੋ ਹਿੰਦੀ ਗੱਲ ਕਰਦੇ ਸਨ ਉਹ ਸਾਫ਼ ਕਹਿੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਬਿਹਾਰੀ ਥੇ ਔਰ ਬਿਹਾਰੀ ਹੈ ਯਹੀ ਜਨੇ ਪਲੇ ਹੈ ਵੋ ਬਿਹਾਰੀ ਬੋਲਤੇ ਥੇ ਵੋ ਬਿਹਾਰੀ ਥੇ ਪੰਜਾਬ ਮੇਂ ਕੱਚ ਹਲੇ ਮੇਂ ਡਿਗਿੰਗ ਦੋਸ ਵਰਡਸ ਇਨ ਮਾਈ ਈਅਰਸ ਔਰ ਇਹ ਗੱਲ ਇਹ ਸੁਖਮਨੀ ਦੀ ਲਾਈਨ ਐਵਰੀ ਡੇ ਕੋਟ ਕਰਦੇ ਸਨ ਮੈਨੂੰ ਯਾਦ ਆ ਰਿਹਾ ਤੱਕ ਕਰਨਾ ਕਿ ਸੱਤੇ ਉੱਤਮ ਹਕੀਕਤ ਤੇ ਬੋਲਦੇ ਸਨ ਹਮੇਸ਼ਾ ਨਾਲ ਨਾਮ ਸੁਨਤ ਦਰਦ ਦੁੱਖ ਲਤਾ ਸਭ ਤੋਂ ਉੱਤਮ ਹੈ ਜਿੱਥੇ ਪਰਮਾਤਮਾ ਦੀ ਵਡਿਆਈ ਜਿੱਥੇ ਹੋ ਰਹੀ ਹੋਵੇ ਚਾਹੇ ਕੀਰਤਨ ਰੂਪ ਵਿੱਚ ਹੋ ਰਹੀ ਹੋਵੇ ਜਾਂ ਇਸਲਾਸ ਰੂਪ ਚ ਹੋ ਰਹੀ ਹੋਵੇ ਜਾਂ ਕਥਾ ਰੂਪ ਚ ਹੋ ਰਹੀ ਹੋਵੇ ਕਿਸੇ ਵੀ ਰੂਪ ਚ ਪਰਮਾਤਮਾ ਦੀ ਵਡਿਆਈ ਹੋ ਰਹੀ ਹੋਵੇ ਸਭ ਤੋਂ ਉੱਤਮ ਹੈ ਇਸ ਤੋਂ ਉੱਤਮ ਹੋਰ ਕੋਈ ਗੱਲ ਨਹੀਂ ਇਸ ਤੋਂ ਉੱਤਮ ਕੋਈ ਹੋਰ ਅਵਸਥਾ ਨਹੀਂ ਕਿਉਂਕਿ ਨਾਮ ਸੁਨਤ ਦਰਦ ਦੁੱਖ ਲੱਗਦਾ ਤੇ ਨਾਮ ਨੂੰ ਸੁਣਨਾ ਨਾਮ ਨੂੰ ਕਹਿਣਾ ਤੇ ਨਾਮ ਨੂੰ ਗਾਉਣਾ ਇਹ ਸਾਰੀਆਂ ਚੀਜ਼ਾਂ ਪ੍ਰਮਾਣ ਹੈ ਪ੍ਰੇਮਾ ਭਗਤੀ ਨੂੰ ਗਾਉਣਾ ਗੁਰੂ ਦੇ ਸ਼ਬਦ ਦੇ ਕੀਰਤਨ ਕਰਨਾ ਗਾ ਕੇ ਉਹਨੂੰ ਖੁਸ਼ ਕਰਨਾ ਤੇ ਨਾਮ ਨੂੰ ਸੁਣਨਾ ਗੁਰਬਾਣੀ ਨੂੰ ਸੁਣਨਾ ਕੀਰਤਨ ਨੂੰ ਸੁਣਨਾ ਕਥਾ ਨੂੰ ਸੁਣਨਾ ਗੁਰਬਾਣੀ ਦਾ ਵਿਚਾਰ ਸੁਣਨਾ ਨਾਮ ਨੂੰ ਵਿਚਾਰਨਾ ਗੁਰਬਾਣੀ ਬਾਰੇ ਸਮਝਣਾ ਇਹ ਸਭ ਤੋਂ ਉੱਤਮ ਅਵਸਥਾ ਹੈ ਸਭ ਤੋਂ ਕਿਉਂਕਿ ਇਹ ਕਰਨ ਨਾਲ ਇਹ ਸੁਣਨ ਨਾਲ ਤੁਹਾਡੀਆਂ ਨੈਗੇਟਿਵ ਜਿਹੜੀਆਂ ਥਾਟ ਪ੍ਰੋਸੈਸ ਹੈ ਜ਼ੀਰੋ ਹੋਣ ਨਾ ਹੋਣ ਇਮੀਡੀਏਟਲੀ ਘਟਣੇ ਜ਼ਰੂਰ ਸ਼ੁਰੂ ਹੋ ਜਾਣਗੇ ਰਾਈਟ ਇਹ ਗੁੱਸਾ ਘੱਟ ਜਾਂਦਾ ਰਾਈਟ ਪਹਿਲੇ ਨਾਲੋਂ ਘੱਟ ਜਾਂਦਾ ਬੜਾ ਜ਼ੀਰੋ ਨਾ ਆਵੇ ਹਰ ਚੀਜ਼ ਫਰਕ ਪੈ ਜਾਂਦਾ ਬੜਾ ਲੇਕਿਨ ਕੰਸਿਸਟੈਂਟਲੀ ਕਰੇ ਤਾਂ ਕੈਜੂਅਲ ਲਰਨਿੰਗ ਵਾਲੇ ਵੀ ਬੜੇ ਸਟੂਡੈਂਟ ਆ ਜਿਹੜੇ ਇੱਕ ਹਫ਼ਤੇ ਆਉਂਦੇ ਨੇ ਤਿੰਨ ਹਫ਼ਤੇ ਗਾਏ ਦੋ ਹਫ਼ਤੇ ਆਏ ਚਾਰ ਹਫ਼ਤੇ ਗਾਏ ਉਹਨਾਂ ਦਾ ਜ਼ਿੰਦਗੀ ਕੋਈ ਬਦਲਦਾ ਨਹੀਂ ਉਹ ਸਿਰਫ ਗੁਰੂ ਦੇ ਸਾਹਮਣੇ ਕਰ ਸਕਦੇ ਕੈਜੂਅਲ ਲਰਨਿੰਗ ਆਪਣੇ ਕੰਮ ਤੇ ਕਰਕੇ ਦਿਖਾਉਣ ਕੈਜੂਅਲ ਲਰਨਿੰਗ ਤਾਂ ਮੰਨਾ ਮੈਂ ਜਾਣ ਮੰਡੇ ਟਿਊਜ਼ਡੇ ਆਫਿਸ ਵੈਨਸਡੇ ਥਰਸਡੇ ਨਾ ਜਾਣ ਫਿਰ ਫਰਾਈਡੇ ਚਲੇ ਜਾਣ ਫਿਰ ਮੰਡੇ ਨਾ ਜਾਣ ਫਿਰ ਟਿਊਜ਼ਡੇ ਵੈਨਸਡੇ ਥਰਸਡੇ ਚਲੇ ਜਾਣ ਫਿਰ ਦੇਖਾ ਕਿੰਨੀ ਦੇਰ ਸਰਵਾਈਵ ਕਰਦੇ ਨੇ ਉੱਥੇ ਉੱਥੇ ਕੈਜੂਅਲ ਲਰਨਿੰਗ ਉੱਥੇ ਨਹੀਂ ਕਰਦੇ ਕਿਆ ਕਿਉਂਕਿ ਉੱਥੇ ਪੇਟ ਦੀ ਗੱਲ ਨਾ ਉੱਥੇ ਤੇ ਮੂਰਖ ਸਮਝਦੇ ਨਹੀਂ ਕਿ ਇਹ ਤੇ ਸਭ ਕੁਝ ਚਲਾ ਜਾਣਾ ਜਿਹੜਾ ਚੀਜ਼ਾਂ ਕਰਨੀਆਂ ਉੱਥੇ ਤੇ ਕੈਜੂਅਲ ਲਰਨਿੰਗ ਨਾ ਕਰਾਂ ਕਿਉਂਕਿ ਉਹਨਾਂ ਦਾ ਮਨ ਮੰਨਦਾ ਨਹੀਂ ਇਸ ਪਾਸੇ ਆਉਣ ਨੂੰ ਹਾਲੇ ਵੀ ਕਦੇ ਨਹੀਂ ਕੋਈ ਗੱਲ ਨਹੀਂ ਇਹ ਪਾਸਾ ਠੀਕ ਹੈ ਨਹੀਂ ਹੋਇਆ ਤਾਂ ਵੀ ਚੱਲ ਜਾਏਗਾ ਕੰਮ ਨਹੀਂ ਚੱਲਦਾ ਉਸ ਬਾਰੇ ਕਾਮ ਤੇਨ ਹਰ ਹਰ ਗੁਰਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਲੋਕਾ ਕਿ ਨਾਮ ਕੀ ਮਹਿਮਾ ਕਿੱਥੇ ਵਸੇਗੀ ਸੰਤ ਦੇ ਅੰਦਰ ਹੀ ਵਸੇਗੀ ਲੋਕ ਦੇ ਅੰਦਰ ਵਸੇਗੀ ਸਾਧੂ ਚਰਨ ਦੇ ਅੰਦਰ ਹੀ ਵਸੇਗੀ ਨਾ ਉਹ ਨਾਮ ਕੀ ਮਹਿਮਾ ਸੰਤ ਰਿਤ ਵਸੇ ਹੋਰ ਕਿੱਥੇ ਵਸੇਗੀ ਉਹ ਉਹ ਜਿਹੜੇ ਪਿਆਰ ਕਰਦੇ ਉਹਨਾਂ ਦੇ ਅੰਦਰ ਹੀ ਆਏਗੀ ਨਾ ਉਹ ਕਿਹਦੇ ਅੰਦਰ ਆਏਗੀ ਉਹ ਕਦੇ ਅੰਦਰ ਆ ਸਕਦੀ ਕਿਸੇ ਦੇ ਅੰਦਰ ਨਹੀਂ ਆ ਸਕਦੀ ਨਾਮ ਕੀ ਮਹਿਮਾ ਸੰਤ ਰਿਤ ਵਸੇ ਸੰਤ ਪ੍ਰਤਾਪ ਤੇ ਜੇ ਉਹਨਾਂ ਦੀ ਕਿਰਪਾ ਹੋ ਜਾਏ ਉਹਨਾਂ ਸੰਤਾਂ ਦੀ ਉਹਨਾਂ ਉਸ ਗੁਰੂ ਦੀ ਜੇ ਗੁਰੂ ਨਾਨਕ ਦਾ ਹੱਥ ਆ ਜਾ ਸਕਦੇ ਜਿਸ ਕੀ ਉੱਪਰ ਉਹਦਾ ਹੱਥ ਹੋਵੇ ਤੇ ਤੇਰੇ ਤੇਰੇ ਤੇ ਤੋਂ ਫਿਰ ਉਹ ਸੁਧੂ ਕਿਸਾ ਉਹ ਕਿਸ ਕਿਸਾ ਨੂੰ ਮਿਲਦਾ ਉਹ ਹੁਣ ਦੁੱਖ ਨਹੀਂ ਮਿਲ ਸਕਦਾ ਉਹ ਫਿਰ 40 ਵੀ ਹੋਵੇ ਨਾ 10 ਲੱਖ ਦੀ ਫੌਜ ਦੇ ਅੱਗੇ ਚਮਕੌਰ ਅੱਜ ਵੀ ਬ੍ਰਿਟਿਸ਼ ਗਵਰਨਮੈਂਟ ਦੇ ਜਿਹੜੇ ਜਦੋਂ ਆਰਮੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਹ ਐਗਜ਼ਾਮਪਲ ਵੱਡੇ ਟੋਟਲ ਟ੍ਰੇਨਿੰਗ ਦਿੱਤਾ ਜਾਂਦਾ ਕਿ 40 ਸਾਲ ਅੰਦਰ 10 ਲੱਖ ਦੀ ਫੌਜ ਦੇ ਸਾਹਮਣੇ ਕਰਕੇ ਦਿਖਾਏ ਮਾਈਕਾ ਨਾਲ ਕੋਈ 40 ਸਿੰਘ ਹੋਵਣ 10 ਲੱਖ ਦਾ ਕੀ ਹੋ ਤੇ ਸਵੇਰੇ ਉਸ ਵੀ ਆਸਰ ਦੀ ਵਰਦੀ ਕੀਰਤਨ ਲਗਾਏ ਪਾ ਹਾਂਜੀ ਤੇ ਕਰ ਕਿਸੇ ਗੱਲ ਦੀ ਫਿਕਰ ਨਹੀਂ 40 ਹੈ ਕੋਈ ਗੱਲ ਨਹੀਂ ਖਾਲਸਾ ਤੇ ਮਾਰਾ ਦੇ ਹੁਕਮ ਦਿੱਤਾ 5-5 ਲੱਖ ਦੀ ਫੌਜ ਜਾਏਗੀ 5 ਲੱਖ ਉਹਨੇ 5 ਜਾਣਗੇ ਸਵੇਰੇ ਪਰਮਾਤਮਾ ਦੇ ਭਗਤਾਂ ਦੇ ਦਰਸ਼ਨ ਬਹੁਤ ਦੁਰਲਭ ਹੈ ਮੈਂ ਘਰ ਆਪਣੇ ਆਪਣੇ ਫਾਦਰ ਆਪਣੇ ਤਾਇਆ ਜੀ ਆਪਣੇ ਭੂਆ ਜੀ ਬੜੇ ਡਿਸਕਸ਼ਨ ਇਹੋ ਜਿਹੇ ਸੁਣਦਾ ਸੀ ਬਾਰ ਬਾਰ ਇਹ ਗੱਲ ਕਹਿੰਦੇ ਸਨ ਬ੍ਰਹਮ ਗਿਆਨੀ ਦੇ ਦਰਸ਼ਨ ਬਹੁਤ ਦੁਰਲਭ ਹਨ ਬਹੁਤ ਚੰਗੇ ਕੰਮ ਕੀਤੇ ਹੋਣ ਬੜੇ ਉਜਵਲ ਕੰਮ ਕੀਤੇ ਹੋਣ ਮੱਥੇ ਤੇ ਭਾਗ ਪੂਰੇ ਹੋਣ ਤੇ ਇਹੋ ਜਿਹੇ ਭਗਤਾਂ ਦੇ ਇਹੋ ਜਿਹੇ ਪ੍ਰਮਾਤਮਾ ਦੇ ਲੱਗਿਆਂ ਦੇ ਦਰਸ਼ਨ ਹੁੰਦੇ ਹਨ ਉਹਨਾਂ ਦਾ ਹੱਥ ਪਕੜਦਿਆਂ ਹੀ ਸਭ ਕੁਝ ਠੀਕ ਹੋ ਜਾਂਦਾ ਸਾਰਾ ਕੁਝ ਉਹਨਾਂ ਦੀ ਅਰਦਾਸ ਕੀਤੀਆਂ ਹੀ ਸਭ ਕੁਝ ਠੀਕ ਹੋ ਜਾਂਦਾ
ਉਹ ਜੇ ਬੰਦਿਆਂ ਦਾ ਘਰ ਬੈਠਣਾ ਆਉਣ ਜਾਣ ਨਾਲ ਕੀਰਤਨ ਦੇ ਪ੍ਰਵਾਹ ਤੁਰ ਪੈਂਦੇ ਹਨ। ਮੈਂ ਕਈ ਵਾਰੀ ਘਰ ਮੈਂ ਮਿਊਜ਼ਿਕ ਤੋਂ ਕਿਤਨਾ ਸ਼ੌਕ ਸੀ ਬਚਪਨ ਤੋਂ ਮੈਨੂੰ, ਲੇਕਿਨ ਕੀਰਤਨ ਦਾ ਪ੍ਰਵਾਹ ਸ਼ੁਰੂ ਹੋਇਆ ਜਦੋਂ 1999 ਤੋਂ ਭਾਈ ਤਾਰ ਸਿੰਘਾਂ ਦਾ ਜੱਥਾ ਸਾਡੇ ਘਰ ਠਹਿਰਨਾ ਸ਼ੁਰੂ ਕੀਤਾ। ਹਫ਼ਤੇ ਦੋ ਹਫ਼ਤੇ ਰਹਿਣਾ, ਸਾਲ 'ਚ ਇੱਕ ਜਗ੍ਹਾ। ਉਹਨਾਂ ਨੇ ਜ਼ਰੂਰ ਕਿਧਰੇ ਅਰਦਾਸ ਕੀਤੀ ਹੈ ਘਰ ਇਸ ਘਰ ਵਿੱਚ ਕੀਰਤਨ ਦਾ ਪ੍ਰਵਾਹ ਤੇ ਚੱਲ ਪਿਆ। ਇਹੋ ਜਿਹੇ ਬੰਦਿਆਂ ਦਾ ਕਹਿਣਾ ਪ੍ਰਮਾਤਮਾ ਮੋੜ ਨਹੀਂ ਸਕਦਾ ਕਦੀ, ਉਹਦਾ ਕਹਿਣਾ ਡੱਲ ਹੈ। ਆਵੇ ਦੇ ਕਦਰ ਕਥਾ ਸੁਣਾਈ ਨਾ ਆਵੇ ਦੀ ਬੜੀ ਵਾਰੀ ਬੁੱਧ ਕਾਲ ਸੁਣਾਈ ਦੁਬਾਰਾ ਸੁਣਾ ਦੇ। ਇੱਟਾਂ ਬਣਾਉਣ ਦਾ ਬਿਜ਼ਨਸ ਹੈ, ਇੱਟਾਂ ਬਣਾਈਆਂ, ਗੁਰਸਿੱਖ ਹੈ ਬੜਾ, ਭਗਤ ਹੈ ਗੁਰੂ ਦੇਵ ਮਹਾਰਾਜ ਦਾ, ਇੱਟਾਂ ਬਣਾਈਆਂ, ਇੱਟਾਂ ਬਣ ਗਈਆਂ, ਬੜੇ ਪੈਸੇ ਆਏ, ਖੁਸ਼ ਬੜਾ ਹੈ, ਹੋਰ ਇੱਟਾਂ ਬਣਾ ਰਿਹਾ। ਪਰਮਾਤਮਾ ਨੇ ਕਿਹਾ, ਮਹਾਰਾਜ ਨੇ ਕਿਹਾ ਤੂੰ ਸੇਵਾ ਕਰ ਤੂੰ ਬੜੀ, ਤੇ ਬ੍ਰਹਮ ਭੋਜ ਦਾ ਇੰਤਜ਼ਾਮ ਕੀਤਾ, ਬੜਾ ਸਾਧੂਆਂ ਸੰਤਾਂ ਨੂੰ ਬੁਲਾਇਆ ਬੜੀ ਜਗ੍ਹਾ, ਬੜੀ ਲੋਕ ਲੰਗਰ ਛਕਣ ਆਏ, ਤੇ ਲੰਗਰ ਸ਼ੁਰੂ ਹੋ ਗਿਆ, ਦਰਵਾਜ਼ੇ ਬੰਦ ਹੋ ਗਏ, ਇੱਕੋ ਇੱਕ ਗੁਰੂ ਕਾ ਸਿੱਖ ਆਇਆ, ਨਾ ਨਹੀਂ ਯਾਦ ਮੈਨੂੰ ਫਿਰ ਭੁੱਲ ਗਿਆ ਨਾ। ਅਗੀਮ ਗੁਰੂ ਦਾ ਸਿੱਖ ਸੀ ਬੜਾ ਭਗਤ, ਕਹਿਆ ਭੁੱਖ ਲੱਗੀ ਹੈ ਲੰਗਰ ਛਕਾ ਦਿਓ, ਕਹਿੰਦੀ ਉਮਰ ਦਰਵਾਜ਼ੇ ਬੰਦ ਹੋ ਚੁੱਕੇ, ਕਹਿੰਦੀ ਹੁਣ ਤੁਸੀਂ ਚਲੇ ਜਾਓ ਵਾਪਸ ਘਰ। ਉਹਨੇ ਕਿਹਾ ਭੁੱਖ ਮੁੜ ਲੱਗੀ ਹੈ ਮੈਨੂੰ, ਗੁਰੂ ਕਾ ਸਿੱਖ ਹਾਂ ਮੈਂ, ਮੇਰੇ ਲੰਗਰ ਛਕਾਓ, ਨਹੀਂ ਦਿੱਤਾ ਲੰਗਰ, ਤੇ ਮੂੰਹੋਂ ਨਿਕਲ ਗਈ ਗੱਲ, ਜਾਂ ਫਿਰ ਤੇਰੇ ਆਵੇ ਕੱਚੇ ਹੀ ਰਹਿਣਗੇ, ਤੇਰੀਆਂ ਇੱਟਾਂ ਕੱਚੀਆਂ ਹੀ ਹੋ ਜਾਣਗੀਆਂ। ਮਨ ਸੋਚਦਾ ਹੁਣ ਕੀ ਕਹਿਤਾ ਉਹਨਾਂ ਨੇ, ਫਿਰ ਕਹਿੰਦਾ ਕਿ ਮੈਨੂੰ ਕੌਣ ਫਿਕਰ ਹੈ ਇਹਦੇ ਕਾਰਨ ਕੀ ਹੁੰਦਾ, ਮੇਰੇ ਤੇ ਮੇਰੇ ਸਿਰ ਤੇ ਗੁਰੂ ਦੇਵ ਮਹਾਰਾਜ ਦਾ ਹੱਥ ਹੈ, ਗੁਰੂ ਦਾ ਹੱਥ ਹੈ, ਇਹਦੇ ਇਹ ਸਿੱਖ ਦੇ ਕਹਿਣ ਨਾਲ ਕੀ ਹੋਣ ਵਾਲਾ ਹੈ। ਪਰ ਅੰਦਰੋਂ ਤੇ ਸੱਚਾ ਸੀ ਬੜਾ। ਅਗਲੇ ਦਿਨ ਜਾ ਕੇ ਮਹਾਰਾਜ ਦਰਬਾਰ ਜਾ ਕੇ ਅੱਗੇ ਗੱਲ ਕਹਿ ਦਿੱਤੀ, ਇਸ ਤਰ੍ਹਾਂ ਗੱਲ ਹੋਈ ਸਾਰੀ, ਲੰਗਰ ਕੀਤਾ। ਉਹਦੀ ਗੱਲ ਨੀ ਮੁੜੀ ਜਾ ਸਕਦੀ, ਉਹ ਗੱਲ ਤੇ ਹੋਣੀ ਹੋਣੀ। ਕਹਿੰਦੇ ਕਿਉਂ ਤੁਸੀਂ ਗੁਰੂ? ਕਹਿੰਦੇ ਡਜ਼ਨਟ ਮੈਟਰ, ਉਹ ਭਗਤ ਹੈ, ਭਗਤ ਜਨਨ ਦੀ ਗੱਲ ਮੋੜੀ ਨਹੀਂ ਜਾ ਸਕਦੀ, ਉਹ ਜੇ ਮੂੰਹ ਨਿਕਲਿਆ ਹੈ ਤੁਹਾਡੇ ਆਵੇ ਹੁਣ ਕੱਚੇ ਹੀ ਰਹਿਣਗੇ, ਹੁਣ ਪੱਕੇ ਨਹੀਂ ਹੋ ਸਕਦੇ, ਚਾਹੇ ਛੁੱਟੀ ਕਰ ਲਓ। ਹਾਂ ਅਰਦਾਸ ਕਰ, ਤੂੰ ਬੜੀ ਸੇਵਾ ਕਰਨ ਵਾਲਾ ਹੈ, ਤੇਰੇ ਕੱਚੇ ਵੀ ਪੱਕੇ ਦੇ ਭਾਲ ਚ ਵਿਖ ਜਾਣਗੇ, ਉਹ ਗੱਲ ਹੋ ਰਿਹਾ, ਲੇਕਿਨ ਆਵੇ ਕੱਚੇ ਹੀ ਰਹਿਣਗੇ। ਉਹੀ ਗੱਲ ਹੋਈ, ਆਵੇ ਕੱਚੇ ਰਹਿ ਗਏ ਕਿਉਂਕਿ ਬਾਰਿਸ਼ ਬੜੀ ਹੋ ਗਈ। ਦੀਵਾਰ ਲਾਹੌਰ ਦੀ ਲਾਹੌਰ ਦੀ ਕਿਲ੍ਹੇ ਦੀਆਂ ਦੀਵਾਰਾਂ ਗਿਰ ਗਈਆਂ, ਉਹਨਾਂ ਨੂੰ ਇੱਟਾਂ ਦੀ ਲੋੜ ਪਈ, ਇੱਟਾਂ ਕਿਧਰੋਂ ਮਿਲਣ ਨਾ, ਇਹਨਾਂ ਕੋਲ ਇੱਟਾਂ ਸਨ ਕਰੀ ਕੱਚੀਆਂ ਸਨ, ਉਹ ਵੀ ਡਰ ਦਿੱਤੀਆਂ, ਕੱਚੀਆਂ ਵੀ ਪੱਕੇ ਦੇ ਭਾਵ ਵਿਕ ਗਈਆਂ ਹੁੰਦੀਆਂ। ਇਹ ਗੁਰੂ ਜਨਾਂ ਦੀ ਵਡਿਆਈ ਹੈ, ਉਸ ਦੀ ਵੱਡੀ, ਤੁਸੀਂ ਉਹਨਾਂ ਦੀ ਗੱਲ ਮੋੜੀ ਨਹੀਂ ਜਾ ਸਕਦੀ, ਜੋ ਉਹ ਕਹਿਣਾ ਪੂਰਾ ਹੁੰਦਾ ਹੈ। ਇਸ ਵਾਸਤੇ ਸਿਆਣੇ ਮੇਰੇ ਵੱਡੇ, ਮੇਰੇ ਗ੍ਰੈਂਡ ਪੇਰੈਂਟਸ ਵੀ ਕਿਹਾ ਕਰਦੇ ਸਨ ਹਮੇਸ਼ਾ, ਕਦੀ ਇਹੋ ਜਿਹੇ ਬੰਦੇ ਦੀ ਨਿੰਦਿਆ ਨਹੀਂ ਕਰਨੀ, ਕਦੀ ਇਹੋ ਜਿਹੇ ਬੰਦੇ ਦੀ ਅਪਸ਼ਕੁਨ ਨਹੀਂ ਬੋਲਣਾ, ਪ੍ਰਮਾਤਮਾ ਰੱਖਿਆ ਕਰਦਾ ਉਹਨਾਂ ਦੀ ਬੜਾ। 10 ਗੁਣਾ ਆ ਕੇ ਟਾਈਮ ਨੈਗੇਟਿਵ ਐਨਰਜੀ ਤੁਹਾਨੂੰ ਘੇਰਦੀ ਹੈ ਉਸਨੂੰ, ਇਹਨਾਂ ਜਨਾਂ ਦੀ, ਇਹਨਾਂ ਗੁਰੂ ਜਨਾਂ ਦੀ ਨਿੰਦਿਆ, ਇਹਨਾਂ ਸੰਤ ਜਨਾਂ ਦੀ ਨਿੰਦਿਆ, ਬਹੁਤ ਵੱਡਾ ਪ੍ਰਾਈਸ ਚੁਕਾਉਣੀ ਪੈਂਦੀ ਹੈ, ਜਿਹੜੇ ਮਨ ਚ ਨੈਗੇਟਿਵ ਥਾਟ ਪ੍ਰੋਸੈਸ ਉਹਨਾਂ ਦੇ ਮਨ ਚ ਧਾਰਦੇ ਚੜੇ। ਇੱਕ ਹੋਰ ਅਫਸੋਸ ਦੀ ਗੱਲ ਮੈਂ ਕਹਿ ਦੇ ਕਿ ਬੁੱਧ ਦਾ ਆਵਾ ਗੁਰਦੁਆਰਾ ਲਾਹੌਰ ਪੂਰੀ ਤਰ੍ਹਾਂ ਢਾਹ ਚੁੱਕਿਆ। They're building a mall on top of it. Six filed a lawsuit, but we lost. ਹਾਲੇ ਕਿ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਾਂ ਦੇ ਉੱਤੇ ਜ਼ਮੀਨ ਹੈ ਸਾਰੀ ਉਹ ਲਾਹੌਰ, ਲੇਕਿਨ ਮੈਂ ਲਾਸਟ ਪਿਕਚਰ ਉਸ ਦਿਨ ਦੇਖੀ ਹੈ ਕਿਸੇ ਨੇ ਪਾਈਆਂ, ਤੇ ਉਹ ਮਿੱਟੀ ਜਿਹੜੀ ਹੈ ਉਹ ਚਾਰ ਇੱਟਾਂ ਖੜੇ ਪਈਆਂ, ਧੂੜ ਉੱਥੇ ਨਾਲ ਬੁਲਡੋਜ਼ਰ ਖੜੇ ਹੋਏ। ਸੋ ਉਹ ਸਥਾਨ ਵੀ ਚਲਾ ਗਿਆ ਸਾਡੇ ਕੋਲ। ਸਾਈਡ ਇਨਫੋਰਮੇਸ਼ਨ ਦੋ, ਸੰਤ ਪ੍ਰਤਾਪ ਦੁਰਸ ਸਭ ਨਸੇ, ਸੰਤ ਕਾ ਸੰਗ ਵੱਡੇ ਭਾਗੀ ਪਾਈਏ, ਸੰਤ ਕੀ ਸੇਵਾ। ਦੋ ਚੀਜ਼ਾਂ ਦੱਸੀਆਂ, ਇੱਕ ਸੰਤਾਂ ਦੀ, ਉਹਨਾਂ ਜਨਾਂ ਦੀ ਸੇਵਾ, ਗੁਰੂ ਜਨਾਂ ਦੀ ਸੇਵਾ, ਆਪਣੇ ਗੁਰੂ ਦੀ ਸੇਵਾ, ਸ਼ਬਦ ਦੀ ਸੇਵਾ, ਉਹਨਾਂ ਭਗਤਾਂ ਦੀ ਸੇਵਾ, ਉਹਨਾਂ ਭਗਤਾਂ ਦੀ ਟਹਿਲ, ਤੇ ਨਾਮ ਨੂੰ ਧਿਆਨਣਾ, ਪਰਮਾਤਮਾ ਨੂੰ ਯਾਦ ਰੱਖਣਾ, ਪ੍ਰੇਮਾ ਭਗਤੀ ਵਿੱਚ ਡੁੱਬਣਾ। ਦੋ ਚੀਜ਼ਾਂ ਕਹੀਆਂ ਨੇ, ਸੰਤ ਕੀ ਸੇਵਾ, ਨਾਮ ਧਿਆਈਏ, ਕਿਉਂਕਿ ਨਾਮ ਤੁਲ ਕਛ ਨਾ, ਪਰਮਾਤਮਾ ਦੇ ਪਿਆਰ ਦੇ ਇਕੁਅਲ ਕੋਈ ਹੋਰ ਚੀਜ਼ ਨਹੀਂ, ਇਹ ਤੋਂ ਸਭ ਕੁਛ ਮਿਲਦਾ ਹੈ। ਨਾਨਕ ਗੁਰਮੁਖ ਨਾਮ ਪਾਵੇ, ਇੱਥੇ ਵੀ ਜਨ ਦਿਨ ਮੈਨੂੰ ਔਖੜ ਹੈ, ਸਿੰਗੂਲਰ ਹੈ ਜਨ, ਕਿਸੇ ਕਰੋੜਾਂ ਚੋਂ ਇੱਕ ਨੂੰ ਘੱਟ ਬਹੁਤ ਜਨ, ਕੋਈ ਜਨ ਵਰਡ ਆਏ ਹਨ ਇੱਥੇ, ਨਾਨਕ ਗੁਰਮੁਖ ਨਾਮ ਪਾਵੇ,
ਜਨ ਕੋਈ 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 ਕਿਸੇ ਕਿਸੇ ਕੱਟ ਕੱਟ ਚੌਂਕ ਹੈ ਇਸ ਪਾਸੇ ਦਿਖਾਵੇ ਦਾ ਅੱਜ ਕੱਲ੍ਹ ਜ਼ਮਾਨਾ ਕਰਨਾ ਦਿਖਾਵੇ ਦਾ ਕੰਮ ਉਹ ਸ਼ਾਰਟ ਟਰਮ ਕੰਮ ਹੈ ਅੱਜ ਕੱਲ੍ਹ ਕਲਾਸ ਵੀ ਸਾਰੇ ਭਗਤ ਨਹੀਂ ਸੁਣ ਰਹੇ ਸਾਰਾ ਮੂਡ ਬਦਲਿਆ ਹੋਇਆ ਅੱਖਾਂ ਦੇ ਅੱਥਰੂ ਵੀ ਹੈ ਲੇਕਿਨ ਘੰਟੇ ਬਾਅਦ ਨਹੀਂ ਰਹਿਣੇ ਘੰਟੇ ਬਾਅਦ ਫਿਰ ਉਹੀ ਦੁਨਿਆਵੀ ਗੱਲਾਂ ਘੰਟੇ ਬਾਅਦ ਫਿਰ ਉਹੀ ਗੱਲਾਂ ਇਨਸਾਨੀ ਫਿਰ ਉਹਨਾਂ ਗੱਲਾਂ 'ਚ ਬੰਦਾ ਰੁੱਝ ਜਾਂਦਾ ਹੈ ਫਿਰ ਉਹ ਗੱਲਾਂ ਭੁੱਲ ਜਾਂਦਾ ਫਿਰ ਵੇਟ ਕਰਦਾ ਹਰ ਸੰਡੇ ਦੀ ਸੰਡੇ ਦਾ ਇੱਕ ਘੰਟੇ ਦਾ ਅਸਰ ਜਿਹੜਾ ਵੈ ਉਹ ਜਦ ਤੱਕ ਪ੍ਰੋਲੋਂਗ ਨਹੀਂ ਹੁੰਦਾ ਉਹ ਇਹ ਬਾਣੀ ਪ੍ਰੋਲੋਂਗ ਕਰਦੀ ਹੈ ਜਦੋਂ ਬਾਰ ਬਾਰ ਉਹ ਪ੍ਰੋਲੋਂਗ ਹੁੰਦਾ ਹੈ ਤੇ ਹਰ ਚੀਜ਼ ਵਿੱਚ ਪਰਮਾਤਮਾ ਦੀ ਤੁਹਾਨੂੰ ਕੋਈ ਨਾ ਕੋਈ ਡੈਫੀਨੇਸ਼ਨ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ ਹਰ ਚੀਜ਼ ਵਿੱਚ ਦੇਖ ਕੇ ਉਹ ਪਾਣੀ ਦੇ ਤੁਹਾਨੂੰ ਕੋਈ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਪਰ ਇਹ ਉਹ ਕਰਨ ਕਰਾਉਣ ਵਾਲਾ ਹੈ ਤੁਸੀਂ ਸਿਰਫ ਅਰਦਾਸ ਕਰ ਸਕਦੇ ਹੋ ਤੇ ਸੈਕਿੰਡ ਅਸ਼ਪਤੀ ਵਿੱਚ ਐਸ ਯੂ ਸੀ ਹੇਅਰ ਕਿ ਸਿਮਰਨ ਤੇ ਨਾਮ ਦੇ ਉੱਤੇ ਪਹਿਲੇ ਸਿਮਰਨ ਤੇ ਦੱਸ ਕੇ ਹੁਣ ਨਾਮ ਦੀ ਪਰਿਭਾਸ਼ਾ ਦੱਸ ਕੇ ਨਾਮ ਦੀ ਵਡਿਆਈ ਦੱਸ ਕੇ ਪ੍ਰੇਮਾ ਭਗਤੀ ਦੀ ਤਰਫ ਸਭ ਨੂੰ ਇਨਕਰੇਜ ਕਰਦੇ ਹਨ ਇਸ ਪਾਸੇ ਮੇਰੇ ਵਾਸਤੇ ਹਾਂਜੀ ਮੈਂ ਵੀ ਥੱਕ ਗਿਆ ਬੋਲ ਬੋਲ ਕੇ ਲੇਕਿਨ ਅਗਰ ਤੁਹਾਨੂੰ ਬੰਦਾ ਕੋਈ ਮਿਲ ਜਾਏ ਜਿਹੜਾ ਵਾਕਈ ਕਰਦਾ ਹੋਵੇ ਉਹਦਾ ਤੂੰ ਰੀਸ ਨਹੀਂ ਨਾ ਵੀ ਉਹ ਤੇ ਫਿਰ ਉਹ ਜਾਂ ਕੋਈ ਬੰਦਾ ਹੋਏ ਦਿਨ ਉਸ ਬੰਦੇ ਨੂੰ ਦੇਖਦਾ ਨਾ ਬੰਦਾ ਫਿਰ ਉਸ ਬੰਦੇ ਨੂੰ ਉਸ ਬੰਦੇ ਤੋਂ ਕਰ ਸਕਦਾ ਲੇਕਿਨ ਇਸ ਗੱਲ ਦਾ ਫਾਇਦਾ ਵੀ ਲੋਕ ਉਠਾਉਂਦੇ ਨੇ ਬੜਾ ਭੇਗੀ ਸੰਤ ਬਣ ਜਾਂਦੇ ਨੇ ਹੁਣ ਬੜੇ ਬੜੇ ਪਏ ਹੋਏ ਪੰਜਾਬ ਬੜੇ ਇਸ ਗੱਲ ਦਾ ਫਿਰ ਰੋਂਗ ਮੈਥਡ ਵੀ ਲੋਕ ਕੱਢ ਲੈਂਦੇ ਹੁਣ ਇਸ ਰੋਂਗ ਮੈਥਡ ਦੇ ਨਾਲ ਹੁਣ ਜਿਹੜੇ ਨਵਾਂ ਟ੍ਰੈਂਡ ਚੱਲ ਪਿਆ ਹੁਣ ਕਿ ਜਿੱਥੇ ਗੁਰਬਾਣੀ ਚ ਬੜ ਸੰਤ ਆਇਆ ਸਿਰਫ ਗੁਰੂ ਵਾਸਤੇ ਆਇਆ ਗੱਲ ਦੈਟ ਇਜ਼ ਨਾਟ ਟਰੂ ਬਟ ਹੁਣ ਕਿਉਂਕਿ ਡਰ ਗਏ ਕਿਉਂਕਿ ਲੋਕ ਭੇਖੀ ਲੋਕ ਆਪਣਾ ਭੇਸ ਬਦਲ ਕੇ ਦੇ ਟ੍ਰਾਈ ਟੂ ਚੀਟ ਯੂ ਯੂ ਨੋ ਪਰ ਇਸ ਗੱਲ ਯਾਦ ਰੱਖਣਾ ਕਿ ਸੰਤ ਦਾ ਕੋਈ ਉਹ ਕੱਪੜੇ ਨਹੀਂ ਹੈ ਵਾਈਟ ਵਾਲੇ ਪਰ ਯੂ ਐਂਡ ਮੀ ਐਂਡ ਓ ਐਨੀਬਡੀ ਐਲਸ ਮੇਲ ਫੀਮੇਲ ਕੋਈ ਵੀ ਕਿਸੇ ਵੀ ਰੂਪ ਚ ਹੋ ਸਕਦਾ ਹੋ ਔਰ ਮੇਰੀ ਜ਼ਿੰਦਗੀ ਵਿੱਚ ਜਿਤਨੇ ਹੋ ਜੇ ਸੰਤ ਆਏ ਸਾਰੇ ਗ੍ਰਹਿਸਥੀ ਹਨ ਸਾਰੇ ਔਰ ਮੇਰੀ ਜ਼ਿੰਦਗੀ ਵਿੱਚ ਜਿੰਨੇ ਵੀ ਆਏ ਨੇ ਉਹ ਜ਼ਿਆਦਾ ਫੀਮੇਲਸ ਹਨ ਮੇਲ ਘੱਟ ਹੈ ਬਹੁਤ ਜਿਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੋਈ ਫੀਮੇਲ ਜ਼ਿਆਦਾ ਮੇਰੀ ਸੋ ਤੇ ਜੈਂਡਰ ਦੀ ਵੀ ਕੁਛ ਨਹੀਂ ਸੋ ਇਹ ਨਾ ਸੋਚਣਾ ਕਿ ਉਹ ਕੋਈ ਸਰਟਨ ਕੋਈ ਸ਼ਕਲ ਹੈ ਉਹਨਾਂ ਦੀ ਔਰ ਸਮਥਿੰਗ ਲਾਈਕ ਦੈਟਸ ਨਾਟ ਟਰੂ ਕਿ ਨਾ ਉਹਨਾਂ ਦੇ ਦਾੜਾ ਲੰਬਾ ਹੈ ਜਾਂ ਉਹਨਾਂ ਦੀ ਕੋਈ ਉਹਨਾਂ ਕੁਛ ਹੈ ਕੋਈ ਵਿਦਾਰੀ ਹੋਵੇ ਤਾਂ ਚੰਗੀ ਗੱਲ ਹੈ ਪਰ ਉਹ ਜੀ ਕੋਈ ਮੈਂ ਨਹੀਂ ਕੋਈ ਦੇਖਿਆ ਨਹੀਂ ਮੈਨੂੰ ਪਰ ਯਾਦ ਹੈ ਜਸਟ ਟੈਲ ਯੂ ਕਿ ਹਰ ਗਰੁੱਪ 'ਚ ਕਿਸ ਤਰ੍ਹਾਂ ਹੈ ਇੱਕ ਮੇਰੀ ਮੇਰਾ ਇੱਕ ਬੌਸ ਹੁੰਦਾ ਸੀ ਬਹੁਤ ਪਹਿਲੇ 1988 ਵਿੱਚ ਆਈ ਯੂਸ ਟੂ ਵਰਕ ਫੋਰ ਅ ਲਾਰਜ ਫਰਮ ਤੇ ਆਡਿਟ ਪਾਰਟਨਰ ਸੀ ਉਹ ਤੇ ਮੈਂ ਛੋੜ ਕੇ ਇਸ ਸਾਲ ਆਵਰ ਓਨ ਫਰਮ ਤੇ ਮਿਲਿਆ ਨਹੀਂ ਬੜੇ ਸਾਲ 15 ਸਾਲਾਂ ਬਾਅਦ ਆਈ ਮੈਟ ਹਿਮ ਐਟ ਅ ਸੈਮੀਨਾਰ ਤੇ ਮੈਂ ਕਿਹਾ ਮਿਲਿਆ ਮੈਂ ਕਿਹਾ ਇਸ ਇਜ਼ ਯੂ ਇਨ ਅ ਯਾ ਮੈਂ ਕਿਹਾ ਰਿਮੈਂਬਰ ਆਈ ਯੂਸ ਟੂ ਵਰਕ ਫਾਰ ਯੂ ਕਿ ਹਾਂ ਯਾਦ ਆ ਗਿਆ ਤੇ ਮੈਨੂੰ ਅੱਗੇ ਕਹਿੰਦਾ ਓ ਸੰਦਰ ਲੁਕਸ ਲਾਈਕ ਯੂ ਲਵ ਗੋਡ ਔਰ ਸਮਥਿੰਗ ਯੂ ਲਾਈਕ ਗੋਡ ਮੈਂ ਕੱਲ੍ਹ ਵੀ ਕਹਿੰਦਾ ਨਹੀਂ ਮੈਂ ਅੱਖਾਂ ਤੋਂ ਪਹਿਲਾਂ ਤੇਰੀ ਗੱਲ ਤੋਂ ਪਤਾ ਲੱਗਿਆ ਮੈਂ ਕਿਹਾ ਯੂ ਟੂ ਕਹਿੰਦਾ ਯਾ I left now. I also teach a lot. You also teach? I said, yeah. Can I? It seems to be. From your eyes, I could say. But I also started to learn a lot. I also started to learn a lot. And you started to learn a lot. And I thought, it's not a difference. We did what we did. So, in every group, in every place, there is no religion in that place. There is no religion in that place. ਉਹਨਾਂ ਦਾ ਨਾ ਰੂਪ ਨਾ ਰੰਗ ਕੋਈ ਰੰਗ ਨਹੀਂ ਸਾਰੇ ਉਹ ਵਾਕਈ ਇੱਕ ਰੂਪ ਵਿੱਚ ਉਸ ਇੱਕ ਪੁਰਖ ਨੂੰ ਦੇਖਦੇ ਹਨ ਘੱਟ ਰਹਿ ਗਏ ਨਾ ਉਹ ਕੌਣ ਰਹਿ ਗਿਆ ਉਹ ਘੱਟ ਰਹਿ ਗਿਆ ਪਰ ਕਿਸੇ ਵੀ ਰਿਲੀਜ਼ਨ 'ਚ ਹੋ ਸਕਦੇ ਨਾ ਕਿਸੇ ਵੀ ਰੂਪ ਰੰਗ 'ਚ ਹੋ ਸਕਦੇ ਕੁਛ ਵੀ ਹੋ ਸਕਦੇ ਇਟ ਡਜ਼ਨਟ ਮੈਟਰ ਵੇਅਰ ਦੇ ਆਰ ਸੋ ਇਹ ਆਪਣੇ ਮਨ 'ਚ ਛੋੜ ਦਿਓ ਕਿ ਸਿਰਫ ਸਿੱਖ ਹੀ ਹੋ ਸਕਦੇ ਖਾਲੀ ਜਾਂ ਸਿਰਫ ਮੁਸਲਮਾਨ ਹੋ ਸਕਦੇ ਜਾਂ ਸਿਰਫ ਹਿੰਦੂ ਹੋ ਸਕਦੇ ਕਿਸੇ ਵੀ ਰੂਪ 'ਚ ਕਦੋਂ ਵੀ ਆ ਸਕਦੇ ਉਹਦਾ ਰੂਪ ਦਾ ਕੋਈ ਪਤਾ ਨਹੀਂ ਸੋ ਵਿਸਮਾਰ ਦੀ ਲਿਟਰਲ ਅਗਰ ਤੁਸੀਂ ਡਿਕਸ਼ਨਰੀ ਦੇਖੋਗੇ ਨਾ ਤੇ ਮਤਲਬ ਹੈ ਆ ਇਜ਼ ਰਾਈਟ ਵਰਡ
ਕਿਸੇ ਚੀਜ਼ ਨੂੰ ਦੇਖ ਕੇ ਹੀ ਬੰਦਾ ਕਾਫੀ ਤੰਗ ਹੀ ਰਹਿ ਜਾਂਦਾ ਦੇਖ ਕੇ ਯੂ ਨੋ ਵਿਸ਼ਵਾਸ ਨਹੀਂ ਯਾਰ ਮੈਂ ਕੀ ਦੇਖ ਰਿਹਾ ਹਿੰਦੀ ਕਿਹੜਾ ਅੱਛਾ ਵਰਡ ਲੱਗਦਾ ਹਿੰਦੀ ਵਿੱਚ ਅਚਰਜ ਯੂ ਨੋ ਬੰਗਾਲੀ ਚ ਅਚਰਜ ਲੇਕਿਨ ਯਾ ਸੋ ਉੱਥੇ ਫਿਰ ਉਸ ਅਵਸਥਾ ਵਿੱਚ ਤੁਹਾਨੂੰ ਵੀ ਦੇਖਾਂ ਜਾਂ ਬਾਹਰ ਸੂਰਜ ਦੇਖੇ ਵੀ ਔ ਹੈ ਉੱਥੇ ਉਹ ਔ ਇਸ ਵਾਸਤੇ ਦੀਦੀ ਕਿ ਉਸ ਸੂਰਜ ਵਿੱਚ ਕਿਰਨਾਂ ਵਿੱਚ ਪਰਮਾਤਮਾ ਦੀ ਝਲਕ ਉਹਨਾਂ ਨੂੰ ਹਰ ਕਿਵੇਂ ਚੱਲ ਰਹੀ ਉਹਨੂੰ ਨਜ਼ਰ ਆਈ ਤਾਂ ਅਸਾਂ ਦੀ ਵਾਰ ਦੀ ਲਾਈਨਾਂ ਉਹ ਵੀ ਹੈ ਬੜੀ ਇੰਪ੍ਰੈਸ ਕਰੀਏ ਪੁਰਖਾਂ ਬੀਰਖਾਂ ਤੀਰਥਾਂ ਤੱਟਾਂ ਮੇਲਾਂ ਖੇਤਾਂ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਆਈਆਂ ਨੂੰ ਲਾਈਨਾਂ ਆਈ ਕੋਈ ਲਾਈਨਾਂ ਨਹੀਂ ਕੋਈ ਚੀਜ਼ ਛੋੜੀ ਉਹਨਾਂ ਨੇ ਜ਼ਰਾ ਲਾਈਨ ਪੜ੍ਹ ਕੇ ਦੇਖੋ ਇਹ ਲਾਈਨ ਪੜ੍ਹ ਕੇ ਦੇਖੋ ਕੋਈ ਚੀਜ਼ ਇੱਕ ਇੱਕ ਚੀਜ਼ ਇੱਕ ਨੇਚਰ ਦੀ ਚੀਜ਼ ਨੂੰ ਛੋੜਿਆ ਹੋਵੇ ਉਹਦੇ ਵਿੱਚ ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਉਹਨਾਂ ਨੂੰ ਹੋਇਆ ਹੁਣ ਉਹਨਾਂ ਨੂੰ ਉਹ ਸਣ ਉਹ ਹੋਇਆ ਕਈਆਂ ਨੂੰ ਹੁੰਦਾ ਕਈ ਰੋਜ਼ ਪਹਾੜਾਂ ਨੂੰ ਦੇਖਦੇ ਨੇ ਕਈ ਰੋਜ਼ ਫੁੱਲਾਂ ਨੂੰ ਦੇਖਦੇ ਨੇ ਉਹਨੂੰ ਕੁਝ ਮਹਿਸੂਸ ਨਹੀਂ ਹੁੰਦਾ ਪਾਵਰ ਉਸਤਾਦ ਨੇ ਤਾਂ ਪਾਕਿਆ ਬੋਲੇ ਉਹ ਤਾਂ ਦੇਖਣੇ ਵਾਲੇ ਦੇਖਦੇ ਨੇ ਪਰ ਸਾਰਿਆਂ ਨੂੰ ਮਹਿਸੂਸ ਨਹੀਂ ਹੋ ਪਾਉਂਦਾ ਜਿਸ ਨੂੰ ਮਹਿਸੂਸ ਕਰਵਾਏ ਸੁਧੀ ਦੇ ਉੱਤੋਂ ਉਹ ਮੇਰਾ ਪ੍ਰਭੂ ਜੀ ਤੇ ਦਿਆਲੂ ਹੋ ਗਿਆ ਬਸ ਜਿਹੜਾ ਪ੍ਰਭੂ ਜੀ ਜਿਹਦੇ ਉੱਤੇ ਕਿਰਪਾ ਜਿਹਦੇ ਉੱਤੇ ਦਿਆਲੂ ਹੋ ਗਿਆ ਫਿਰ ਉਹਦੇ ਉੱਤੇ ਫਿਰ ਉਹ ਇਹ ਵਿਸਵਾਦਲੀ ਅਵਸਥਾ ਪ੍ਰਾਪਤ ਹੁੰਦੀ ਹੈ ਜਿਹੜਾ ਬਹੁਤ ਹੀ ਸੇਵਾ ਕਰਨ ਵਾਲਾ ਬੰਦਾ ਹੋਵੇ ਭਾਈ ਕਨਈਆ ਨੂੰ ਹੋਇਆ ਨਾ ਵਿਸਵਾਦ ਹੋਇਆ ਨਾ ਭਾਈ ਕਨਈਆ ਨੂੰ ਨਹੀਂ ਦੇਖੀ ਨਾ ਸ਼ਕਲ ਵਾਲੀ ਜੇ ਦੇਖੀ ਵੀ ਹੈ ਤੇ ਪਾਣੀ ਪਾਣ ਚੋਂ ਇਨਕਾਰ ਤੇ ਨਹੀਂ ਕੀਤਾ ਨਾ ਨਹੀਂ ਨਹੀਂ ਜੇ ਉਹਨਾਂ ਨੇ ਫਰਕ ਸਮਝਿਆ ਹੁੰਦਾ ਉੱਥੇ ਅੰਦਰ ਤੇ ਨਾ ਪਾਣੀ ਪਿਲਾਉਂਦੇ ਨਾ ਦੁਸ਼ਮਣਾਂ ਨੂੰ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਲਾਇਆ ਉਹਨੇ ਕੰਪਲੇਨ ਵੀ ਹੋਈ ਨਾ ਉਹਨਾਂ ਦੀ ਅੱਗੇ ਪਰ ਇਹ ਅਵਸਥਾ ਸੀ ਨਾ ਤਾਂ ਹੀ ਭਾਈ ਕਨਈਆ ਦੀ ਪੂਰੀ ਨਸਲ ਨੂੰ ਸੇਵਾ ਪੰਥੀ ਕਹਿੰਦੇ ਹੁਣ ਵੀ ਸੇਵਾ ਪੰਥੀ ਉਹਨਾਂ ਨੇ ਸੇਵਾ ਵਿੱਚੋਂ ਪਰਮਾਤਮਾ ਦੇ ਦਰਸ਼ਨ ਕੀਤੇ ਹਨ ਸੇਵਾ ਕਰ ਕਰਕੇ ਮਾਨਤਾ ਸੇਵਾ ਪਰਮਾਤਮਾ ਦਰਸ਼ਨ ਕੀਤੇ ਹਨ ਉਹਨਾਂ ਨੇ ਸਮਾਜ ਦੀ ਅਵਸਥਾ ਹੈ ਹੁਣ ਵੀ ਸੇਵਾ ਪੰਥੀ ਹੈ ਔਰ ਅੱਗੇ ਜਾ ਕੇ ਸੇਵਾ ਪੰਥੀ ਨੇ ਅੰਮ੍ਰਿਤ ਵੀ ਨਹੀਂ ਚੱਕਿਆ ਕਈ ਗੱਲ ਕਈ ਸਹਿਤ ਵਾਲੀ ਅਵਸਥਾ ਜੀ ਰਹੇ ਬੜੇ ਸੰਤ ਵੱਡੇ ਲੇਕਿਨ ਗੁਰੂ ਘਰ ਦੇ ਅਨੰਦ ਸੇਵਕ ਤੇ ਵੱਡੇ ਪਰਮਾਤਮਾ ਦੇ ਭਗਤ ਰਹੇ ਸੇਵਾ ਪੰਥੀ ਨੇ ਸਮਾਜ ਦੇ ਥਰੂ ਦੇਖਿਆ ਭਾਈ ਕਨਈਆ ਨੇ ਦੇਖਿਆ ਅੱਗੋਂ ਨਸਲ ਨੇ ਵੀ ਦੇਖਿਆ ਕਈ ਵਾਰ ਬਾਇਨ ਕਰਾ ਮੈਂ ਸੇਵਾ ਪੰਥੀਆਂ ਦੇ ਬੋਲਾਂਗਾ ਇੱਕ ਵਾਰੀ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਇਤਨਾ ਇੰਪ੍ਰੈਸ ਕਰ ਲਾ ਉਹਨਾਂ ਤੋਂ ਮੈਂ ਆਈ ਡੋਂਟ ਹੈਵ ਵਰਡਸ ਟੂ ਟੈਲ ਅਰੇ ਵੱਡੇ ਵੱਡੇ ਇਹਨਾਂ ਕੋਲ ਭਾਉ ਜੀ ਕੋਲ ਬੜਾ ਕੁਝ ਸੁਣਿਆ ਸੇਵਾ ਪੰਥੀ ਬਾਰੇ ਸੇਵਾ ਪੰਥੀ ਨਾ ਹੀ ਸੇਵਾ ਪੰਥੀ ਪੂਰੀ ਲਾਈਫ ਡੈਡੀਕੇਟ ਕਰਦੇ ਹਿਊਮੈਨਿਟੀ ਵਾਸਤੇ ਆਪਣੇ ਪਰਿਵਾਰ ਦੀ ਪਾਲਣਾ ਕਰਨੀ ਬਸ ਸਾਈਡ ਤੇ ਪੂਰੀ ਲਾਈਫ ਕੌਣ ਕਰਦਾ ਨਾਲ ਕਰਦੇ ਜਿਹੜੇ ਕਰਦੇ ਜਦੋਂ ਪਹੁੰਚਦੇ ਨੇ ਮੇਰੀ ਟੀਚਰ ਮੇਰੀ ਯੋਗਾ ਟੀਚਰ ਉਹ ਹਮੇਸ਼ਾ ਉਹ ਸਾਡੇ ਰੈਫਰੀਜਰੇਟਰ ਤੋਂ ਲਗਾ ਕੇ ਰੱਖਿਆ ਹੋਇਆ ਰੈਡ ਕਲਰ ਦਾ ਕੀ ਲਿਖਿਆ ਤੁਹਾਨੂੰ Knowledge without practice is just information. Knowledge without practice is just mere information. Mere information kuch nahi kar paati. This means that this one.